ਕੇ ਪਾਰਟੀ ਚ ਆਉਂਦੀਆਂ, ਗੋਰੇ ਗੋਰੇ ਹੱਥਾਂ ਨਾਲ ਟਕੀਲਾ ਸ਼ੋਟ ਲਾਉਂਦੀਆਂ। ਪ੍ਰੋਪ ਦੇ ਬ੍ਰਾਂਡ ਪਾ ਕੇ ਪਾਰਟੀ ਚ ਆਉਂਦੀਆਂ, ਗੋਰੇ ਗੋਰੇ ਹੱਥਾਂ ਨਾਲ ਟਕੀਲਾ ਸ਼ੋਟ ਲਾਉਂਦੀਆਂ। ਹੁਸਨ ਕਵਾਣਾ ਨਸ਼ਾ ਵਿਸਕੀ ਚ ਘੋਲਦਾ, ਤੇਰੀ ਟੋਕ ਵਿੱਚ, ਤੇਰੀ ਵਾਕ ਵਿੱਚ ਹਾਏ ਪੈਸਾ। ਤੈਨੂੰ ਪਤਾ ਹੈ ਨਾ ਮੈਂ ਕਿੰਨਾ ਜ਼ਰੂਰੀ ਕੰਮ ਕਰ ਰਿਹਾ ਯਾਰ। ਸਾਰੀ ਰਾਤ ਜਾ ਕੇ ਮਸਾ ਕੋਟ ਦਿਮਾਗ 'ਚ ਆਇਆ ਸੀ ਤੇਰੇ ਸਾ ਅਲਾਰਮ ਨੇ ਨਾ। ਜੇ ਤੈਨੂੰ ਅਲਾਰਮ ਸੁਣਦਾ ਨਹੀਂ ਹੈ ਤੂੰ ਲਾਉਂਦਾ ਕਿਉਂ? ਅਲਾਰਮ ਵੱਜ ਗਿਆ। ਉਹ ਵੀ ਦੋ ਦੋ ਦੋਵੇਂ ਵੱਜ ਗਏ। ਉਹ ਸਾਲੇ ਪਹਿਲੇ ਮੈਨੂੰ ਦੱਸਿਆ ਹੋਵੇ। ਆਹੋ ਬਹੁਤ ਕੰਮ ਹੈ ਤੈਨੂੰ, ਵਿਹਲਾ ਕਿਸੇ ਥਾਂ ਦਾ ਨਾ। ਤੇਰੇ ਕੰਮ ਜ਼ਰੂਰੀ ਆ ਸਾਲੀ, ਮੇਰੇ ਕੰਮ ਦੀ ਕੋਈ ਵੈਲਿਊ ਹੈ ਨਹੀਂ ਨਾ। ਲੇਟ ਕਰਾ ਛੱਡਿਆ ਆਫਿਸ ਲਈ, ਕੱਲ੍ਹ ਤੋਂ ਇੱਕ ਅਲਾਰਮ ਹੋਰ ਲਾਉਣਾ ਪੈਣਾ ਮੈਨੂੰ। ਅੱਛਾ ਇਹ ਕਿੱਦਾਂ ਦਾ ਆਫਿਸ ਹੈ ਜਿੱਥੇ ਬੰਦੇ ਨੂੰ ਤਨਖਾਹ ਹੀ ਨਹੀਂ ਮਿਲਦੀ ਹੈ? ਬੋਲਾ ਬੋਲਾ ਕਾਕਾ ਜੀ, ਅੱਜ ਮੈਂ ਬੋਲ ਨਹੀਂ ਸਕਦਾ ਨਾ। ਕਿਉਂ, ਅੱਜ ਤੇਰੇ ਮੂੰਹ ਛਾਲੇ ਹੋਏ ਹੈ? ਥੋੜ੍ਹਾ ਟਾਈਮ ਦਿਓ। ਪਰ ਮੈਂ ਨਹੀਂ, ਪੈਸਾ ਬੋਲੇਗਾ। ਅੱਛਾ ਨੋਟਾਂ ਨਾਲ ਨਾਵਾਂਗਾ ਇੱਕ ਦਿਨ। ਪਹਿਲਾਂ ਪਾਣੀ ਨਾਲ ਤਾਂ ਨਹਾ ਜਾ ਕੇ। ਗੁੱਡ ਆਈਡੀਆ। ਸਾਲੀ ਬੱਸ ਦਾ ਟਾਇਰ ਹੀ ਪੈਂਚਰ ਹੋ ਜਾਏ। ਓਹ
खत्म हो गया आप उठ के बना ले यार तंग ना कर नाले बुके टाइम है चादा दर उधर टाइम हो गया 10 बज गए हुए 5 बजे सवेर से की शाम दे डिस्टर्ब ना कर यार मैं सॉफ्टवेयर बना रहा यार अच्छा उधर तो बंद नहीं सॉफ्टवेयर बना रहा है उनाले गेट पर दिहाड़ी नहीं पैनी ना जे तू काम ना कीता बिल गेट्स ना आया उधर नाले तन्नू तो पता है ना बंटी इन्ने साला तो किन्ने में एक एक दिन मर मर के कटे है मैं दिन रात इतनी मेहनत इसलिए कर रहा हूं कि मैं साबित कर सका कि मैं चीटर नहीं सका साबित कर सका हूं टीचर आगे साबित कर सका हूं स्टूडेंट्स आगे तो साबित कर सका अपने घर दिया अगे यार हूं एंटीवायरस ही मेरी आखिरी उम्मीद है यार ए तो बिना कोई ऑप्शन नहीं है यार चाह पी ला यार भाई तू तो सीरियस ले गया सॉरी यार चल छड़ यार तेनू गल पूछनी सी बड़ी जरूरी यार अच्छा की होया पैसे है कोल तू भी सिरा ही है पैसे यार सच याद आया पैसे तो मैनू भी चाहिए सके मेरी ना एक यार मेरी तो एक बहुत जरूरी मीटिंग है मैं भूल गया सी यार आज पक्का लसी हो उस आडे एटीएम फते किथे आ यार यार अपना कटो का एटीएम तो ना बोल कपड़े पा तू नाले उसे एटीएम दे भरोसे अपन इत्थे बैठे हैं नाले तन्नू पता है उदे दादे ने डायरेक्ट प्रॉपर्टी फते दे ना करते पियो नु कुछ नहीं दित्ता ओ हां यार नाले साडे दादे ने हमेशा साडे दे परचे ही पवाए आ नाले तन्नू पता ए एडी कोठी ए भी अपने यार फते दी ता है भाई तन्नू गल दसा जे कोठी फते दी ना हुंदी ना मैं पैर भी नहीं रखना सी क्यों सालिया किराया तेरे बुढ़े देना सी मैं तो दिता नहीं सी जाना था किराया यार अच्छा मैं चलता मैं ना लेट हो रहा जिप बंद कर ला अच्छा चल चल मिलता फिर है यार आज क्लाइंट ते गाला पक्कियां यार साला लिफ्ट को कॉपी इतने ही छट गया लगता दाल च कुछ काला है This is so awesome. ऐना सब कुछ मेरे लिए? आज जिता पेस्ट्री है यार. पर देखें, एक दिन ना इस दुकान दा सब तो वड़ा केक मैं तेनू गिफ्ट करूँगा. ओ हेलो, मैं तेनू प्यार कर दिया. एक केक शेक नू नहीं. मैनू ते बस तेरा साथ चाहिदा है. ते मैं लाइफ पर है पेस्ट्री कट लेते यार. बस तू ऐवे ही स्माइल करदा रही. I love you, Reet. ऐना रुखा लव. आज मेरा बर्थडे है. कोई नवे साल नाल कह के विखा ता मनांगी अच्छा पलकां दे किनारे दिल विच रह के तड़कन दे सहारे हुण की मेरा सब कुछ है तेरा
ਆ ਕੋਲੇ ਆ ਕੋਈ ਫਾਸਲਾ ਨਾ ਰਹਿਣ ਦੇ ਜੀ ਲੈਣ ਦੇ ਮੈਨੂੰ ਜੀ ਲੈਣ ਦੇ ਤੇਰੇ ਵਿੱਚ ਮੰਜ਼ਿਲ ਵੇਖੀ ਵੇਖ ਮੇਰੀਆਂ ਨਜ਼ਰਾਂ ਨੇ ਦੁਨੀਆਂ ਦਾ ਪਤਾ ਨਹੀਂ ਦੁਨੀਆਂ ਦਾ ਪਤਾ ਨਹੀਂ ਇੱਕ ਬਸ ਤੇਰੀਆਂ ਖਬਰਾਂ ਨੇ ਸੁਣ ਲੈ ਜ਼ਰਾ ਪੂਰੀ ਕਰ ਦੇ ਦੁਆ ਹੱਥਾਂ ਦੀਆਂ ਲੀਕਾਂ ਵਿੱਚ ਆ ਕੇ ਬਹਿਣ ਦੇ ਜੀ ਲੈਣ ਦੇ ਮੈਨੂੰ ਜੀ ਤੁਹਾਡੀਆਂ ਤਾਂ ਸ਼ਕਲਾਂ ਹੀ ਬੜੀਆਂ ਮਿਲਦੀਆਂ ਓਏ ਭੈਣ ਭਰਾ ਤੇ ਨੀ ਹੋਏ ਪਾਸ ਨਾ ਕਰ ਓਏ ਗਰਲਫ੍ਰੈਂਡ ਹੈ ਮੇਰੀ ਅੱਛਾ ਇਹਨੂੰ ਪਤਾ ਹੈ ਜੇ ਹੁਣ ਖੁਸ਼ ਗਿਆ ਨਾ ਤੇ ਮੈਂ ਕੀ ਹੋਏ ਮੈਂ ਕੀ ਹੁਣ ਤੂੰ ਰੋਵੇਂਗਾ ਓਏ ਭਾਜੀ ਤਲਵਾਰ ਭਾਜੀ ਤੂੰ ਤਾਂ ਸੀਰੀਅਸ ਹੋ ਗਏ ਭਾਜੀ 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 ਗਲਤੀ ਨਾਲ ਵੱਜ ਗਿਆ ਸੀ ਭਾਜੀ ਭਾਜੀ ਟੱਟਣੇ ਸੋਚੇ ਭਾਜੀ ਮਾਰ ਬੱਚਿਆਂ ਦੇ ਹੱਥ 'ਚ ਖਿਲਾਉਣੇ ਚੰਗੇ ਨਹੀਂ ਲੱਗਦੇ ਹੋਏ ਅੱਜ ਤੋਂ ਪਹਿਲਾਂ ਜ਼ਿੰਦਗੀ 'ਚ ਇੰਨੇ ਟੁੱਚੇ ਬੰਦਿਆਂ ਤੋਂ ਕਦੇ ਮਾਰ ਨਹੀਂ ਖਾਧੀ ਸਾਰਾ ਕੈਰੀਅਰ ਹੀ ਖਰਾਬ ਹੋ ਗਿਆ ਤੁਹਾਡੀ ਹੋਰ ਬੁੜਾ ਨੇ ਜਵਾਕ ਹੁਣ ਦੇਖੋ ਟੋਟੇ ਟੋਟੇ ਸਾਲਾ ਤੈਨੂੰ ਵੀ ਨਹੀਂ ਗਿਆ ਸੀ ਮੀਟਿੰਗ ਕਰ ਕਿੰਜਰਾ ਪਿੱਛੇ ਮੁੜ ਕੇ ਦੇਖ ਲੈਂਦਾ ਹੁਕਰੀ ਮਾਰਨ ਦੀ ਕੀ ਲੋੜ ਸੀ ਪਿੱਛੇ ਦੀ ਗੱਲ ਕਰਦਾ ਉਹ ਸਾਲਿਆ ਇੰਨੀ ਬੋਡੀ ਚਾਰ ਪੰਜ ਨੂੰ ਬਣਾਈ ਹੈ ਪਤੰਦਰਾ ਕੁਛ ਤਾਂ ਕਰ ਤਰਲੇ ਪਾਲਾ ਸਹਿ ਚਾਰ ਜੂ ਕੀ ਪਈ ਜਾਣਾ ਤੇਰਾ ਪਿਓ ਸੌਰੀ ਭੌਜੀ ਹਮਕੇ ਮਾਫ ਕਰੀ ਹਮ ਤਾਂ ਅੱਜ ਹੀ ਕੰਪਨੀ ਜੁਆਇਨ ਕੀਏ ਥੇ ਹਮਕੋ ਨਹੀਂ ਪਤਾ ਥਾ ਕਿ ਕੰਪਨੀ ਫਰਾਡ ਹੈ ਪਾਲਾ ਕੀ ਜਾ ਰਹਾ ਹੈ ਪਿਆਰ ਕਬੋ ਨਹੀਂ ਆਉਂਗਾ ਇਹ ਮੇਰੇ ਯਾਰ ਮੇਰੇ ਪੱਕੇ ਭਰਾ ਫਤਿਹ ਤੇ ਬੰਟੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਇਹ ਰੀਤ ਮੇਰੀ ਬਹੁਤ ਚੰਗੀ ਦੋਸਤ ਹੈ ਗਰਲਫ੍ਰੈਂਡ ਨਹੀਂ ਕਹਿ ਸਕਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਉਹ ਤੁਹਾਨੂੰ ਡਰੋਪ ਕਰ ਦਿੰਦੇ ਆ ਆਪਣੇ ਚਾਬੀ ਬਣਾਈ ਯਾਰ ਗੱਡੀ ਦੀ ਨਾ ਗੱਡੀ ਤਾਂ ਮੈਨੂੰ ਵੀ ਚਲਾਉਣੀ ਆਉਂਦੀ ਆ ਹਾਂ ਉਹ ਤੈਨੂੰ ਕੁੜੀਆਂ ਤੋਂ ਸੰਗ ਵੀ ਤਾਂ ਬਹੁਤ ਆਉਂਦੀ ਆ ਵੈਸੇ ਤੁਸੀਂ ਕੀ ਕਰਦੇ ਹੋ ਆ ਮੈਂ ਰਹਿੰਦੇ ਕਿੱਥੇ ਹੋ ਖਾਲਸਾ ਕਾਲਜ ਤੋਂ MBBS ਕਰ ਰਹੀ ਹੈ ਤੇ ਹੋਸਟਲ 'ਚ ਰਹਿੰਦੀ ਆ ਰੂਮ ਨੰਬਰ ਵੀ ਦੱਸ ਦੇ ਇਹਨੂੰ ਓਕੇ ਕਰਨ ਮੈਂ ਚਲਦੀ ਹਾਂ ਬਾਏ ਬੰਟੀ ਬਾਏ ਫਤਿਹ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਸਾਨੂੰ ਵੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਮੈਂ ਚੱਲਿਆ ਉਹ ਨਾ ਤੂੰ ਕਿੱਥੇ ਚੱਲਿਆ ਸਾਲਾ ਮੀਟਿੰਗ ਤੇ ਆਇਆ ਸੀ ਖੋਪੇ ਦੇ ਲੈਪਟਾਪ ਘਰੇ ਛੱਡਿਆ ਦੇਖ ਲਾ ਮੀਟਿੰਗ ਕਿਹੜੀ ਹੈ ਸਾਲੇ ਦੀ ਨਾ ਤੂੰ ਪਿੱਛਾ CID ਕਰਨ ਆਇਆ ਸੀ ਜੇ ਮੈਂ ਸਾਲਾ ਟਾਈਮ ਤੇ ਨਾ ਆਉਂਦਾ ਫੇਰ ਨਾ ਵੈਸੇ
ਜੇ ਤੋਂ ਮੈਂ ਵੀ ਨਾ ਆਉਂਦਾ ਫੇਰ ਛੱਡੋ ਯਾਰ ਕੱਲਾ ਕੱਲਾ ਬੰਦਾ ਕੱਖ ਦਾ ਤੇ ਤੁਹਾਡੇ ਵਰਗੇ ਭਰਾਵਾਂ ਨਾਲ ਲੱਖ ਦਾ ਤੇ ਜਦੋਂ ਯਾਰ ਮਿਲ ਜਾਣ ਸਾਡੇ ਅੱਗੇ ਕੌਣ ਕਰੇਗਾ ਚੂਚਾ ਅਸੀਂ ਵੱਡੇ ਸਰਦਾਰ ਸਾਡੀ ਚੱਲਦੀ ਏ ਯਾਰ ਅਸੀਂ ਵੱਡੇ ਸਰਦਾਰ ਸਾਡੀ ਚੱਲਦੀ ਏ ਯਾਰ ਸਾਡੇ ਅੱਗੇ ਚੱਲਦਾ ਨੀ ਇੱਥੇ ਕੋਈ ਹਥਿਆਰ ਜਿੱਥੇ ਖੜ ਜਾਂਦੇ ਆ ਉੱਥੇ ਅੜ ਜਾਂਦੇ ਆ ਚੱਕ ਦਿਆਂਗੇ ਜਿਹੜਾ ਕਰੂਗਾ ਫੂਫਾ ਸਾਡੇ ਅੱਗੇ ਕੌਣ ਕਰੂਗਾ ਚੂਚਾ ਚੂਚਾ ਸਾਡੇ ਅੱਗੇ ਕੌਣ ਕਰੂਗਾ ਚੂਚਾ ਚੂਚਾ ਸਾਡੇ ਅੱਗੇ ਕੌਣ ਕਰੂਗਾ ਚੂਚਾ ਚੂਚਾ ਚੂਚੂ 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 ਚੂਚਾ ਚੂਚਾ ਚੂਚੂ 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 ਚੂਚਾ ਚੂਚਾ ਚੂਚੂ 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 ਚੂਚਾ ਚੂਚਾ ਚੂਚੂ ਚੂਚੂ ਸਾਡੇ ਪਿੱਛੇ ਮੈਡ ਸਾਰੇ ਸ਼ਹਿਰ ਦੀਆਂ ਸੋਹਣੀਆਂ ਟੌਰਾਂ ਸਾਡੇ ਵਰਗੀਆਂ ਕਿਤੇ ਵੀ ਨਹੀਂ ਹੋਣੀਆਂ ਸਾਡੇ ਪਿੱਛੇ ਮੈਡ ਸਾਰੇ ਸ਼ਹਿਰ ਦੀਆਂ ਸੋਹਣੀਆਂ ਟੌਰਾਂ ਸਾਡੇ ਵਰਗੀਆਂ ਕਿਤੇ ਨਹੀਂ ਹੋਣੀਆਂ ਨਾਰਾਂ ਦੀ ਮੁਟਿਆਰਾਂ ਦੀ ਡਿਮਾਂਡ ਹਾਂ ਸਰਕਾਰਾਂ ਦੀ ਬਈ ਨਾਰਾਂ ਦੀ ਮੁਟਿਆਰਾਂ ਦੀ ਡਿਮਾਂਡ ਹਾਂ ਸਰਕਾਰਾਂ ਦੀ ਕਹਿੰਦੀਆਂ ਨੇ ਫਿਲਮਾਂ ਦਾ ਹੀਰੋ ਤੂੰ ਤਾਂ ਚੜ੍ਹਦੀ ਜਵਾਨੀ ਵਿੱਚ ਪਾਣੀ ਵੀ ਹੈ ਚੜ੍ਹਦਾ ਉਹ ਕਦਾ ਪੰਜਾਬੀ ਜਿਹੜਾ ਪੀ ਕੇ ਨਹੀਂ ਉਹ ਲੜਦਾ ਚੜ੍ਹਦੀ ਜਵਾਨੀ ਵਿੱਚ ਪਾਣੀ ਵੀ ਹੈ ਚੜ੍ਹਦਾ ਉਹ ਕਦਾ ਪੰਜਾਬੀ ਜਿਹੜਾ ਪੀ ਕੇ ਨਹੀਂ ਉਹ ਲੜਦਾ ਯਾਰਾਂ ਵਿੱਚ ਬਾਰਾਂ ਵਿੱਚ ਫੇਮਸ ਹਾਂ ਅਖਬਾਰਾਂ ਵਿੱਚ ਯਾਰਾਂ ਵਿੱਚ ਬਾਰਾਂ ਵਿੱਚ ਫੇਮਸ ਹਾਂ ਅਖਬਾਰਾਂ ਵਿੱਚ ਅੱਡੀ ਲੰਡੀ ਜੀਪ ਕਰੇ ਪੂਪਾ ਸਾਡੇ ਅੱਗੇ ਕੌਣ ਕਰੂਗਾ ਚੂਚਾ ਚੂਚਾ ਸਾਡੇ ਅੱਗੇ ਕੌਣ ਕਰੂਗਾ ਚੂਚਾ ਚੂਚਾ ਸਾਡੇ ਅੱਗੇ ਕੌਣ ਕਰੂਗਾ ਚੂਚਾ ਚੂਚਾ ਚੂਚੂ 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 ਚੂਚਾ ਚੂਚਾ ਚੂਚੂ 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 ਚੂਚਾ ਕੌਣ ਕਰੂਗਾ ਚੂਚਾ ਚੂਚਾ ਕੌਣ ਕਰੂਗਾ ਚੂਚਾ ਚੂਚਾ ਯਾਰ ਬਾਈ ਤੇਰਾ ਬੁਰਜਾ ਬਾਲੇ ਉਹ ਕਹਿਣ ਸੀ ਯਾਰ ਜਾਲਿਆ ਤਮੀਜ਼ ਨਾਲ ਗੱਲ ਕਰ ਭਰਜਾਈ ਹੈ ਤੇਰੀ ਭਾਬੇ ਉਹ ਸੌਰੀ ਵੀਰੇ ਭਰਜਾਈ ਬਾਲੇ ਉਹ ਸੋਹਣੀ ਲੱਗਦੀ ਸੀ ਯਾਰ ਸਹੀ ਗੱਲ ਹੈ ਯਾਰ ਭਰਜਾਈ ਬਾਲੇ ਉਹ ਜ਼ਰਾ ਯਾਰ ਹਾਂ ਬਾਈ ਮੈਂ ਹੌਲਾ ਹੋ ਕੇ ਆਉਣਾ ਯਾਰ ਇੱਕ ਗੱਲ ਦੱਸ ਇਹ ਆਪਣੇ ਫਤਿਹ ਬਾਈ ਨੂੰ ਕੁੜੀਆਂ ਨਾਲ ਕੀ ਦਿੱਕਤ ਹੈ ਉਹ ਯਾਰ ਮੈਨੂੰ ਸ਼ੱਕ ਪੈਂਦਾ ਕਿ ਇਹਨੇ ਵੀ ਕੋਈ ਘੈਂਟ ਪੁਰਜਾ ਟਕਾਇਆ ਹੋਇਆ ਉਹ ਨਹੀਂ ਹੋਇਆ ਫੇਰ ਮੈਨੂੰ ਸ਼ੱਕ ਪੈਂਦਾ ਕਿ ਆਪਣੇ ਬਾਈ ਦਾ ਪੁਰਜਾ ਹੀ ਖਰਾਬ ਹੈ ਅੱਛਾ ਹਾਂ ਤੂੰ ਰੁਕ ਮੈਂ ਚੈੱਕ ਕਰਕੇ ਆਉਣਾ ਪੁਰਜਾ ਚੈੱਕ ਕੀ ਕਰਦਾ ਤੂੰ ਸੌਰੀ ਵੀਰੇ ਸੌਰੀ ਤੋ ਹੜਦਾ ਨੀ ਬੰਟੀ ਉਹ ਬਾਈ ਮੈਂ ਚੈੱਕ ਕਰ ਰਿਹਾ ਸੀ ਸਭ ਠੀਕ ਹੈ ਨਾ ਵੀਰੇ ਸਭ ਕੁਛ ਠੀਕ ਹੀ ਹੈ ਟੈਨਸ਼ਨ ਨਾ ਲੈ ਉਹ ਫਿਰ ਤੇਰੇ ਅੱਗੇ ਪਿੱਛੇ ਗੁੜੀਆਂ ਕਿਉਂ ਨਹੀਂ ਘੁੰਮਦੀਆਂ ਯਾਰ ਉਹ ਅੱਧਾ ਤਾਂ ਇਹਨਾਂ ਦੇ ਨਖਰੇ ਮਾਰ ਲੈਂਦੇ ਆ ਕਦੇ ਇਹਨਾਂ ਲਈ ਫੁੱਲ ਲੈ ਕੇ ਜਾਓ ਕਦੇ ਇਹਨਾਂ ਲਈ ਗ੍ਰੀਟਿੰਗ ਲੈ ਕੇ ਜਾਓ ਕਦੇ ਇਹਨਾਂ ਦੇ ਕੁੱਤੇ ਦਾ ਬਾਥੜੇ ਆ ਕਦੇ ਇਹਨਾਂ ਦਾ ਬਾਥੜੇ ਆ ਇਹਨਾਂ ਨੂੰ ਮੈਨੂੰ ਬੁਲਾਓ ਕਹਿੰਦੇ ਮੇਰੇ ਢਿੱਡ ਪੀੜ ਹੁੰਦੀ ਆ ਮੇਰੇ ਸਿਰ ਪੀੜ ਹੁੰਦੀ ਆ ਅੱਜ ਸਾਡੀ ਗਾਂ ਨੇ ਬੱਚਾ ਦਿੱਤਾ ਮੈਂ ਬੱਚਾ ਇਜ਼ ਸੋ ਕਿਊਟ ਮੈਂ ਉਹਦਾ ਨਾਮ ਰੱਖਿਆ ਬੱਗੂ ਕੁਛ ਬਸ ਬਾਈ ਬਾਈ ਬਸ ਬਾਈ ਬਸ ਕੀ ਕਰੀ ਜਾਂਦਾ ਬਾਈ ਯਾਰ ਤੂੰ ਪੁਰਜਾ ਚੈੱਕ ਉਹ ਪੁਰਜਾ ਸਵਾਹ ਚੈੱਕ ਹੋਣਾ ਸੀ ਯਾਰ ਇਹਨਾਂ ਸਣੇ ਨੇ ਮੇਰਾ ਪੁਰਜਾ ਦੁੱਚੜਾ ਰਹਿਣਾ ਹੋਰ ਪੁੱਛ ਹਾਂ ਉਹ ਮੇਰੀ ਗੱਲ ਸੁਣ ਉਹ ਆਪਣਾ ਜਿਹੜਾ ਅੱਛਾ ਵੀ ਵਰਸ ਨਾ ਤੇਰਾ ਉਹਦੇ ਅੰਦਰ ਵਾ ਯਾਰ ਸ਼ਾਇਦ ਨੌਕਰ ਆ ਜਾ ਓਏ ਕਮਲਿਆ ਅੱਛਾ ਵੀ ਵਾਇਰਸ ਨਹੀਂ ਐਂਟੀ ਵਾਇਰਸ ਐਂਟੀ ਵਾਇਰਸ ਐਂਟੀ ਵਾਇਰਸ ਐਂਟੀ ਵਾਇਰਸ ਹਾਂ ਓ ਭਾਈ ਸੱਚ ਯਾਦ ਆਇਆ ਉਹ ਟੈਸਟਿੰਗ ਕੀਤੇ ਨਾ ਹਫਤਾ ਹੋ ਗਿਆ ਕੰਪਨੀ 'ਚ ਕੋਈ ਫੋਨ ਨਹੀਂ ਆਇਆ ਓਏ ਕਮਲਿਆ ਆਪਣੀ ਡੀਲ
ਫਾਈਨਲ ਹੋ ਗਈ ਬੀਸੀਐਲ ਦੇ ਵਿੱਚ। ਸੱਚੀ ਸੱਚੀ ਓਏ ਹੁਣ ਮੇਰਾ ਵੀਰ ਪੂਰੀ ਦੁਨੀਆ ਤੇ ਛਾਜੂ ਸਟੇਜ ਦੇ ਉੱਤੇ ਸਾਰੀ ਪ੍ਰੈਸ ਥੱਲੇ ਹੋਏ ਲੋ ਸੱਚੀ ਵੀਰ ਦੇ ਬੋਲ ਚੜਾਈ ਮੈਂ ਦੇਖ ਕੇ ਆਉਣਾ ਭਾਈ। ਓਏ ਤੂੰ ਕਿੱਥੇ ਚੱਲੇ ਭਾਈ ਮੈਂ ਦੇਖਦਾ ਪ੍ਰੈਸ ਕਿੱਥੇ ਹੈ। ਓਏ ਕੀ ਬਾਤ ਹੈ ਇੰਨੀ ਪ੍ਰੈਸ। ਇੱਕ ਮਿੰਟ ਤਾਲੀਆਂ ਬਸ ਲਿਆ ਬਾਈ ਮਾਈ ਬਾਈ ਮਾਈਕ ਫੜਾਈ ਫਤਿਹ ਬਾਈ ਮਾਈਕ ਫੜਾਈ ਮਾਈਕ ਫੜਾਓ ਬਾਈ। ਓਕੇ ਹੈਲੋ ਹੈਲੋ ਮੈਂ ਉਹੀ ਕਾਲਜ ਡਰੋਪ ਆਊਟ ਹਾਂ ਜਿਹੜਾ ਤੁਸੀਂ ਧੱਕੇ ਮਾਰ ਕੇ ਬਾਹਰ ਕੱਢਤਾ ਸੀ ਅਤੇ ਅੱਜ ਇਹ ਸੋਫਟਵੇਅਰ ਮੈਂ ਹੀ ਬਣਾਇਆ। ਮੈਂ ਚੀਟਰ ਨਹੀਂ ਸੀਗਾ ਬਾਈ ਮੈਂ ਚੀਟਰ ਨਹੀਂ ਸੀਗਾ ਤੇ ਅੱਜ ਮੈਂ ਸਾਬਿਤ ਕਰਤਾ ਮੈਂ ਕਾਮਯਾਬ ਹੋ ਗਿਆ। ਅੱਜ ਮੈਂ ਕਾਮਯਾਬ ਹੋ ਗਿਆ। ਜੇ ਨਾ ਹੋਇਆ ਤਾਂ ਫੇਰ ਓਏ ਕਾਮਯਾਬ ਹੋਊਗਾ ਉਹ ਜੇ ਮੈਂ ਕਾਮਯਾਬ ਨਾ ਹੋਇਆ ਨਾ ਤਾਂ ਮੈਂ ਇੱਥੋਂ ਹੀ ਛਾਲ ਮਾਰ ਕੇ ਆਪਣੀ ਜਾਨ ਦੇ ਦੂੰ। Excuse me. हाँ जी। बस नहीं आई? बस जी आनी वाली है जी बस। Oh. ਨਾਮ ਹੀ ਪਤਾ ਜਾਂ ਹੋਰ ਵੀ ਕੁਛ ਪਤਾ? ਸਾਲਾ ਕੰਮ ਕਰ ਆਪਣਾ ਡਿਸਟਰਬ ਕਰੀ ਜਾਂਦਾ ਮੈਨੂੰ। ਓਏ ਫੇਸ ਪੈਕ ਤੇ ਟਮਾਟਰ ਨਹੀਂ ਓਏ ਖੀਰੇ ਲਾਈਂਦੇ। ਓ ਯਾਰ ਬਾਈ ਭੁੱਖ ਬੜੀ ਲੱਗੀ ਸੀ ਯਾਰ ਸਵੇਰੇ ਖੀਰੇ ਤੇ ਖਾ ਲੈ ਆ ਟਮਾਟਰ ਰਹਿ ਗਏ ਯਾਰ। ਕੀ ਅੱਗ ਲੱਗੀ ਓਏ ਸਵੇਰ ਦਾ ਫੋਨ ਕਰੀ ਜਾਣਾ ਦੱਸ। ਹਰ ਤਾਂ ਲੇਟ ਹਰ ਵਾਰੀ ਲੇਟ ਬਹੁਤ ਜ਼ਰੂਰੀ ਗੱਲ ਕਰਨੀ ਤੈਨਾਂ ਚੱਲ ਸਾਈਡ ਤੇ ਆ ਜਾ ਰੱਖ। ਕੀ ਹੋ ਗਿਆ ਤੈਨੂੰ? ਪੈਸੇ ਕਿੰਨੇ ਕਾ ਹੈਗਾ? 5,000 ਕਿਉਂ? ਵੈਸੇ ਪੈਸੇ ਦੀ ਲੋੜ ਤਾਂ ਨਹੀਂ ਮੈਨੂੰ ਮੀਟਿੰਗ ਵਿੱਚ। ਕੀ ਫੜਾਓ ਜਰਾ ਇੱਕ ਨਾ ਵੀ
मीटिंग गुड इवनिंग सर. गुड इवनिंग मैम. गुड इवनिंग. प्लीज मैम. मंचाओ सूप तो स्टार्ट कर दिया. मंचाओ सूप. सा सुनो यार, स्टार्ट ही तू कर रही है तो खत्म कितने करेगी? मंचाओ. हाँ मंचाओ. ओके सर. ओके सर. बिल सर कितना हुआ? सर 4980 ओनली. बस सर पीर पिए. चलो कोई ना. ओके भाई. हाँ सर. चंगा. हैव ए नाइस इवनिंग सर. ठीक है भाई. ठीक है सर. सर 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 थैंक्स फॉर योर विजिट. ठीक है यार. हाँ सर 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 प्लीज कम अगेन. ना तू नाल ही चलेगा? सर 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 मेरी टिप प्लीज. तेन टिप दवा. हाँ. चीर विचारों कटिया कर. हाँ? बहुत सोना लगेगा. डोली डोली रोक तो सी यार. वेलकम मैम. डोली चल कार इधर ही खड़ी है. अच्छा वैसे खाना अच्छा सी? ठीक सी. बंटे तेन सदर है निशान. बंटे उस साले पागल है. ओके बंटे बंटे सोने तो स्टार्ट हो गई सी. हुण की हो गया? पाजी गड्डी नहीं स्टार्ट हो रही. ओ वाला बटन है थल्ले कर लो स्टार्ट हो जू. आशके च भुल जांदा है. लगदा तुहाडे को भी सेम ही गड्डी है वीर जी. एक्चुअली साडे कोल भी आई गड्डी है. स्टार्ट हो गई. बंद कर दे. तेरा पर्स देख के पहले ही पता लग गया सी. ओ देख रही सी तेरा चुटकी ना लंबा चलता है. ऊपर डोली मैं आ तेरा पहला ते आखरी झूठ है. आज तो बार दोबारा होया ना. खैर छोड़. ओ डोली 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 सर बार छड़ आई. इडियट्स. तेरा डायलॉग बड़ा ही घेंट सी. लगदा बंटियो बंटे 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 तुझे दोनों बहुत कमीने हो सारे. चली गई नू बेचारे नू.
ਜੇ ਤੇਰੇ ਨਾਲ ਤਗਾ ਮੈਂ ਕਮਾਵਾਂ ਕੀ ਲੱਕਰੇ ਮੈਂ ਮਰ ਜਾਵਾਂ ਘਬਰਾਈ ਤਾਂ ਜਾਣਾ ਜਿਵੇਂ ਪੁਲਿਸ ਨੇ ਰੇਡ ਮਾਰੀ ਹੋਵੇ। ਪੁਲਿਸ ਕਿਉਂ ਆਊਗੀ ਭਲਾ? ਬਸ ਜੀ ਵੈਸੇ ਹੀ। ਕਿਆ ਬਾਤ ਹੈ, ਛੜਿਆਂ ਦੇ ਘਰ ਇੰਨੀ ਸਾਫ ਸਫਾਈ। ਬਸ ਇਦਾਂ ਹੈ ਜੀ, ਮਾੜਾ ਮੋਟਾ ਕਰ ਲਈਦਾ। ਮੇਰਾ ਲੈਪਟਾਪ ਨਾ ਬਾਰ ਬਾਰ ਹੈਂਗ ਹੋਈ ਜਾ ਰਿਹਾ। ਹਾਂ ਕੋਈ ਨਹੀਂ, ਲਿਆ ਦੇਖ ਲੈਨੇ। ਲੈ ਐਫਰ। ਉਹ ਅੱਛਾ ਹੈ, ਦੱਸ ਤੇਰੇ ਸੌਫਟਵੇਅਰ ਦਾ ਕੀ ਚੱਲ ਰਿਹਾ? ਦੁਨੀਆ ਦਾ ਸਭ ਤੋਂ ਪਹਿਲਾ ਐਂਟੀਵਾਇਰਸ ਜਿਸ ਦੇ ਨਾਲ ਕਿਸੇ ਵੀ ਕੰਪਿਊਟਰ 'ਚ ਵਾਇਰਸ ਨਹੀਂ ਜਾਊਗਾ, ਫਾਈਨਲੀ ਕੰਪਲੀਟ ਹੋ ਚੁੱਕਾ ਹੈ। ਕੰਪਲੀਟ ਹੋ ਗਿਆ? ਹੈਲੋ। ਅੱਛਾ ਜੀ, ਓਕੇ। ਹਾਂ ਜੀ ਹਾਂ ਜੀ। ਓਏ ਕਰਨ, ਕੱਲ ਨੂੰ ਆਪਾਂ ਕੰਟ੍ਰੈਕਟ ਸਾਈਨ ਕਰਨ ਜਾਣਾ। ਸੱਚੀ? ਮੁਬਾਰਕਾਂ, ਢੋਲ ਵੱਜ ਗਿਆ। ਲੈ ਵੀ ਕਰਨ, ਆ ਗਈ ਤੇਰੀ ਮੰਜ਼ਿਲ। ਹੈੱਡ ਆਫਿਸ। ਤੈਨੂੰ ਪਤਾ ਕਰਨ, ਹਾਂ, ਇਸ ਕੰਪਨੀ ਦੇ ਸੀਈਓ ਨੇ ਨਾ ਜਿਹੜੇ ਮਿਸਟਰ ਵਾਲੀਆ, ਉਹ ਪਹਿਲਾਂ ਇੱਥੇ ਜੌਬ ਕਰਦੇ ਸੀ। ਅੱਛਾ। ਤੇ ਹੋਰ ਇੰਟਰਸਟਿੰਗ ਗੱਲ, ਇਸ ਕੰਪਨੀ ਦੀ ਜਿਹੜੀ ਮਾਲਕਿਨ ਹੈ ਨਾ ਬਾਣੀ, ਉਹਦੇ ਹਸਬੈਂਡ ਵੀ ਮਿਸਟਰ ਵਾਲੀਆ ਹੀ ਨੇ। ਅੱਛਾ। ਬੜੇ ਇਮਾਨਦਾਰ ਤੇ ਮਿਹਨਤੀ ਬੰਦੇ ਨੇ। ਚੱਲ ਹੁਣ ਤੂੰ ਤਿਆਰ ਹੋ ਜਾ ਅੰਦਰ ਜਾਣ ਨੂੰ। ਹਾਂ ਯਾਰ, ਉਹ ਦੇਖੀ ਜਾਈ, ਅੰਦਰ ਆ ਜਾ। ਸਹੀ ਗੱਲ। ਲੈ ਬਈ। ਗੁੱਡ ਮਾਰਨਿੰਗ ਸਰ, ਹਾਊ ਮੇ ਆਈ ਹੈਲਪ ਯੂ? ਵੈਰੀ ਗੁੱਡ ਮਾਰਨਿੰਗ, ਮਾਈਸੈਲਫ ਇਜ਼ ਫਤਿਹ ਐਂਡ ਇਧਰ ਆ ਜਾ। ਹੈ? ਹੀ ਇਜ਼ ਕਰਨ। ਵੀ ਹੈਵ ਦ ਅਪਾਇੰਟਮੈਂਟ ਵਿਦ ਮਿਸਟਰ ਵਾਲੀਆ। ਗੁੱਡ ਮਾਰਨਿੰਗ। ਸੈਕਿੰਡ ਫਲੋਰ ਟੂ ਯੂਰ ਰਾਈਟ ਸਰ। ਥੈਂਕ ਯੂ। ਥੈਂਕ ਯੂ। ਉਹੀ ਨਹੀਂ ਪੰਟੀ ਵਾਲੀ ਡੋਲੀ ਡੋਲੀ। ਸਾਰਾ ਦਿਨ ਫੋਨ ਤੇ ਰਿਹਾ ਕਰੋ। ਸੋਰੀ ਮੈਮ, 3 ਸਾਲ ਤੋਂ ਨਾ ਕਿਸੇ ਸਟਾਫ ਨੂੰ ਤਰੱਕੀ ਦਿੱਤੀ ਹੈ ਔਰ ਨਾ ਹੀ ਬੋਨਸ ਮਿਲਿਆ। ਬੌਸ ਨੂੰ ਬੋਲੋ ਤਾਂ ਮੈਡਮ ਨਾਲ ਗੱਲ ਕਰੋ, ਕਮੀ ਨਹੀਂ ਕਿਸੇ ਥਾਂ ਦੀ। ਆਹੋ ਯਾਰ, ਮੈਂ ਆ ਜਾਣਾ ਸ਼ਾਮ ਨੂੰ। ਓ ਹਾਏ। ਹੈਲੋ ਡਾਰਲਿੰਗ। ਓ ਗੋਡ, ਆਓ ਬੈਠੋ। ਸਾਰੇ ਫੂਲਸ ਇਸੇ ਆਫਿਸ 'ਚ ਇਕੱਠੇ ਹੋਏ ਪਏ ਨੇ। ਐ ਲਓ ਤੁਸੀਂ, ਇਹ ਖਾਓ ਤੁਸੀਂ ਪਹਿਲੇ। Have this first. Ranveer, main sveray already dose kha chuki hai. I don't want to have this. Vani, us dose nu 3 ghante ho gaye. This is very bad. Je tusi apne medicines hi khaoge to theek kivein hoge? I don't like that medicine. Mainu kha ke kuch ajeeb ja feel hunda hai. Jitna frustrated hi rehndi hai. Mainu pata hai ide side effects hai gaye. But you have to have your medicine. Vani. No. Vani. No, no, no. Mainu koi pyar nahi karda. Main nahi hoon. Oh, stop. Okay. Go ahead. I'm having it. That's very good. Kuch checks hai ke sign karnu. Yeah. Acha suno. Yeah. Main soch rahi thi is baar ina Diwali te pure staff nu bonus davange. Oh yes. Te nava saal vi aa raha hai. Nave saal vich pure staff di salary vada deni chahiye. Excellent idea. Hai na? Yep. Staff khush rahega ta company vi tarakki karegi. Absolutely. Bas usi check sign kar do, rakam to main aap hi bhar leni hai. Okay. Hello ji, sat sri akaal. Ki haal hai? ਹਾਂ ਜੀ ਹਾਂ ਜੀ ਹਾਂ, ਬਲਕਿ ਵਾਨੀ ਜੀ ਇੱਥੇ ਬੈਠੇ, ਤੁਸੀਂ ਆਪ ਹੀ ਗੱਲ ਕਰ ਲਓ। ਆ ਡਾਰਲਿੰਗ ਮੀਰਾ ਜੀ ਹੈਗੀ, ਉਹ ਅਨਾਥ ਵਾਲੇ ਸੰਸਥਾ ਤੋਂ, ਇਹ ਚੰਦੇ ਦੇ ਸਿਲਸਿਲੇ 'ਚ ਗੱਲ ਕਰ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਮੈਂ ਬਿਲਕੁਲ ਠੀਕ, ਤੁਸੀਂ ਸੁਣਾਓ? ਆਈ ਐਮ ਗੁੱਡ। ਚੈੱਕ ਤਾਂ ਕੀ ਬਣਿਆ? ਤੁਹਾਨੂੰ ਤੁਹਾਡਾ ਚੈੱਕ ਨਹੀਂ ਮਿਲਿਆ ਹਜੇ? ਹਾਂ, ਇਹ ਡੋਨਟ ਵਰੀ, ਮੈਂ ਹੁਣੇ ਚੈੱਕ ਕਰਦੀ ਹਾਂ। ਮਿਲਦੇ ਹਾਂ। ਹਾਂਜੀ ਮਿਲਦੇ ਹਾਂ। ਸਤਿ ਸ਼੍ਰੀ ਅਕਾਲ। ਮੀਰਾ ਜੀ ਦੀ ਸੰਸਥਾ ਦਾ ਚੈੱਕ? ਹਾਂ, ਨਹੀਂ 5 ਲੱਖ ਦਾ ਮੈਂ ਹੁਣੇ ਬਣਾ ਦੇਣੀ ਹਾਂ। ਹਾਂ ਹੁਣੇ ਬਣਾ ਦਿਓ। ਬਹੁਤ ਭਲੀ ਔਰਤ ਹੈ। ਅੱਜ ਕੱਲ ਇਹੋ ਜਿਹੀਆਂ ਭਲੀਆਂ ਔਰਤਾਂ ਕਿੱਥੇ ਮਿਲਦੀਆਂ ਨੇ? Too good. We must support her society. She is a very sweet woman. Hey, Kivani, tu si aandhi kam shuru karta. You know you need rest, honey, right? I'm fine, Ranveer. You need rest. I'm absolutely fine. You need rest, kawal. Bahut kam kar diya tusi. Vani. Hmm?
मेरे सेंस टाइम ना ले लेना। जिते कोल थोड़े वर्गा हस्बैंड होवे उन्हें अपनी चिंता करने की लोड़ ही नहीं है। फिर इमोशनल करता। मिस्टर मेहता। यस मैडम। शैल वी सिट ऑन द अकाउंट। जी मैडम। मिस्टर करण तुसी हुन अंदर जा सकदे हो। फतेह थैंक यू यारा। स्मार्ट लगना। कामयाब हो गए यारा। All the best. May I come in, sir? Oh, hello, Mr. Karan. Please come in. Thank you, sir. Bhai, thode papers ready hai ke bas thode autograph di load hai. Hello. Tere baad duniya ne thode autograph lab liya. Karan di koi load nahi hai, Mr. Karan. It's a very regular, it's a normal contract. Theek hai, sir. Happens every day. Sir, can I have a pen? Yeah, sure. Sir, ek choti ji request chahiye, sir. इस सॉफ्टवेयर का नाम मैं अपनी माँ के नाते रखना चाहना अमृत। अमृत सॉफ्टवेयर की दुनिया का अमृत। सॉफ्टवेयर की दुनिया का अमृत ही तो है। हाँ जी सर। फैंटास्टिक। आ थोड़ा साइनिंग ते 5 करोड़ लॉन्च दे। थैंक यू सर। सर 50,000 लिखे ने तुसी तक कहा सी 1,00,000 मिलन। देखो जी ये डिसीजन मेरा नहीं है, कंपनी की MD का है। मैडम हैगी जिहड़ी गई हजे। सर MD मैडम तुहाडी वाइफ ही ने। हैगे घर च इत्थे MD। आई डोंट मेक्स बिजनेस विद प्लेजर राइट। इट वाज अ प्लेजर मीटिंग यू मिस्टर कर्न। ते मैं दावे नाल कह सकदा हां जी कि कुछ दिनों के बाद तुहाडी जिंदगी हमेशा तेरी बदल जानी है। प्रॉमिस। थैंक यू सर। हां जी थैंक यू। प्रॉमिस। फतेह चेक पार्टी पार्टी। यस राजा। मनी सिंह हाय हाय। गंदे गीत बंद करो। मेरी उपेनो ये जो लच्चर गीत साडे सभ्याचार ते कलंक ने। ए सिंगर कदी गीतां च लक मिणाउंदे ने ते कदी पार्थ लौंदे ने। गल चुनियां दी करके ते वीडियो विच कुड़ी निकरां च विखांदे ने। वाह मैडम जी कविता हो गई है ता। ए नहीं चलूगा। नहीं चलूगा। नहीं चलूगा। नहीं चलूगा। नहीं नहीं चलेगा। मनी सिंह हाय हाय। लच्चर गीत बंद करो। नारी शक्ति जिंदाबाद। गंदे गीत बंद करो। लच्चर गीत यार यार तुसी चांदे की हो। ओ यार ए मने गंदे गीत क्यों गाउंदा ते बाल बाल कित्थों कटाउंदा वा ते मढीर किवें मगर लाउंदा। तुसी तुसी मेरी गल सुनो। तुसी तुसी ऑफिस आना ना। ऑफिस आके मिलो। तुसी समझा करो असी तोडे ऑफिस जरूर आवांगे। पक्का ना। पक्का पक्का। तुसी ऑफिस आना। हां जी हां जी हां जी। पक्का ना। हां जी हां जी। नहीं चलूगा। नहीं चलूगा। मान के मैडम जी मान के। मान गए। मान गए। मान गए। नारी शक्ति। चीयर्स। असली बात है यार यारा नाल ही है। खिच ले खिच ले। तू भी ला ला। यार सारी मुंह ते पाती पतंदरा खोल नहीं आती तेनू। रीत मोस्टली रैगिंग दे विच लोग आपस च दुश्मन बनदे आ पर असी तिन्ने दोस्त बन गए। फिर असी कठिया ने मिलके बीटेक कीती। तुसी दोवा ने भी बीटेक कीती है। सड़ी शक्ल है ओजिया ने। वैसे सी है बड़े इंटेलिजेंट क्यों पते। लगता नहीं ना। एक्चुअली मैनू भी पढ़ाई च कोई बहुता शौक तो है नहीं सी। बापू जी चाहते सी सो करनी पई। साढ़े खानदान च 10वीं तो अगे कोई गया ही नहीं। क्यों रास्ता ही नहीं सी पता कित्थों जाना है। असली पढ़ाकू साडा ए आ काका एनकू। फिर करण नु डिग्री क्यों नहीं मिली। ओ यार ठंडी बियर नहीं आगी की है। कोई चज दी बियर मंगाओ। डोंट ट्राई टू अवॉइड करण। तू इतना इंटेलिजेंट है एंटीवायरस सॉफ्टवेयर बनाया फिर तेनु डिग्री क्यों नहीं मिली। छड़ ना यार कुछ और गल कर दे। हर बार अवॉइड करता है। आज तेनू दसना ही पैना है।
सुन ए की है? पता नहीं सर। की दिया फिर? सर नहीं की दिया फिर? चीटिंग कर रहे हैं सर। मैं हां सर मैं चीटिंग कर रहा हूं सर। फिर बोल रहा पर्ची मेरी नहीं। चीटिंग कर रहा है वो, तो कह रहा है पर्ची मेरी नहीं है। चल मैं बताना तेनू, पागल बना रहा है मेनू। मेरी पर्ची नहीं है सर। चल मैं बताना तेनू, गलतफहमी हुई है सर। सर टॉपर है कॉलेज सर। सर आई एम टॉपर। चीटिंग नहीं है सर। मैं तेनू दसना चीटिंग करता सर। मैं चीटिंग नहीं की। चल हूं पर्ची नहीं सकी सर। चीटिंग कर रहा मेरी पर्ची नहीं सकी सर। गेट आउट गेट आउट गेट आउट आई से। ਤਈਏ ਫਸਟ ਆਉਂਦਾ ਸੀ ਨਕਲ ਕਰਦੇ ਫੜਿਆ ਗਿਆ ਇਸ ਨੂੰ ਅਤੇ ਸੋਚਦੇ ਇਹ ਬੜਾ ਇੰਟੈਲੀਜੈਂਟ ਹੈ ਤੇ ਨਕਲ ਕਰਕੇ ਪਾਸ ਹੋ ਚੀਟਿੰਗ ਸੀ तेनू पता रीत फतेह ते बंटी ने मैनू संभाले नहीं तो शायद अज मैं ही ना हुंदा। जिस तरह उन्होंने तेरा साथ दिता हमेशा मैं भी तेरे नाल। ओ यार छड़ो यार पुराने गल्लां नूं, ओ हुण तां अपनी वीसीएल दे विच वी गल होगी, सब कुछ ठीक हो गया हुण। गुके ते सुपरमैन ऑन कर लो हैंडीकैम। हाल आ गया यार भाई जी, क्यों मोर है वीर, चलो को मस्ती उस्ती करदे आ यार। हां मैडम 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 की है? ओ मनी सिंह। हां आप जी आइए आइए। मैनू पता तुसी मनी दा बड़ी बेसब्री नाल इंतजार कर रहे हो। मेरे वाले एक छोटी जी पेंट 5 लाख दा चेक। नो नो यो बाकी बड़ी छोटी जी पेंट है, 1-0 हो लाओ। वो तां 50 लाख हो जू। ਤੁਸੀਂ ਔਰਤ ਦੀ 0 ਫਿਗਰ ਵਿਖਾ ਕੇ ਕਰੋੜੋ ਕਮਾ ਰਹੇ ਹੋ ਤੇ ਸਾਡੇ ਲਈ 1-0 ਵੀ ਹੋਰ ਨਹੀਂ। ਨੋ 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 ਪਰ ਐ ਕਰੋ 1-0 ਹੋਰ ਲਾ ਦੋ, ਨਹੀਂ ਤਾਂ ਤੁਸੀਂ ਜਿਹੜਾ ਰੈਪ ਕਰਦੇ ਹੋ ਨਾ, ਬਾਕੀ ਅਸੀਂ ਤੁਹਾਡੇ ਰੈਪ ਮਗਰ ਇਹ ਲਾ ਦਿੱਤਾ ਨਾ, ਬਹੁਤ ਮਹਿੰਗਾ ਪਊ। ਹੋਰ ਹਾਂ ਤੁਹਾਡੀ ਫਿਲਮ ਵੀ ਤਾਂ ਆ ਰਹੀ ਹੈ, ਜੇ ਉਹਦੇ ਵੀ ਪੋਸਟਰ ਫਟ ਗਏ ਤਾਂ। मैडम जी क्यों फाड़ रहे हो, साड़ी पहली तो फिल्म है। पाजी तुसी ऐसा करो 1-0 हो रहा हो ते अपनी फिल्म चलाओ। लो मैडम जी साड़े वालों नारी संस्थान नू वड्डी जी पेंट। बहुत बढ़िया जी बहुत बढ़िया। चंगा जी सत श्री अकाल। हाँ अच्छा जी। मैडम मैडम आ वेखो वालिया साहब दे ऑफिस वालों भी चेक। तेरे वर्गा कमीना बंदा मैं आज तक नहीं वेख्या। पहला तू वाणी नू अपने प्यार च फसाया ते फिर ओदे प्यो नू फसा के 5,000 करोड़ दी कंपनी टेक ओवर कर लेती। तेरी कमीनगी नू सलाम है मेरा। वेल थैंक यू, पर चेक ते तां हजे भी वाणी दे सिग्नेचर चलदे आ, मेरे नां तां हजे भी कुछ नहीं। मैनू कोई प्यार नहीं करदा। ओ बेबी तां पूरी जिंदगी ओदे टुकड़ियां ते पलेंगा। यू डोंट वरी अबाउट दैट। मैं 15 साल तो वाणी दे अगे पिछे कुत्तियां वांगू पूछ ला ला के फिर रहा। But now, my darling, वेला आ गया उसनू वटन दा। हाँ। मतलब मेरे कोल उसदे मर्डर दा एक प्लान है। वेखी कि फस ना जाई, तेरे बाद मेरा की बनू। कोई माई दा लाल नहीं फड़दा। कल मैं एक नवा सॉफ्टवेयर लॉन्च करन जा रहा। उदी लॉन्च दी पार्टी ते मैं वानी दे ड्रिंक च एक नशीली दवा मिला दिया।
ਇਹ ਤਾਂ ਸਾਰੇ ਜਾਣਦੇ ਕਿ ਵਾਨੀ ਆਪਣੀ ਗੱਡੀ ਆਪ ਚਲਾਉਂਦੀ ਉਹਦੀ ਨਾਲ ਵਾਲੀ ਸੀਟ 'ਤੇ ਮੈਂ ਬੈਠਾਂਗਾ ਜਦੋਂ ਗੱਡੀ ਪੁਲ 'ਤੇ ਪਹੁੰਚੇਗੀ ਮੈਂ ਉਹਦਾ ਸਟੀਅਰਿੰਗ ਘੁਮਾ ਕੇ ਆਪ ਛਾਲ ਮਾਰ ਦਿਆਂਗਾ ਸਾਰਿਆਂ ਨੂੰ ਇਹ ਕੋਲਡ ਬਲੱਡਡ ਮਰਡਰ ਨਹੀਂ ਇੱਕ ਬਹੁਤ ਹੀ ਅਨਫੋਰਚੁਨੇਟ ਟ੍ਰੈਜਿਕ ਐਕਸੀਡੈਂਟ ਲੱਗਣਾ ਸਾਹਿਬ ਚਾਹੇ ਅਖਬਾਰ ਨਹੀਂ ਹਾਂਜੀ ਇਹ ਲੀਜੀਏ ਇੱਕ ਮਿੰਟ ਦੁਨੀਆ ਦਾ ਪਹਿਲਾ ਐਂਟੀਵਾਇਰਸ ਜਿਹਦੇ ਨਾਲ ਕਿਸੇ ਵੀ ਕੰਪਿਊਟਰ 'ਚ ਵਾਇਰਸ ਨਹੀਂ ਜਾਏਗਾ ਅੱਜ ਲਾਂਚ ਕਰ ਰਹੇ VCL ਪੜੋ ਸਭ ਪੈਸੇ ਆਓ ਜੀ ਆਓ ਪਲੀਜ਼ ਪਲੀਜ਼ ਬੈਠੋ ਬੈਠੋ ਥੈਂਕ ਯੂ ਅੱਜ ਮੈਨੂੰ ਅਨਾਊਂਸ ਕਰਨ 'ਚ ਬੜਾ ਫਖਰ ਮਹਿਸੂਸ ਹੋ ਰਿਹਾ ਕਿ VCL ਇੰਟਰਨੈਸ਼ਨਲ ਇੱਕ ਵਾਰ ਫਿਰ ਧਮਾਕਾ ਕਰਨ ਜਾ ਰਿਹਾ ਇੱਕ ਐਸਾ ਸੋਫਟਵੇਅਰ ਲਾਂਚ ਕਰਕੇ ਕਿ ਜਿਹਨੂੰ ਕਿਸੇ ਕੰਪਿਊਟਰ 'ਚ ਪਾਓ ਤੇ ਸਾਰੀ ਉਮਰ ਉਹਦੇ 'ਚ ਵਾਇਰਸ ਨਹੀਂ ਆਏ ਤੇ ਮੈਂ ਸੋਚਿਆ ਕਿ ਮੈਂ ਇਸ ਸੋਫਟਵੇਅਰ ਦਾ ਨਾਂ ਆਪਣੀ ਵਾਈਫ ਦੇ ਨਾਂ 'ਤੇ ਰੱਖਾਂ ਲੇਡੀਜ਼ ਐਂਡ ਜੈਂਟਲਮੈਨ ਵਾਨੀ ਵਾਇਰਸ ਮਾਫੀ ਚਾਹੁੰਦਾ ਦੋਸਤੋ ਵਾਨੀ ਐਂਟੀਵਾਇਰਸ ਮੈਂ ਬਾਕੀ ਤੁਸੀਂ ਤਾਂ ਜਾਣਦੇ ਹੋ ਕਿ ਮੈਂ ਆਪਣੀ ਬੀਵੀ ਦੇ ਸਪੋਰਟ ਦੇ ਬਗੈਰ ਕੁਛ ਕਰਦਾ ਹੀ ਨਹੀਂ ਮੇਰਾ ਸੋਫਟਵੇਅਰ ਤੂੰ ਯਾਰ ਚੀਟਿੰਗ ਕੀਤੀ ਹੈ ਸ਼ਕਲੋਂ ਵੇ ਕਿੱਡਾ ਭੋਲਾ ਲੱਗਦਾ ਕੀ ਹੋਇਆ ਕਰਾਂ ਖਤਮ ਹੋ ਗਿਆ ਖਬਰ ਲੈਣਾ ਅੱਜ ਮੈਂ ਰਣਵੀਰ ਵਾਲਿਆਂ ਨੇ ਡਿਜ਼ਾਈਨ ਕੀਤਾ ਹੈ ਆਓ ਵੇਖਦੇ ਹਾਂ ਉਸਦੀ ਇੱਕ ਝਲਕ ਮੇਰੇ ਬਹੁਤ ਹੀ ਕਾਬਿਲ ਹਸਬੈਂਡ ਇਸ ਕੰਪਨੀ ਦੇ CEO ਮਿਸਟਰ ਵਾਲਿਆਂ ਨੇ ਇੱਕ ਐਂਟੀ ਵਾਇਰਸ ਬਣਾਇਆ He's a great computer engineer and I'm proud. Please ladies and gentlemen give a huge round of applause to Mr. Banti oi Ranbir Walia oi yaar main Karan nu phone karda yaar oh aa software ta sada yaar lai mere Karan nu phone currently yaar phone hi nahi lag raha switch off aa raha yaar oda phone oh Reet nu la le kise nu la le hello hello Reet ਹਾਂ ਬੰਟੀ ਬੋਲ ਕਰਨ ਤੇਰੇ ਕੋਲ ਆ ਨਹੀਂ ਕੀ ਹੋਇਆ ਯਾਰ ਉਹ ਘਰ ਵੀ ਹੈ ਨੀਗਾ ਕੀ ਗੱਲ ਕਰ ਰਿਹਾ ਹੋਇਆ ਕੀ ਉਹ ਗਿਆ ਕਿੱਥੇ ਬੰਟੀ ਤੂੰ ਨਿਊਜ਼ ਵੇਖੀ ਹਾਂ ਮੈਂ ਨਿਊਜ਼ ਦੇਖਦਾ ਪਿਆ ਯਾਰ ਸ਼ਾਇਦ ਮੈਨੂੰ ਪਤਾ ਕਿ ਕਰਨ ਕਿੱਥੇ ਹੈ ਕਿੱਥੇ ਅੱਜ ਮੈਂ ਲੇਟ ਨਾ ਹੋ ਜਾ ਬੰਟੀ ਅਸੀਂ ਲੜ ਲੜ ਥੱਕੇ ਆਂ ਮੁਕੱਦਰਾਂ ਦੇ ਨਾਲ ਜ਼ਿੰਦਗੀ ਵੀ ਲੱਗੇ ਇੱਕ
ਔਖਾ ਜਿਹਾ ਸਵਾਲ ਅਸੀਂ ਲੜ ਲੜ ਥੱਕੇ ਆਂ ਮੁਕਦਰਾਂ ਦੇ ਨਾਲ ਜ਼ਿੰਦਗੀ ਵੀ ਲੱਗੇ ਇੱਕ ਔਖਾ ਜਿਹਾ ਸਵਾਲ ਜਿਹੜੇ ਸੁਪਨੇ ਸੀ ਰੰਗੇ ਅੱਜ ਹੋਈ ਜਾਂਦੇ ਫਿੱਕੇ ਰੱਬਾ ਸਾਡੇ ਲਿਖਾਂ ਚ ਇਹਨੇ ਦੁੱਖ ਕਾ ਤੂੰ ਲਿਖੇ ਇਹਨੇ ਦੁੱਖ ਕਾ ਤੂੰ ਲਿਖੇ ਇਹ ਸਾਹਾਂ ਵਾਲੀ ਪੂੰਜੀ ਇੱਕ ਦਿਨ ਮੁੱਕ ਜਾਣੀ ਏ ਲੱਖ ਕਰ ਲੈ ਜਤਨ ਪੂਰੀ ਹੋਈ ਨਾ ਕਹਾਣੀ ਏ ਰਾਹਾਂ ਵਿੱਚ ਗੁਆਚੇ ਜੋ ਨਿਸ਼ਾਨੇ ਸੀਗੇ ਮਿੱਥੇ ਰੱਬਾ ਸਾਡੇ ਲੇਖਾਂ ਚ ਇਹਨੇ ਦੁੱਖ ਕਾ ਤੋਂ ਲਿਖੇ ਰੱਬਾ ਸਾਡੇ ਕਾਮਯਾਬ ਹੋ ਗਿਆ ਅੱਜ ਮੈਂ ਕਾਮਯਾਬ ਹੋ ਗਿਆ ਜੇ ਨਾ ਹੋਇਆ ਤਾਂ ਫੇਰ ਤਾਂ ਮੈਂ ਇੱਥੋਂ ਹੀ ਛਾਲ ਮਾਰ ਕੇ ਆਪਣੀ ਜਾਨ ਦੇ ਦੂੰ ਕਰਨ ਖੁਦਾ ਬੜੀ ਯਾਰ ਨਾ ਜੇ ਤੈਨੂੰ ਅੱਜ ਕੁਛ ਹੋ ਜਾਂਦਾ ਨਾ ਮੈਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਮਾਫ ਨਹੀਂ ਸੀ ਕਰ ਸਕਦਾ ਹਮੇਸ਼ਾ ਉਸ ਬੋਝ ਦੇ ਥੱਲੇ ਦੱਬਿਆ ਰਹਿਣਾ ਸੀ ਮੈਂ ਬੋਝ ਕਿਸ ਚੀਜ਼ ਦਾ ਬੋਝ ਯਾਰ ਦੇਖ ਫਤਿਹ ਤੂੰ ਕੁਛ ਛੁਪਾ ਰਿਹਾ ਹੈ ਤੈਨੂੰ ਆਪਣੀ ਯਾਰੀ ਦੀ ਸੌਂ ਆ ਤੈਨੂੰ ਦੱਸਣਾ ਪਊਗਾ ਕੀ ਆ ਜੇ ਹਰਕਤ ਕਿਸੇ ਹੋਰ ਨੇ ਕੀਤੀ ਹੁੰਦੀ ਨਾ ਪਰ ਹੁਣ ਮੈਨੂੰ ਪਤਾ ਹੈ ਕਿ ਮੈਂ ਸਾਥ ਕਿਹਦਾ ਦੇਣਾ ਫਤਿਹ ਇਕੱਲੇ ਰਹਿ ਸਕਦੇ ਹਾਂ ਆਪਾਂ ਉਹ ਇਕੱਲੇ ਰਹਿ ਸਕਦੇ ਹਾਂ ਆਪਾਂ ਉਹ ਇਕੱਲੇ ਰਹਿ ਸਕਦੇ ਹਾਂ ਆਪਾਂ ਨਹੀਂ ਨਾ ਤੇ ਫਿਰ ਕੁਛ ਕਰਨਾ ਪੈਣਾ ਆਪਾਂ ਨੂੰ ਕੁਛ ਕਰਨਾ ਪੈਣਾ ਆਪਾਂ ਨੂੰ ਹਾਂ ਕੁਛ ਤਾਂ ਕਰਨਾ ਪੈਣਾ ਦੇਖ ਮੈਂ ਉਹ ਸਭ ਕੁਛ ਤਾਂ ਠੀਕ ਨਹੀਂ ਕਰ ਸਕਦਾ ਪਰ ਇਹ ਜ਼ਰੂਰ ਠੀਕ ਕਰ ਸਕਦਾ ਉਸ ਬਾਲੀਏ ਦੀ ਹਿੱਕ 'ਚ ਸੁਰਾਖ ਕਰਕੇ ਕਿਸੇ ਨੂੰ ਮਾਰ ਕੇ ਅਸੀਂ ਜ਼ਿੰਦਗੀ ਭਰ ਜੇਲ੍ਹ 'ਚ ਸੜਾਂਗੇ ਉਹ ਫਿਰ ਇਹ ਕਿਵੇਂ ਪਤਾ ਚੱਲੂ ਕਿ ਸੌਫਟਵੇਅਰ ਕਰਨ ਨੇ ਬਣਾਇਆ ਇਹ ਵੀ ਸਾਬਿਤ ਕਰਾਂਗੇ ਪਿਆਰ ਨਹੀਂ ਪਿਆਰ
ਸੱਚ ਪੁੱਠਾ ਪੰਗਾ ਸੂਟ ਬ੍ਰਾਂਡਡ ਬੂਟ ਬ੍ਰਾਂਡਡ ਚਾਵੇ ਹਰ ਇੱਕ ਬੰਦਾ ਪੈਸਾ ਹੀਰੋ ਬਾਕੀ ਜੀਰੋ ਲਾਈਫ ਦਾ ਇਹੋ ਫੰਡਾ ਓ ਪੈਸਾ ਯਾਰ ਨ ਪੰਗਾ ਪੈਸਾ ਯਾਰ ਨ ਪੰਗਾ ਓਏ ਪੈਸਾ ਯਾਰ ਨ ਪੰਗਾ ਪੈਸਾ ਯਾਰ ਨ ਪੰਗਾ ਓਏ ਪੈਸਾ ਯਾਰ ਨ ਪੰਗਾ ਪੈਸਾ ਯਾਰ ਨ ਪੰਗਾ ਸਾਡੇ ਅੱਗੇ ਕੌਣ ਕਰੂਗਾ ਚੂਚੇ ਚੂਚੇ ਪੱਪਾ ਪੱਪਾ ਪੈਸਾ ਬੋਲਦਾ ਪੱਪਾ ਪੱਪਾ ਪੈਸਾ ਹਰ ਕੋਈ ਬਣਿਆ ਫਿਰੇ ਜੁਗਾੜੀ ਪੈਰ ਪੈਰ ਤੇ ਠੱਗੀ ਇੱਕ ਦੂਜੇ ਨੂੰ ਸਾਰੀ ਦੁਨੀਆ ਟਾ ਲਾਉਣ ਤੇ ਲੱਗੀ ਉਹ ਕੁੰਡੀ ਲਾ ਲੈ ਮਾਲ ਬਣਾ ਲੈ ਤੂੰ ਕੀ ਕਰੇ ਮਲੰਗਾ ਓ ਪੈਸਾ ਯਾਰ ਨ ਪੰਗਾ ਪੈਸਾ ਯਾਰ ਨ ਪੰਗਾ ਓ ਪੈਸਾ ਯਾਰ ਨ ਪੰਗਾ ਪੈਸਾ ਯਾਰ ਨ ਪੰਗਾ ਓਏ ਪੈਸਾ ਯਾਰ ਨ ਪੰਗਾ ਪੈਸਾ ਯਾਰ ਨ ਪੰਗਾ ਗੋਲੂ ਪੱਕਾ ਇਹ ਕੈਮਰਾ ਰਾਤ ਦੇ ਹਨੇਰੇ 'ਚ ਸ਼ੂਟ ਕਰ ਸਕਦਾ ਹੈ ਨਾ ਵਾਲੀਏ ਦੀ ਕਾਰ ਆਊਗੀ ਪਛਾਣਦਾ ਹੈ ਨਾ ਪਛਾਣਦਾ ਚੰਗੀ ਤਰ੍ਹਾਂ ਜਾਣਦਾ ਵਾਲੀਏ ਦੀ ਕਾਰ ਵਿੱਚ ਅੱਜ ਕੀ ਆਉਣਾ ਹੈ ਇਹ ਤੇਰੇ ਲਈ ਸਰਪ੍ਰਾਈਜ਼ ਆ ਵਾਲੀਏ ਤੇਰੇ ਇਸ ਕਰਤੂਤ ਦੀ ਸੀਡੀ ਮੇਰੇ ਕੋਲ ਆਉਣ ਵਾਲੀ ਹੈ ਤੇ ਅੱਜ ਤੋਂ ਬਾਅਦ ਤੂੰ ਮੈਨੂੰ ਕਦੇ ਧੋਖਾ ਨਹੀਂ ਦੇ ਸਕਦਾ ਨਜ਼ਾਰੇ ਆ ਜਾਣਗੇ ਨਜ਼ਾਰੇ ਆ ਜਾਣਗੇ ਨਜ਼ਾਰੇ ਆ ਜਾਣਗੇ ਨਜ਼ਾਰੇ ਆ ਜਾਣਗੇ ਮੇਰੇ ਯਾਰ ਫਰੇਬੀ ਮੇਰੇ ਯਾਰ ਫਰੇਬੀ ਮੇਰੇ ਯਾਰ ਫਰੇਬੀ ਮੇਰੇ ਯਾਰ ਫਰੇਬੀ ਹਰ ਕੋਈ ਬਣਿਆ ਫਿਰੇ ਜੁਗਾੜੀ ਪੈਰ ਪੈਰ ਤੇ ਠੱਗੀ ਇੱਕ ਦੂਜੇ ਨੂੰ ਸਾਰੀ ਦੁਨੀਆ ਡਾ ਲਾਉਣ ਤੇ ਲੱਗੀ ਫਿਰੇ ਜੁਗਾੜੀ ਪੈਰ ਪੈਰ ਤੇ ਠੱਗੀ ਇੱਕ ਦੂਜੇ ਨੂੰ ਸਾਰੀ ਦੁਨੀਆ ਟਾ ਲਾਉਣ ਤੇ ਲੱਗੀ ਉਹ ਕੁੰਡੀ ਲਾ ਲੈ ਮਾਲ ਬਣਾ ਲੈ ਤੂੰ ਕੀ ਕਰੇ ਮਲੰਗਾ ਓ ਪੈਸਾ ਯਾਰ ਨ ਪੰਗਾ ਪੈਸਾ ਯਾਰ ਨ ਪੰਗਾ ਓਏ ਪੈਸਾ ਯਾਰ ਨ ਪੰਗਾ ਪੈਸਾ ਯਾਰ ਨ ਪੰਗਾ ਓਏ ਪੈਸਾ ਯਾਰ ਨ ਪੰਗਾ ਪੈਸਾ ਯਾਰ ਨ ਪੰਗਾ ਪੈਸਾ ਯਾਰ ਨ ਪੰਗਾ ਗੁੱਡ 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 ਵੈਰੀ ਗੁੱਡ ਵੈਰੀ ਗੁੱਡ ਉਧਰ ਵੱਡੇ ਡਾਰਲਿੰਗ ਤੁਸੀਂ ਠੀਕ ਹੋ ਨਾ ਉਹ ਕੁਛ ਧੁੰਦਲਾ ਨਜ਼ਰ ਆ ਰਿਹਾ ਤੈਨੂੰ ਡਾਰਲਿੰਗ ਆ ਕੀ ਸੀ ਐਲੀ ਓ ਡਾਰਲਿੰਗ ਇਹ ਸੀ ਸਾਡੇ ਡੰਡੇ ਦਾ ਫੰਡਾ ਮੈਡਮ ਨੇ ਪਤਾ ਨਹੀਂ ਕਿੱਧਰ ਫਸਾਤਾ ਕਿਹਦੇ ਕਿਹਦੇ ਮਿੱਧ ਨੇ ਪੈ ਰਹੇ ਮੈਨੂੰ ਉਹ ਮੇਰੀ ਐਨਕ ਡਿੱਗ ਪਈ ਇਹਦੇ ਤੋਂ ਬਗੈਰ ਤਾਂ ਮੈਨੂੰ ਦੀਂਦਾ ਵੀ ਨਹੀਂ ਮੈਂ ਕਿਹਾ ਆ ਜਾ ਹੁਣ ਹਾਏ ਫੋਨ ਹੈਲੋ ਹਾਂ ਗੋਲੂ ਵਾਲੀ ਆ ਗਿਆ ਹਾਂਜੀ ਮੈਡਮ ਵਾਲੀ ਆ ਗਿਆ ਗੱਡੀ ਆ ਗਈ ਹਾਏ ਓਏ ਓਏ ਕੀ ਹੋਇਆ ਕੀ ਹੋਇਆ ਓਏ ਮੈਂ ਕਿਹਾ ਆ ਜਾ ਉਹ ਛੱਡ ਬੜਾ ਕਾਕਰੋਚ ਨੂੰ ਮੈਡਮ ਜੀ ਗੱਡੀ 'ਚ ਤਾਂ ਚੀਕਾਂ ਵੱਜੇ ਜਾਂਦੀਆਂ ਇਹਦਾ ਮਤਲਬ ਵਾਲੀਆ ਕਤਲ ਕਰ ਰਿਹਾ ਗੋਲੂ ਸੁਣ ਧਿਆਨ ਨਾਲ ਮੇਰੀ ਗੱਲ ਸੁਣ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਵੀਡੀਓ ਬਣਾ ਤੇ ਸੀਡੀ ਲੈ ਕੇ ਸਿੱਧਾ ਮੇਰੇ ਕੋਲ ਆ ਜਲਦੀ ਹਾਂਜੀ ਹੁਣ ਮਿਲੀ ਆ ਪਿੱਛੇ ਰਹੋ ਤੁਸੀਂ ਮਹਿਮਤ ਮੇਰੇ ਕੋਲ ਆ ਤੁਸੀਂ ਪਿੱਛੇ ਰਹੋ ਸਾਰੇ ਪਿੱਛੇ ਰਹੋ ਤੁਸੀਂ ਮਹਿਮਤ ਗੱਲ ਕੁਛ ਸਮਝ ਨਹੀਂ ਆਈ ਕੋਈ ਮੈਨੂੰ ਡੰਡਾ ਮਾਰ ਗਿਆ ਸਾਡਾ ਪਲੈਨ ਹੀ ਚੁੱਪ ਇਹ ਵਾਣੀ ਕਿੱਥੇ ਗਈ ਚੱਕਰ ਕੀ ਹੈ ਅੱਲਾ ਹੁਣ ਵਾਲੀਆਂ ਨੂੰ ਫੋਨ
ओए ओ मैं तेनु फोन लाउन नु किया है ओ आ तू वीडियो गेम खेलन लग गया वीडियो गेम नहीं भाई तू देखी जा एक्चुअली इस तरह फोन लान दे नाल साडी लोकेशन दा पता नहीं लगेगा ते एवे लगेगा कि जिवें किते बाहरों फोन आया ते पुलिस दा कोई पंगा भी नहीं पएगा है ना वाह ला ले ए देख ए लग गया किडनैपर बोलदा सर जी सर मैं तुहाडी वोटी जी नूं किडनैप कर लिया सर सानू 5 करोड़ चाहिदा बस ओ यार मैनूं लोन नहीं चाहिदा तुसीं की करी जांदे हो सवेरे सवेरे सर जी नौकरी मंग रहे हो कि फिरौती मैनूं दे रहे फोन मैं तो देखी कितना पैसे लैंदा 5 करोड़ रुपया ओ साले तू भंग पीती है ते ना मैं कोई चुटकला सुना है ए भी हंसी आना ओ मैं कहता मैनूं नहीं चाहिदा लोन पता तेरा फोन है मेरा हां विलेन वाली फीलिंग निकल कर शेर जगा कम ऑन ओए वाड़िए फोन ना कटी नहीं तो तेरी वोटी कटी जानी है 5 करोड़ रुपये तैयार रखी ते साडे अगले फोन दा इंतजार करी की ਤੈਨੂੰ ਪਤਾ ਵਾ ਨਹੀਂ ਕਿੱਥੇ ਹਾਂ ਤੇਰੀ ਵੋਟੀ ਮੇਰੇ ਕਬਜ਼ੇ 'ਚ ਹੈ ਕੀ ਓਹੋ ਤੇ ਨਾਲੇ ਇੱਕ ਗੱਲ ਹੋਰ ਯਾਦ ਰੱਖੀ ਜੇ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਨਾ ਤਾਂ ਤੇਰੀ ਵੋਟੀ ਦੇ ਟੋਟੇ ਟੋਟੇ ਕਰਕੇ ਐਲਾਨ ਮਤਲਬ ਵਰਨੀ किडनैप हो गई है मेरी बॉटी किडनैप हो गई है बॉटी किडनैप हो गई है बॉटी किडनैप हो गई क्या मीरा आया 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 ਇੰਨੀ ਸਵੇਰੇ ਆਈ ਐਮ ਜਸਟ ਲਵਿੰਗ ਮਾਈ ਲਾਈਫ ਦੇ ਹੈਵ ਕਿਡਨੈਪਡ ਮਾਈ ਵਾਈਫ ਆਈ ਐਮ ਜਸਟ ਲਵਿੰਗ ਮਾਈ ਇਸ ਤੋਂ ਪਹਿਲਾਂ ਮੈਂ ਕੁਝ ਕਰਦਾ ਕਿਸੇ ਨੇ ਵਾਣੀ ਨੂੰ ਕਿਡਨੈਪ ਕਰ ਲਿਆ ਮਤਲਬ ਤੁਸੀਂ ਵਾਣੀ ਨੂੰ ਪੁਲ ਤੇ ਨਹੀਂ ਮਾਰਿਆ ਮੈਂ ਤਾਂ ਪੁਲ ਤੇ ਗਿਆ ਹੀ ਨਹੀਂ ਤਾਂ ਫਿਰ ਇਹ ਸੱਟ ਕਿਸ ਤਰ੍ਹਾਂ ਲੱਗੀ ਇਹ ਨਾ ਮੈਨੂੰ ਕਿਡਨੈਪਰ ਨੇ ਮਾਰਿਆ ਇੱਥੇ ਮੈਨੂੰ ਕੋਈ ਪਿਆਰ ਨਹੀਂ ਕਰਦਾ ਨਾ ਕਿਸ ਨੂੰ ਬੇਵਕੂਫ ਬਣਾ ਰਿਹਾ ਵਾਲੀਆ ਤੇਰੀ ਸਾਰੀ ਕਰਤੂਤ ਦੀ ਸੀਡੀ ਮੇਰੇ ਕੋਲ ਆਣੀ ਵਾਲੀ ਹੈ ਹੈ ਜੀ ਓ ਜਾ ਕੇ ਦੇਖ ਕੌਣ ਹੈ ਬਾਹਰ ਓਏ ਦਰਵਾਜ਼ੇ ਕਿਉਂ ਠੋਕੀ ਜਾਂਦਾ ਕੰਟੀ ਨਹੀਂ ਮਾਰ ਸਕਦਾ ਬੇਵਕੂਫ ਮੈਂ ਸੋਚਿਆ ਅੱਜ ਕੁਝ ਡਿਫਰੈਂਟ ਕੀਤਾ ਜਾ ਸੀਡੀ ਅੰਦਰ ਰੱਖ ਤੇ ਦਫਾ ਹੋ ਵਾਲੀਆ ਸਾਹਿਬ ਜਾਨੂ ਆ ਕਿਹੜੀ ਸੀਡੀ ਲਾਇਓ ਸਵੇਰੇ ਸਵੇਰੇ ਓ ਯੋਗਾ ਦੇ ਓ ਯੋਗਾ ਆਈ ਲਾਈਕ ਨਾਟ ਓ ਹੋਰ ਦੱਸੋ ਕੀ ਕਹਿੰਦਾ ਕਿਡਨੈਪਰ ਕਿਡਨੈਪਰ ਓ ਕਹਿੰਦਾ ਜੇ ਪੁਲਿਸ ਨੂੰ ਦੱਸਿਆ ਤੇ ਮੈਂ ਤੇਰੀ ਬੋਟੀ ਦੇ ਟੋਟੇ ਟੋਟੇ ਕਰਕੇ ਇਲਾ ਨੂੰ ਖਵਾ ਦੇਾਂਗੇ ਆਮ ਜਸਟ ਲਵਿੰਗ ਮਾਈ ਲਾਈਫ ਮੇਰੀ ਬੋਟੀ ਕਿਡਨੈਪ ਹੋ ਗਈ ਆਈ ਐਮ ਜਸਟ ਲਵਿੰਗ ਮਾਈ ਲਾਈਫ ਕਰਨਾ ਪੈਣਾ
ਵਾਲਿਆਂ ਨਾਲ ਗੱਲ ਨਹੀਂ ਹੋ ਪਾਏਗੀ। ਖੈਰ ਮੈਂ ਤੋਂ ਗਿਲ ਕੈਮਰਾਮੈਨ ਦੀਪਕ ਦੇ ਨਾਲ ਜੀਬੀਸੀ ਨਿਊਜ਼। ਯਾਰ ਬਾਈ ਆ ਕੀ ਕਰਤਾ ਵਾਲਿਆਂ ਨੇ? ਯਾਰ ਬਾਈ ਜੇ ਪੁਲਿਸ ਦਾ ਪੰਗਾ ਪੈ ਗਿਆ ਫਿਰ? ਉਹ ਕੁਝ ਨਹੀਂ ਹੁੰਦਾ ਯਾਰ, ਇੱਥੇ ਪੁਲਿਸ ਤਾਂ ਕੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਯਾਰ ਪਰਿੰਦੇ ਦਾ ਲੱਗਦਾ ਭੱਜ ਗਿਆ ਭੂਤ ਦੇ ਸਾਲਿਓ। ਕੁਛ ਨੀ ਹੁੰਦਾ, ਐਵੇਂ ਰੌਲਾ ਪਾਈ ਜਾਂਦੇ ਹੋ। ਉਹ ਜਿਹੜੀ ਸਪੀਡ ਨਾਲ ਗਈ ਹੈ ਨਾ, ਉਹ ਤੋਂ ਦੁੱਗਣੀ ਸਪੀਡ ਨਾਲ ਇੱਥੇ ਹੀ ਵਾਪਿਸ ਆਓ। ਥੈਂਕ ਗੋਡ। ਆ ਗਈ ਜੇ ਭੂਆ? ਆ ਗਈ, ਆ ਗਈ, ਆ ਗਈ ਬਈ, ਆ ਗਈ। ਕਿੱਥੇ ਫਸ ਗਈ? ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਕੁਛ ਨਹੀਂ ਖਾਣਾ। ਅੱਛਾ, ਸਭ ਠੀਕ ਹੈ? ਤੁਸੀਂ ਮੈਨੂੰ ਮਾਰ ਸਕਦੇ ਹੋ, ਕੀ ਗੱਲ, ਪਰ ਜ਼ਬਰਦਸਤੀ ਖਾਣਾ ਨਹੀਂ ਖਿਲਾ ਸਕਦੇ। ਨਾ ਫੇਰ ਤੈਨੂੰ ਪੀਜ਼ਾ ਮੰਗਾ ਦਈਏ। ਯਾ ਰੀਲੀ? ਪਿਕਨਿਕ ਤੇ ਨਹੀਂ ਆਈ ਤੂੰ, ਕਿਡਨੈਪ ਹੋਈ ਹੈ। ਚੱਲ ਰੇਤ, ਜਦ ਭੁੱਖ ਲੱਗੂ ਤਾਂ ਆਪ ਹੀ ਖਾ ਲਓ, ਪੀਜ਼ਾ ਖਾਣਾ ਹੈ। ਇੰਨੀ ਰਾਤ ਨੂੰ ਮੈਨੂੰ ਦਵਾਈ ਚਾਹੀਦੀ ਹੈ। ਆਮ ਸੋਰੀ, ਅਸੀਂ ਸ਼ਹਿਰ ਤੋਂ ਬਹੁਤ ਦੂਰ ਹਾਂ। ਪਲੀਜ਼ ਮੈਨੂੰ ਨੀਂਦ ਨਹੀਂ ਆਏਗੀ, ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ। ਮੈਂ ਟਰਾਈ ਕਰਦੀ ਹਾਂ। ਥੈਂਕ ਯੂ। ਪਲੀਜ਼ ਇਹ ਦਰਵਾਜ਼ਾ ਨਾ ਬੰਦ ਕਰਿਓ ਰਾਤ ਨੂੰ, ਮੈਨੂੰ ਬਹੁਤ ਡਰ ਲੱਗਦਾ। ਵਾਨੀ ਨੂੰ ਇਹ ਦਵਾਈ ਚਾਹੀਦੀ ਆ? ਕਿਸੇ ਬੇਵਕੂਫ ਡਾਕਟਰ ਨੇ ਦਿੱਤੀ ਹੈ ਲੱਗਦਾ। ਕਿਉਂ? ਇਹ ਦਵਾਈ ਤਾਂ ਮੈਂਟਲ ਪੇਸ਼ੈਂਟਸ ਲਈ ਹੈ, ਤੇ ਜੇ ਕਿਸੇ ਤੰਦਰੁਸਤ ਇਨਸਾਨ ਨੂੰ ਦਿੱਤੀ ਜਾਏ ਉਹ ਚਿੜਚਿੜਾ ਤੇ ਬਦਦਿਮਾਗ ਹੋ ਜਾਏਗਾ। ਤੇ ਜੇ ਨਾ ਦੇ ਇਹ ਮਰੂਗੀ ਤਾਂ ਨਹੀਂ? ਹਾਰਡਲੀ ਮੈਟਰਸ। ਤਾਂ ਫਿਰ ਲੈ ਕੇ ਆਉਣ ਦੀ ਕੀ ਲੋੜ ਹੈ? ਹਾਂ ਰਹਿਣ ਦੇ, ਛੱਡੋ ਫਿਰ। ਜਨਾਬ ਸਾਡੇ ਕੋਲ ਬੋਲ ਤਾਂ ਕੁਝ ਹੋਣਾ ਨਹੀਂ ਜੀ, ਅਫਸੋਸ ਹੀ ਕਰ ਲਈਏ। ਨਹੀਂ ਜੀ ਜਨਾਬ। ਵਾਲੀਆ ਸਾਹਿਬ। ਹਾਂਜੀ। ਬੜਾ ਜੀ ਅਫਸੋਸ ਹੋਇਆ ਸੁਣ ਕੇ। ਦੇਖਣਾ ਯਾਰ 98 ਤੇ ਆਊਟ ਹੋ ਗਿਆ, ਸਾਲਾ ਸ਼ਾਰਟ ਹੀ ਗਲਤ ਮਾਰਦਾ। ਨਹੀਂ ਨਹੀਂ ਮੈਂ ਵਾਨੀ ਮੈਡਮ ਦੀ ਗੱਲ ਕਰ ਰਿਹਾ ਜੀ। ਡੈਡ ਬੋਡੀ ਫਿਰ ਮਿਲੀ ਨਹੀਂ ਕੋਈ? ਡੈਡ ਬੋਡੀ? ਹਾਂ। ਤੁਸੀਂ ਘਬਰਾਓ ਨਾ ਜੀ, ਅਸੀਂ ਕਿਡਨੈਪਰ ਨੂੰ ਜਲਦੀ ਫੜ ਲਾਂਗੇ। ਰਹਿਣ ਦੇ ਯਾਰ, ਤੁਸੀਂ ਕਿਡਨੈਪਰ ਨੂੰ ਫੜ ਲੈਣਾ ਸਾਲੇ, ਨਾ ਤਾਂ ਪੁਲਿਸ ਆਪਣਾ ਕੰਮ ਕਰਦੀ ਨਾ ਕਿਡਨੈਪਰ। ਜਨਾਬ ਇਹ ਨਹੀਂ ਗੱਲ ਗੱਲ ਸੁਣੋ, ਮੈਂ ਕਹਿ ਰਿਹਾ ਜੇ ਤੁਸੀਂ ਆਪਣਾ ਕੰਮ ਨਹੀਂ ਕਰ ਸਕਦੇ ਘੱਟ ਤੋਂ ਘੱਟ ਸਲਾਹ ਚਾਚੀ ਦੇ ਦਿਆ ਕਰੋ। ਸਲਾਹ ਤੇ ਹੈਗੀ ਹੈ ਜੀ, ਤੁਸੀਂ ਇਦਾਂ ਕਰੋ ਕਿਡਨੈਪਰ ਨੂੰ ਪੈਸੇ ਦਿਓ, ਆਪਣਾ ਕੰਮ ਖਤਮ ਕਰੋ। ਐਵੇਂ ਪੁਲਿਸ ਨੂੰ ਵੀ ਚੱਕਰ ਚ ਪਾਇਆ ਹੋਇਆ ਜਨਾਬ। ਫੋਨ ਆਇਆ ਜੀ। ਕਿਤੇ ਨਿਕਲ ਗਿਆ, ਪਰ ਤੁਸੀਂ ਸੁਣੋ ਤੁਸੀਂ ਮੇਰੀ ਬੋਡੀ ਨੂੰ ਮਾਰ ਤੇ ਨਹੀਂ ਦਿੱਤਾ ਹਜੇ? ਉਹ ਅਜੇ ਨਹੀਂ, ਅਸੀਂ ਸੋਚਿਆ ਕਿ ਚੱਲ ਇੱਕ ਮੌਕਾ ਤੈਨੂੰ ਹੋਰ ਦੇ ਦਈਏ।
ਕੱਲ ਸਵੇਰੇ 5 ਕਰੋੜ ਰੁਪਈਆ ਲੈ ਕੇ ਸਬਜ਼ੀ ਮੰਡੀ ਚ ਆ ਜੀ। ਤੇ ਜੇ ਤੇਰੇ ਆਸੇ ਪਾਸੇ ਪੁਲਿਸ ਦਿਖੀ ਤਾਂ ਤੇਰੀ ਵੋਟੀ ਦੇ ਟੋਟੇ ਟੋਟੇ ਕਰਕੇ ਇਲਾਂ ਨੂੰ ਪਾ ਦੇਵਾਂਗੇ। ਇਹ ਸਾਲਾ ਧਮਕੀ ਦਿੰਦਾ ਫੋਨ ਹੀ ਕੱਟਦਾ ਇਹਨੇ ਤਾਂ। ਉਹ ਇਹ ਤਾਂ ਦੁਬਈ ਦਾ ਨੰਬਰ ਆ, ਇਹ ਸਾਲੇ ਬਿਨਾਂ ਪਾਸਪੋਰਟ ਦੇ ਦੁਬਈ ਲੈ ਗਏ ਉਹਨੂੰ। ਇਹ ਤਾਂ ਵਧੀਆ ਗੱਲ ਹੋ ਗਈ, ਭਾਬੀ ਜੀ ਹੁਣੀ ਫ੍ਰੀ ਚ ਦੁਬਈ ਕੋ ਮਾਣਗੇ। ਨਾ ਜੇ ਇਹ ਡੀ ਕੰਪਨੀ ਤੋਂ ਫੋਨ ਹੋਇਆ ਤਾਂ ਹੈ ਡੀ ਕੰਪਨੀ ਕੀ ਹੋਇਆ? ਤੁਸੀਂ ਘਬਰਾਣਾ ਨਹੀਂ ਹੈਗਾ ਜੀ, ਅਸੀਂ ਤੁਹਾਡੇ ਨਾਲ ਆ, ਘਬਰਾਣਾ ਨਹੀਂ। ਚਲੋ ਮੈਨੂੰ ਕਹਿੰਦਾ ਘਬਰਾਣਾ, ਆਪ ਸਾਲੇ ਦੀ ਫੂਕ ਨਿਕਲੀ ਹੋਈ ਹੈ। Oh my god, this is so beautiful, wow, oh my god, ਥੋੜੀ ਦੇਰ ਲਈ ਥੱਲੇ ਜਾ ਸਕਦੀ ਹਾਂ ਅਖਬਾਰ ਪਲੀਜ਼ ਆਈ ਪ੍ਰੋਮਿਸ ਮੈਂ ਭੱਜਾਂਗੀ ਨਹੀਂ ਆਈ ਪ੍ਰੋਮਿਸ ਤੁਸੀਂ ਭੱਜ ਸਕਦੇ ਵੀ ਨਹੀਂ। ਮੈਂ ਤੁਹਾਡੇ ਕੱਪੜੇ ਰੱਖਦੇ ਨੇ, ਤੁਸੀਂ ਫਰੈਸ਼ ਹੋ ਜਾਓ। ਥੈਂਕ ਯੂ। ਕੰਮ ਯਾਦ ਹੈ ਨਾ? ਹਾਂਜੀ ਚੱਲਾਂ ਫਿਰ ਮੈਂ। ਠੀਕ ਹੈ ਜੀ। ਠੀਕ ਹੈ, ਅੱਛਾ ਜੀ, ਕੰਮ ਹੋ ਜਾਣਾ ਚਾਹੀਦਾ। ਹਾਂਜੀ ਜਨਾਬ। ਓ ਰੱਬਾ, ਅੱਜ ਇੱਕ ਅੱਧਾ ਕਿਡਨੈਪਰ ਤੇ ਫੜਾ ਹੀ ਨਹੀਂ ਯਾਰ, ਜਿਹੜੇ ਬਚ ਗਏ ਉਹਨਾਂ ਨੇ ਤਵਾਨੀ ਨੂੰ ਮਾਰ ਹੀ ਦੇਣਾ। ਤੈਨੂੰ ਕਿੰਨੀ ਵਾਰੀ ਕਿਹਾ, ਚੁਕੰਨਾ ਰਿਹਾ ਕਰ। ਓ ਦੇਖ ਸਾਮੀ, ਬੈਗ ਦੇਖ ਕਿੱਦਾਂ ਕੁੱਟ ਕੇ ਫੜਿਆ ਹੋਇਆ। ਸ਼ੇਵ ਲੈ ਲੋ ਬਾਈ, ਸ਼ੇਵ ਨਹੀਂ ਤਾਂ ਕੋਈ ਬੱਗੂ ਗੋਸ਼ੇ ਲੈ ਲੋ। ਓ ਕਰਨ, ਬੜੀ ਆ ਗਿਆ, ਬੜੀ ਆ ਗਿਆ, ਸ਼ੇਵ ਲੈ ਲੋ। ਹੈਲੋ ਇੱਥੋਂ ਨਿਕਲ ਗਿਆ ਅੱਗੇ। ਆਪਣੇ ਖੱਬੇ ਦੇਖ, ਗਣੇਸ਼ ਜੀ ਦਾ ਮੰਦਿਰ ਹੈਗਾ, ਦੇਖਦਾ ਕੀ ਆ, ਮੱਥਾ ਟੇਕ। ਹਾਂਜੀ ਪਹੁੰਚ ਗਏ ਜੀ।
ਤਾਂ ਫਿਰ ਉੱਥੇ ਖੜਾ ਕੀ ਕਰਦਾ ਆਪਣੇ ਗਵਰਨਮੈਂਟ ਟਿਕਾਲਾ ਉੱਥੇ ਕੀ ਟਿਕਾਲਾ ਵਾ ਉਹ ਚੁੱਪ ਕਰਕੇ ਬਹਿ ਜਾ ਉਹਦੇ ਤੇ ਰਹਿ ਗਿਆ ਅਜੇ ਤੱਕ ਬੈਠੇ ਹੀ ਆ ਤੁਸੀਂ ਕਿਹਾ ਸੀ ਜੀ ਚੁੱਪ ਚਾਪ ਬਹਿ ਜਾ ਹੋਲਡ ਕਰ ਫਿਰ ਵਾਲੇ ਉੱਥੇ ਬਹਿ ਗਿਆ ਤੁਸੀਂ ਜਲਦੀ ਨਿਕਲੋ ਵਾਲੀਏ ਅਜੇ ਤੱਕ ਤੂੰ ਉੱਥੇ ਬੈਠੇ ਹੀ ਆ ਬੈਂਚ ਥੱਲੇ ਦੇਖ ਡੱਬਾ ਦੇਖਿਆ ਥੱਲੇ ਹਾਂਜੀ ਰੱਖਤਾ ਜੀ ਚਲੋ ਹੁਣ ਠੰਡੇ ਠੰਡੇ ਘਰਾਂ ਨੂੰ ਠੀਕ ਹੈ ਅੱਛਾ ਹੋ ਗਿਆ ਜੀ ਬਸ ਹਾਂ ਹੋ ਗਿਆ ਅੱਛਾ ਓਏ ਗੱਲ ਸੁਣੋ ਵਾਲੀਏ ਨੇ ਬੈਗ ਰੱਖਤਾ ਜਲਦੀ ਆ ਜਾਓ ਵਾਲੀ ਨੇ ਤਾਂ ਕਰਤਾ ਆਪਣਾ ਕੰਮ ਠੰਡਾ ਠੰਡਾ ਹੁਣ ਤੁਸੀਂ ਬਜਾਉਂਦੇ ਰਹੋ ਆਪਣਾ ਛਣ ਖਣ ਕੇਲੇ ਲੈ ਲਓ ਰੇੜੀ ਲੈ ਲਓ ਸਭ ਕੁਝ ਲੈ ਲਓ ਸ਼ੁਕਰੀਆ ਬਚ ਗਏ ਯਾਰ ਓਏ ਸਮਝ ਨਹੀਂ ਆਉਂਦੀ ਵਾਲੀ ਐਂ ਕਿਉਂ ਕਰ ਰਿਹਾ ਹੁਣ ਫੋਨ ਕਰਕੇ ਪੁੱਛ ਲੈਂਦੇ ਸਾਲੇ ਨੂੰ ਮੈਨੂੰ ਲੱਗਦਾ ਕਿ ਵਾਲੀਏ ਦੇ ਫੋਨ ਨੂੰ ਪੁਲਿਸ ਨੇ ਟੈਪ ਕੀਤਾ ਹੋਇਆ ਹੈ ਮੈਂ ਡੋਲੀ ਨੂੰ ਫੋਨ ਕਰਕੇ ਦੇਖਾਂ ਸ਼ਾਇਦ ਉਹਦੇ ਕੋਲ ਵਾਲੀਏ ਦਾ ਪਰਸਨਲ ਨੰਬਰ ਹੋਵੇ ਨਾ 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 ਹੋ ਸਕਦਾ ਹੈ ਪੁਲਿਸ ਵਾਲਿਆਂ ਨੇ ਆਫਿਸ ਵਾਲਿਆਂ ਦੇ ਨੰਬਰ ਵੀ ਟੈਪ ਕੀਤੇ ਹੋਣ ਵੈਰੀ ਗੁੱਡ ਕਰਨ ਆਈ ਐਮ ਪ੍ਰਾਊਡ ਆਫ ਯੂ ਪੰਟੇ ਯੈਸ ਤੂੰ ਕੱਲ੍ਹ ਡੋਲੀ ਨੂੰ SMS ਕਰਕੇ ਕਿਤੇ ਬੁਲਾ ਲੈ ਅਤੇ ਜਾ ਕੇ ਉਸ ਤੋਂ ਵਾਲੀਏ ਦਾ ਪਰਸਨਲ ਨੰਬਰ ਲਿਆ ਵੀਰ ਜੀ ਉਹ ਬੰਟੀ ਮੈਂ ਤੈਨੂੰ ਫੋਨ ਨੰਬਰ ਲੈਣ ਭੇਜਿਆ ਸੀਗਾ ਤੇ ਤੂੰ ਆ ਪੂਰੀ ਡਾਇਰੈਕਟਰੀ ਚੱਕ ਲਿਆ ਉਹ ਯਾਰ ਬਾਈ ਆਪਣੀ ਹੈਲਪ ਹੀ ਕਰੇਗੀ ਮੈਂ ਤਾਂ ਬਸ ਇਹ ਜਾਣਨਾ ਆਈ ਹਾਂ ਕਿ 5 ਕਰੋੜ 'ਚ ਬੰਟੀ ਦਾ ਕਿੰਨਾ ਸਰ ਉਹ ਡੋਲੀ ਤੂੰ ਕੀ ਕਹਿ ਰਹੀ ਆ ਮੈਂ ਤਾਂ ਸਿਰਫ ਇਹ ਪੁੱਛ ਰਹੀ ਕਿ ਤੈਨੂੰ ਕੀ ਮਿਲ ਰਿਹਾ ਉਹ 1,500 ਨੂੰ ਦਾ ਹੱਕ ਮਿਲ ਜੇ ਨਾ ਸਾਡੇ ਲਈ ਉਹੀ ਕਾਫੀ ਆ ਨਹੀਂ ਨਹੀਂ ਇਹ ਕਾਫੀ ਨਹੀਂ ਹੈ ਹਾਂ ਥਿੰਕ ਪ੍ਰੈਕਟੀਕਲ ਫਤਿਹ ਨੂੰ ਪੈਸੇ ਦੀ ਲੋੜ ਨਹੀਂ 5 ਕਰੋੜ ਕਰਨ ਨੂੰ ਮਿਲ ਰਿਹਾ ਔਰ ਤੈਨੂੰ ਤੈਨੂੰ ਬਦਲੇ 'ਚ ਮਿਲੇਗੀ ਜੇਲ ਬੰਟੀ ਤੂੰ ਸਾਰਾ ਕੁਝ ਦੱਸਦਾ ਇਹਨੂੰ ਮੈਂ ਬੰਟੀ ਨਾਲ ਇੰਜ ਨਹੀਂ ਹੋਣ ਦਿਆਂਗੀ ਜਾਂ ਤੇ ਤੁਸੀਂ ਬੰਟੀ ਨੂੰ ਉਹਦਾ ਹਿੱਸਾ ਦਿਓ ਨਹੀਂ ਤੇ ਮੈਂ ਪੁਲਿਸ ਨੂੰ ਸਭ ਦੱਸ ਦਿਆਂਗੀ ਅੱਛਾ ਜੇ ਪੁਲਿਸ ਕੋਲ ਪਹੁੰਚੇਗੀ ਤਾਂ ਹੀ ਨਾ ਤੇ ਉਹ ਉਹ ਫਤਿਹ ਫਤਿਹ ਛੱਡ ਯਾਰ ਕੀ ਬਸ ਕਰੋ ਯਾਰ ਨਹੀਂ ਚਾਹੁੰਦਾ ਮੈਨੂੰ ਕੋਈ ਪੈਸਾ ਪੂਸਾ ਬੰਦ ਕਰੋ ਸਭ ਉਹ ਕਿਉਂ ਨਹੀਂ ਚਾਹੀਦਾ ਯਾਰ ਸਾਡਾ ਹੱਕ ਹੈ ਇਹ ਤੇ ਜਿਹੜਾ ਇੰਨਾ ਕੁਛ ਕੀਤਾ ਉਹ ਕਰਨ ਯਾਰ ਤੇਰੇ ਸਾਰੇ ਸੁਪਨੇ ਉਹਨਾਂ ਦਾ ਕੀ ਮੋਗੇ ਭਰਾ ਮੈਂ ਯਾਰਾਂ ਨਾਲ ਇਕੱਠੇ ਰਹਿਣ ਦੇ ਸੁਪਨੇ ਵੇਖੇ ਸੀ ਐਂ ਵੱਖ ਵੱਖ ਹੋ ਕੇ ਨਹੀਂ ਬੰਦ ਕਰੋ ਯਾਰ ਨਹੀਂ ਚਾਹੀਦਾ ਮੈਨੂੰ ਕੁਛ ਉਹ ਜਿਹਨੂੰ ਯਾਰੀਆਂ ਨਿਭਾਉਣ ਦਾ ਨਹੀਂ ਪਤਾ ਉਹ ਵਫਾ ਵੀ ਕਿੱਥੋਂ ਤੱਕ ਕਰ ਲੂ ਇਹਨਾਂ ਦਾ ਮੁੱਲ ਪਾ ਕੇ ਅੱਜ ਤੂੰ ਕੋਡੀ ਦੀ ਹੋ ਗਈ ਡੋਲੀ ਬਸ ਖਤਮ ਇਹ ਰਿਸ਼ਤਾ ਖਤਮ ਇੱਥੇ ਅੱਜ ਬੰਟੀ ਤੈਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ ਇਹ ਸਭ ਕੁਛ ਮੈਂ ਤੇਰੇ ਲਈ ਕਰ ਰਹੀ ਹਾਂ ਤੂੰ ਮੇਰੇ ਬਾਰੇ ਨਾ ਸੋਚ ਚਲੀ ਜਾ ਇੱਥੋਂ ਯਾਰ ਫਤਿਹ ਕਰਨ ਡੋਲੀ 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 ਗੱਲ ਤਾਂ ਸੁਣ ਕੇ ਜਾ ਯਾਰ ਪਲੀਜ਼ ਗੱਲ ਤਾਂ ਕਰ ਲੈ ਬੰਟੀ ਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ
ਤੁਹਾਡੀ ਦੁਸ਼ਮਣ ਨਹੀਂ ਆ। ਮੈਨੂੰ ਪਤਾ ਹੈ ਭੱਟੀ ਨੇ ਅੱਜ ਤੱਕ ਤੁਹਾਡੇ ਨਾਲ ਜ਼ਿੰਦਗੀ ਗੁਜ਼ਾਰੀ ਹੈ, ਪਰ ਉਸ ਦੇ ਆਉਣ ਵਾਲੀ ਜ਼ਿੰਦਗੀ ਮੈਂ ਉਹਦੇ ਨਾਲ ਰਹਿਣਾ ਸੀ। ਤੁਸੀਂ ਤਾਂ ਉਸਦੇ ਦੋਸਤ ਹੋ, ਤੁਸੀਂ ਦੱਸੋ ਭੱਟੀ ਨੂੰ ਕੀ ਆਉਂਦਾ? ਤੁਸੀਂ ਇੰਟੈਲੀਜੈਂਟ ਹੋ ਤੇ ਫਤਿਹ ਅਮੀਰ, ਤੇ ਬੰਟੀ ਕਿੱਥੇ ਹੈ? ਕਿੱਥੇ ਵੀ ਨਹੀਂ। ਉਹਨੂੰ ਮੇਰੇ ਤੋਂ ਪਿਆਰ ਕਰਨ ਦੇ ਲੋ, ਆਉਂਦੇ ਕੀ ਹੈ? ਡੋਲੀ, ਮੈਨੂੰ ਬਹੁਤ ਖੁਸ਼ੀ ਹੈ ਕਿ ਜਿੰਨਾ ਅਸੀਂ ਬੰਟੀ ਦਾ ਫਿਕਰ ਕਰਦੇ ਨਾ, ਤੂੰ ਵੀ ਓਨਾ ਹੀ ਕਰਦੀ ਹੈ। ਬੰਟੀ ਨੇ ਤੈਨੂੰ ਸਭ ਕੁਝ ਦੱਸ ਦਿੱਤਾ, ਇਹ ਨਹੀਂ ਦੱਸਿਆ 5 ਕਰੋੜ ਤਾਂ 2 ਕਰੋੜ ਮੈਂ ਉਹਨੂੰ ਦੇਣਾ। ਕੀ? ਹਾਂਜੀ, ਜਿੰਨਾ ਤੈਨੂੰ ਬੰਟੀ ਦਾ ਫਿਕਰ ਹੈ ਨਾ, ਸਾਨੂੰ ਵੀ ਹੈਗਾ। ਚੱਲ ਆ ਜਾ, ਚੱਲ ਆ ਜਾ ਬੰਟੀ। ਬੰਟੀ ਬੰਟੇ, ਓ ਚੱਲ ਖੜ ਜਾ ਹੁਣ। ਓਏ ਉੱਠ ਖੜ ਹੁਣ, ਆਦੇ ਓ ਜਫੀ ਬਲਮਾ ਨਾ, ਹੁਣ ਮੈਂ ਪਾਉਣੀ ਹੈ। ਚੱਲ ਪਲਕਾਂ ਦੇ ਕਦੇ ਖਾਬਾਂ ਦੇ ਕਿਨਾਰੇ, ਦਿਲ ਵਿੱਚ ਰਹਿ ਕੇ ਧੜਕਣ ਦੇ ਸਹਾਰੇ। ਹੁਣ ਕੀ ਹੈ ਮੇਰਾ, ਸਭ ਕੁਝ ਹੈ ਤੇਰਾ। ਹੁਣ ਕੀ ਹੈ ਮੇਰਾ, ਸਭ ਕੁਝ ਹੈ ਤੇਰਾ। ਆ ਕੋਲੇ ਆ ਜਾ, ਕੋਈ ਫਾਸਲਾ ਨਾ ਰਹਿਣ ਦੇ। ਜੀ ਲੈਣ ਦੇ, ਉਹ ਮੈਨੂੰ ਜੀ ਲੈਣ ਦੇ। ਜੀ ਲੈਣ ਦੇ, ਉਹ ਮੈਨੂੰ ਜੀ ਲੈਣ ਦੇ। ਮੇਰੇ ਇਸ਼ਕ ਦਾ ਅੱਜ ਤੇਰੇ ਦਿਲ ਤੇ ਕੋਈ ਅਸਰ ਨਹੀਂ। ਤੈਨੂੰ ਮੈਂ ਰੱਬ ਮੰਨਿਆ ਮੇਰੀ, ਤੈਨੂੰ ਕੋਈ ਕਦਰ ਨਹੀਂ। ਮੇਰੇ ਇਸ਼ਕ ਦਾ ਅੱਜ ਤੇਰੇ ਦਿਲ ਤੇ ਕੋਈ ਅਸਰ ਨਹੀਂ। ਤੈਨੂੰ ਮੈਂ ਰੱਬ ਮੰਨਿਆ ਮੇਰੀ, ਤੈਨੂੰ ਕੋਈ ਕਦਰ ਨਹੀਂ। ਬੇਰੁਖੀ ਮੈਂ ਸਹਾਂ ਫਿਰ ਵੀ ਮੈਂ ਕਹਾਂ, ਬੇਰੁਖੀ ਮੈਂ ਸਹਾਂ ਫਿਰ ਵੀ ਮੈਂ ਕਹਾਂ, ਜੋ ਸਜਦੇ 'ਚ ਲਿਖੀਆਂ ਨੇ ਗੱਲਾਂ ਕਹਿਣ ਦੇ। ਜੀ ਲੈਣ ਦੇ, ਉਹ ਮੈਨੂੰ ਜੀ ਲੈਣ ਦੇ। ਜੀ ਲੈਣ ਦੇ, ਉਹ ਮੈਨੂੰ ਜੀ ਲੈਣ ਦੇ। ਨਹੀਂ ਦਾੜੀ ਵੀ ਕੱਟੋ। ਆਈ ਥਿੰਕ ਆਈ ਐਮ ਗੈਟਿੰਗ ਅ ਕਾਲ ਫਰਮ ਯੂ। ਕੇ ਅੱਛਾ, ਮਾਈ ਗਰਲਫ੍ਰੈਂਡ, ਮੈਨੂੰ ਲੱਗਦਾ। ਸੌਰੀ, ਐਕਸਕਿਊਜ਼ ਮੀ। ਓਕੇ, ਇੱਧਰ ਦੇ। ਹੈਲੋ ਹੈਲੋ, ਮੈਂ ਬੋਲ ਰਿਹਾ। ਉਹ ਮੈਂ ਵੀ ਬੋਲ ਹੀ ਰਿਹਾ ਸਾਲਾ, ਉਹੀ ਗਧਾ ਹੈ ਤੂੰ। ਸਾਲਾ ਮੈਂ ਕਿਡਨੈਪਰ ਬੋਲ ਰਿਹਾ। ਉਹ ਸਾਲਿਓ, ਤੁਸੀਂ ਮੈਨੂੰ ਆ ਦੱਸਿਓ, ਤੁਸੀਂ ਮੇਰੀ ਬੋਟੀ ਨੂੰ ਕਿਡਨੈਪ ਕੀਤਾ? ਵਰਲਡ ਟੂਰ ਕਾਂਡੇ ਕਰ ਨਾਲੇ ਯਾਰ, ਨੰਬਰ ਕਿਹਨੇ ਦਿੱਤਾ ਹੋਇਆ ਤੈਨੂੰ? ਓਏ ਮੈਨੂੰ ਤਾਂ ਤੇਰੀਆਂ ਐਨਕਾਂ ਦਾ ਵੀ ਨੰਬਰ ਪਤਾ ਹੈ। ਅੱਛਾ, ਮੈਂ ਤਾਂ ਐਨਕਾਂ ਪਾਉਂਦਾ ਹੀ ਨਹੀਂ। ਓ ਲੱਗਣ ਗਿਆ, ਕਦੋਂ ਲੱਗਣ ਗਿਆ? ਮੈਨੂੰ ਇਹ ਵੀ ਪਤਾ, ਓ ਮੈਨੂੰ ਸਭ ਕੁਝ ਪਤਾ। ਪਹਿਲਾਂ ਤੂੰ ਇਹ ਦੱਸ, ਤੂੰ ਪੁਲਿਸ ਨੂੰ ਦੱਸਿਆ ਕਿਉਂ? ਮੈਂ ਤਾਂ ਦੱਸਦਾ, ਤੈਨੂੰ ਜੋ ਕਰਨਾ ਕਰ ਲੈ। ਹੈ, ਤੁਸੀਂ ਮੇਰੀ ਬੋਟੀ ਨੂੰ ਮਾਰਿਆ ਤੇ ਨਹੀਂ ਹਜੇ? ਕਿ ਮਾਰਦਾ ਨਹੀਂ, ਅਜੇ ਨਹੀਂ ਮਾਰੀ। ਪਰ ਜੇ ਤੂੰ ਸਾਡੇ ਪੈਸੇ ਨਾ ਲੈ ਕੇ ਆਣਾ ਤਾਂ ਤੇਰੀ ਬੋਟੀ ਦੇ ਟੋਟੇ ਟੋਟੇ ਕਰਕੇ ਇਹਨਾਂ ਨੂੰ ਖਵਾ ਦਾਂਗੇ। ਸਾਲਿਆ, ਜੇ ਤੁਸੀਂ ਡਾਇਲੌਗ ਨਹੀਂ ਬਦਲ ਸਕਦੇ, ਘੱਟ ਤੋਂ ਘੱਟ ਜਾਨਵਰ ਤਾਂ ਬਦਲ ਲਿਓ। ਨਹੀਂ ਹੈਗੇ ਮੇਰੇ ਕੋਲ 5 ਕਰੋੜ। ਉਹ ਯਾਰ, ਉਹ ਤਾਂ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ। ਦੇਖ ਬਈ, ਅੱਜ ਕੱਲ ਸਾਰੇ ਪਾਸੇ 50% ਦੀ ਡਿਸਕਾਊਂਟ ਲੱਗੀ ਹੋਈ ਹੈ। ਤੇਰੇ ਤੇ ਤਰਸ ਖਾ ਕੇ ਤੈਨੂੰ 50% ਡਿਸਕਾਊਂਟ ਦਿੱਤਾ। ਕੱਲ ਨੂੰ ਸਵੇਰੇ 5 ਵਜੇ ਲਾਲ ਬੈਗ ਦੇ ਵਿੱਚ 2.5 ਕਰੋੜ ਰੁਪਇਆ ਪਾ ਕੇ ਸਰਾਭਾ ਨਗਰ ਦੇ ਕੂੜੇਦਾਨ ਚ ਰੱਖ ਜੀ। ਜੇ ਤੂੰ ਕੋਈ ਚਲਾਕੀ ਕੀਤੀ ਤੂੰ ਚੰਗੀ ਤਰ੍ਹਾਂ ਜਾਣਦਾ, ਨਹੀਂ ਤਾਂ ਤੂੰ ਮੇਰੀ ਬੋਟੀ ਦੇ ਟੋਟੇ ਟੋਟ। ਹਾਂ, ਬਣ ਗਈ ਗੱਲ, ਲਾਲ ਬੈਗ ਕੱਲ। ਕੀ ਬਾਤ ਹੈ।
ਕੀ ਕਰ ਰਹੀ ਹੈ ਤੂੰ ਨੌਕਰ ਨਹੀਂ ਹੈਗਾ ਨਾ ਤੂੰ ਨੌਕਰਾਂ ਤੋਂ ਪੁੱਛ ਲਵਾਣੇ ਸੀ ਛੁੱਟੀ ਦਿੱਤੀ ਇਹਨਾਂ ਨੂੰ ਅੱਜ ਕਿਡਨੈਪਿੰਗ ਦਾ ਪ੍ਰੋਗਰਾਮ ਸੀ ਮੈਨੂੰ ਲੱਗਦਾ ਮੈਂ ਤੁਹਾਨੂੰ ਜੁਆਇਨ ਕਰ ਸਕਦੀ ਹਾਂ ਰੀਤ ਮੈਡਮ ਨੂੰ ਦੱਸ ਦੇ ਕੇ ਬਸ ਅੱਜ ਰਾਤ ਦੀ ਤਕਲੀਫ ਹੈ ਕੱਲੋਂ ਇਹਨਾਂ ਦੇ ਹਸਬੈਂਡ ਮਿਲ ਰਹੇ ਨੇ ਚਾਹ ਤਾਂ ਪੀ ਲੋ ਹੋਏ ਫਸ ਗਈ ਡੋਲੀ ਹੁਣ ਆਪਣਾ ਮੂੰਹ ਛੁਪਾਉਣ ਦੀ ਲੋੜ ਨਹੀਂ ਡੋਲੀ ਮੈਂ ਤੈਨੂੰ ਪਛਾਣ ਲਿਆ ਤੁਸੀਂ ਮੈਨੂੰ ਕਿੱਦਾਂ ਪਛਾਣ ਲਿਆ ਓਬਵੀਅਸਲੀ ਤੇਰੀ ਆਵਾਜ਼ ਤੋਂ ਵੈਸੇ ਇੱਕ ਗੱਲ ਦੱਸਾਂ ਮੇਰਾ ਤੇ ਜਿਵੇਂ ਇੱਥੇ ਚੀ ਜਿਹਾ ਲੱਗਿਆ ਇਹ ਕੰਮ ਨਹੀਂ ਹੋ ਸਕਦਾ ਭਾਵੇਂ ਥੋੜੇ ਜਿਹੇ ਪੈਸੇ ਹੋਰ ਲੈ ਲਓ ਪਰ ਮੈਂ ਕੁਛ ਦਿਨ ਹੋਰ ਇੱਥੇ ਨਹੀਂ ਰੁਕ ਸਕਦੀ ਅਸੀਂ ਗੈਸਟ ਹਾਊਸ ਹੀ ਖੋਲਿਆ ਇੱਥੇ ਤੇ ਤੁਹਾਨੂੰ ਕੀ ਲੱਗਦਾ ਅਸੀਂ ਇਹ ਕਿਡਨੈਪਿੰਗ ਪੈਸਿਆਂ ਲਈ ਕੀਤੀ ਹੈ ਹੁਣ ਸ਼ੌਕੀਆ ਤਾਂ ਕੋਈ ਕਿਡਨੈਪਰ ਬੰਦਾ ਨਹੀਂ ਹਾਂ ਨਹੀਂ ਬੰਦਾ ਪਰ ਕੁਛ ਲੋਕ ਬਿਨਾਂ ਮਿਹਨਤ ਕੀਤੇ ਸੋਫਟਵੇਅਰ ਇੰਜੀਨੀਅਰ ਜ਼ਰੂਰ ਬਣ ਜਾਂਦੇ ਨੇ ਲੈ ਵੀ ਪਹੁੰਚ ਗਏ ਚਲੋ ਮੈਂ ਲੈ ਕੇ ਆਉਣਾ ਲਾਲ ਬੈਗ ਹਾਂ ਯਾਰ ਧਿਆਨ ਨਾਲ ਸਹੀ ਹੈ ਧਿਆਨ ਰੱਖੀ ਹਾਂ ਧਿਆਨ ਨਾਲ ਸਹੀ ਧਿਆਨ ਨਾਲ ਆਲ ਦਾ ਬੈਸਟ ਹੈ ਓਏ ਆ ਬੈਗ ਇੱਧਰ ਫੜਾ ਸਾਡਾ ਇਸ ਡੱਬੇ 'ਚ ਪਈ ਹਰ ਚੀਜ਼ ਤੇ ਮੇਰਾ ਹੱਕ ਹੈ ਪਿਛਲੇ 10 ਸਾਲਾਂ ਤੋਂ ਮੈਂ ਇਸ ਡੱਬੇ ਤੋਂ ਖਾ ਰਿਹਾ ਤੇ ਮੈਂ ਨਹੀਂ ਦੇਣਾ ਫੜਾ ਇੱਧਰ ਬੈਗ ਤੇ ਮੈਂ ਨਹੀਂ ਦੇਣਾ ਦਿਨਾਂ ਇੱਕ ਦਮਾਕ ਫੜਾ ਇੱਧਰ ਬੈਗ ਨਹੀਂ ਨਹੀਂ ਜੇ ਜੇ ਦੇਣਾ ਹੀ ਹੈ ਤੇ 500 ਦਾ ਨੋਟ ਦੇ ਦਿਓ ਦੇ ਦਿਓ 500 ਦਾ ਨੋਟ ਦੇ ਦਿਓ ਇੱਕ ਮਾਲਕ ਪਹਿਲਾਂ ਕਰੇ ਹਲੋ ਫੜ ਫੜਾ ਬੈਗ ਅਸਲੀ ਹੈ ਨਾ ਹੁਣ ਤੇ ਸਾਈਨ ਕਰਾ ਮੈਂ ਬੈਗ ਫੜਾ ਤੂੰ ਇੱਧਰ ਸਾਲੇ ਗਰੀਬ ਲੋਕ ਪੈਸੇ ਦੇਖੇ ਨੀ ਮੱਛਰ ਗਏ ਲਾ ਲਓ ਹੱਥਾਂ ਨੂੰ ਤੁੱਕ ਮੈਂ ਗਿਣਦਾ ਬਟਨ ਨੀ ਲੱਭਦਾ ਹੈਲੋ ਕੌਣ ਹੈ ਹੈਲੋ ਵਾਲੀਏ ਕੌਣ ਬੋਲਦਾ ਯਾਰ ਕੀ ਕਰਦੇ ਹੋ ਤੁਸੀਂ ਸਾਲਾ ਤੇਰਾ ਪਿਓ ਬੋਲਦਾ ਨਾ ਅਸੀਂ ਵਿਹਲੇ ਆ ਆ ਕੀ ਮਜ਼ਾਕ ਬਣਾ ਰੱਖਿਆ ਸਾਲਾ ਬੰਦਿਆ ਮੈਂ ਕੀ ਗੱਲ ਸੁਣ ਲਾ ਤੈਨੂੰ ਆਪਣੀ ਜਨਾਨੀ ਜਿਉਂਦੀ ਚਾਹੀਦੀ ਹੈ ਕਿ ਨਹੀਂ ਯਾਰ ਤੁਸੀਂ ਮੈਨੂੰ ਗੱਲ ਦੱਸਿਓ ਤੁਸੀਂ ਸੱਚਮੁੱਚ ਦੇ ਕਿਡਨੈਪਰ ਹੋ ਹਜੇ ਸਿੱਖ ਰਹੇ ਹੋ ਉਹ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਆਈ ਐਮ ਨੋਟ ਇੰਟਰਸਟਿਡ ਯਾਰ ਜਾਓ ਰੱਖ ਲਓ ਮੇਰੀ ਬੋਟੀ ਨੂੰ ਮੈਂ ਇੱਕ ਹੋਰ ਵਿਆਹ ਲੂੰਗਾ ਨਹੀਂ ਹੈਗੇ ਮੇਰੇ ਕੋਲ 2.5 ਕਰੋੜ ਇੱਕ ਮਿੰਟ ਉਹ ਯਾਰ ਕਹਿੰਦਾ ਮੇਰੇ ਕੋਲ 2.5 ਕਰੋੜ ਨਹੀਂ ਹੈ ਜਨਾਨੀ ਰੱਖ ਲਓ ਨਾ ਜਨਾਨੀ ਦਾ ਅਸੀਂ ਅਚਾਰ ਪਾਉਣਾ ਕਿਆ ਯਾਰ ਬਾਈ ਜਨਾਨੀ ਦਾ ਅਚਾਰ ਵੀ ਪੈ ਜਾਂਦਾ ਚੁੱਪ ਕਰ ਯਾਰ ਤੂੰ ਥੋੜਾ ਹੋਰ ਘੱਟ ਕਰ ਲਈ ਯਾਰ ਹੈ ਕਮਾਲਾ ਯਾਰ ਇੱਕ ਮੰਗਲਾ ਘੱਟ ਕਿਉਂ ਕਰ ਲਈ 50% ਉਹਨੂੰ ਪਹਿਲਾਂ ਡਿਸਕਾਊਂਟ ਦਿੱਤਾ ਇਹਨੂੰ ਮੁਫਤ 'ਚ ਦੇ ਦਈਏ ਉਹਨੂੰ ਘੱਟ ਕਰ ਲਓ ਮੰਗਲਾ ਇੱਕ ਮੰਗਲਾ ਠੀਕ ਹੈ ਹਾਂ ਗੱਲ ਸੁਣ ਬਾਲੀਏ ਮੈਥੋਂ ਤੂੰ ਆਪਣੇ ਬਾਲ ਜੇ ਨਾ ਪਟਾ ਲਈ ਕੱਲੋ 1 ਕਰੋੜ ਰੁਪਏ ਦਾ ਇੰਤਜ਼ਾਮ ਕਰਕੇ ਰੱਖੀ ਪੈਸੇ ਕਦੋਂ ਤੇ ਕਿੱਥੇ ਤੈਨੂੰ ਫੋਨ ਕਰਕੇ ਦੱਸ ਦਾਂਗੇ ਤੇ ਇੱਕ ਗੱਲ ਹੋਰ ਕੋਈ ਚਲਾਕੀ ਨਾ ਕਰੀ ਨਹੀਂ ਤਾਂ ਤੇਰੀ ਮੇਰੀ ਬੋਟੀ ਦੇ ਟੋਟੇ ਟੋਟੇ ਉਹ ਲੈ ਫੋਨ ਹੀ ਕੱਟਦਾ ਸਾਲੇ ਨੇ ਫੇਰ ਇਹ ਸਾਲੇ ਮੇਰੀ ਗੱਲ ਸੀਰੀਅਸਲੀ ਲੈਂਦੇ ਹੀ ਨਹੀਂ
ਜਮੇ ਬੇਵਕੂਫ ਸਾਰੇ ਜਿਹੜਾ ਕੰਮ ਹੈ ਉਹ ਤਾਂ ਕਰਦੇ ਨਹੀਂ ਐਵੇਂ ਘੜੀ ਘੜੀ ਫੋਨ ਕੋਈ ਤਾਂ ਚੱਕਰ ਹੈ ਯਾਰ ਵਾਲੀਆ ਸੀਰੀਅਸ ਹੀ ਨਹੀਂ ਯਾਰ ਹਾਂ ਚਲੋ ਚੱਲਦੇ ਆ ਦੇਖਦੇ ਚਲੋ ਚਲੋ ਸਾਹਿਬ ਜੀ ਮੀਰਾ ਜੀ ਨੇ ਸੀਡੀ ਭੇਜੀ ਤੁਹਾਡੇ ਲਈ ਉਹ ਕਿਹੜੀ ਸੀਡੀ ਯਾਰ ਦੇਤੀ ਮੈਡਮ ਤੁਹਾਡਾ ਕਿਡਨੈਪਿੰਗ ਵਾਲਾ ਡਰਾਮਾ ਕੁਝ ਜ਼ਿਆਦਾ ਹੀ ਲੰਬਾ ਹੋ ਗਿਆ ਬੋਰ ਹੋ ਗਏ ਹੋਣੇ ਐ ਵੇਖੋ ਓਏ ਇਹ ਤਾਂ ਮੇਰੀ ਗੱਡੀ ਏ ਸ਼ਹਿਰ ਦਾ ਵੱਡੇ ਤੋਂ ਵੱਡਾ ਬੰਦਾ ਕਦੋਂ ਤੇ ਕਿੱਥੇ ਕੀ ਕਰ ਰਿਹਾ ਇਹ ਖਬਰ ਤਾਂ ਰੱਖਣੀ ਪੈਂਦੀ ਹੈ ਹਾਂ ਲੱਗ ਗਿਆ ਪਤਾ ਮੈਨੂੰ ਤੇਰੀ ਕਮੀਨੀ ਦਾ ਆ ਸੀਡੀ ਵਿਖਾ ਕੇ ਤੂੰ ਮੇਰੇ ਅੰਦਰ ਦਾ ਸੁੱਤਾ ਸ਼ੇਰ ਜਗਾਤਾ ਮੈਂ ਹੁਣੀ ਆਇਆ ਥਾਂ ਵੀ ਇਹੀ ਹੋਊਗੀ ਗੱਡੀ ਵੀ ਇਹੀ ਹੋਊਗੀ ਬਸ ਜਨਾਨੀ ਦੀ ਜਗ੍ਹਾ ਤੂੰ ਹੋਣਾ ਨਹੀਂ 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 ਇੱਕ ਮਿੰਟ ਮੇਰੀ ਗੱਲ ਸੁਣੋ ਨਾ 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 ਤੂੰ ਕੁਛ ਨਾ ਕਹਿ ਤੂੰ ਕਹਿਣਾ ਛੱਡ ਤੂੰ ਬਸ ਸੁਣ ਮੈਂ ਹੁਣੇ ਹੀ ਆ ਤੂੰ ਤਾਂ ਗਈ ਇੱਕ ਮਿੰਟ ਮੇਰੀ ਗੱਲ ਹੈਲੋ 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 ਉਹ ਗੋਲੂ ਇਹ ਤਾਂ ਪਾਸੇ ਹੀ ਪੁੱਠਾ ਪੈ ਗਿਆ ਕੀ ਉਹ ਤਾਂ ਮੈਨੂੰ ਮਾਰਨ ਇੱਥੇ ਆ ਰਿਹਾ ਹੁਣ ਕੀ ਕਰਾਂ ਕਿੱਥੇ ਜਾਵਾਂ ਸਿੰਗਾਪੁਰ ਘੁੰਮੇ ਹੁੰਦੇ ਆ ਜੀ ਸ਼ਟ ਅਪ ਇੱਕ ਕੰਮ ਕਰ ਆ ਸੀਡੀ ਦੀ ਕਾਪੀ ਐਸਪੀ ਨੂੰ ਦੇ ਆ ਮੈਂ ਉਹਦੇ ਨਾਲ ਗੱਲ ਕਰਦੀ ਹਾਂ ਠੀਕ ਹੈ ਜੀ ਤੁਸੀਂ ਉਹਨਾਂ ਚਿਰ ਨਾ ਜੀ ਕਿਸੇ ਹੋਰ ਜਗ੍ਹਾ ਛੁਪ ਜਾਓ ਜੀ ਠੀਕ ਹੈ ਠੀਕ ਹੈ ਇੱਥੇ ਰੋਕ ਲਈਏ ਯਾਰ 5 ਕਰੋੜ ਤੋਂ 2.5 2.5 ਤੋਂ 1 ਗਲਤੀ ਤਾਂ ਨਹੀਂ ਕਰਤੀ ਕਿਤੇ ਆ ਕੀ ਕਰਦੇ ਆ ਫਿਰ ਦੇ ਅੱਛਾ ਬੈਗ ਮਿਲ ਗਿਆ ਮਿਲ ਗਿਆ ਛਿੱਤਰਾਂ ਦਾ ਭਰਿਆ ਹੋਇਆ ਕੀ ਹੱਦ ਹੋ ਗਈ ਵੈਸੇ ਵਾਲਿਆ ਪੈਸੇ ਕਿਉਂ ਨਹੀਂ ਦੇ ਰਿਹਾ ਉਹਨੂੰ ਆਪਣੀ ਘਰ ਵਾਲੀ ਨਾਲ ਪਿਆਰ ਹੀ ਨਹੀਂ ਹੈਗਾ ਫਿਰ ਅੱਜ ਤਾਂ ਮੇਰੀ ਵਧਾਈ ਹੈ ਨਾ ਵਧਾਈ ਨੂੰ ਤੇਰਾ ਜੇ ਵਿਆਹ ਰੱਗਿਆ ਉਹ ਜਿਹਾ ਤੇਰਾ ਹਸਬੈਂਡ ਉੱਤੋਂ ਜਿੱਥੋਂ ਫਰੋਤੀ ਰਕਮ ਨਹੀਂ ਇਕੱਠੀ ਹੁੰਦੀ ਯਾਰ ਇਹੋ ਜਿਹੀ ਕਿਹੜੀ ਰਕਮ ਮੰਗ ਲਈ ਤੁਸੀਂ 5 ਕਰੋੜ 5 ਕਰੋੜ ਹਾਂ 5 ਕਰੋੜ ਮੈਂ ਵਾਨੀ ਵਾਲੀਆ 5,000 ਕਰੋੜ ਦੀ ਮਾਲਕਿਨ ਜੇ ਖੰਗ ਦਵਾ ਨਾ ਤਾਂ 2-3 ਕਰੋੜ ਤਾਂ ਐਵੇਂ ਡਿੱਗ ਪੈਂਦੇ ਨੇ ਤੁਸੀਂ ਕਹਿ ਰਹੇ ਹੋ ਕਿ ਰਣਵੀਰ ਮੇਰੇ ਲਈ 5 ਕਰੋੜ ਨਹੀਂ ਅਰੇਂਜ ਕਰਵਾ ਪਾਇਆ 5 ਕਰੋੜ 2.5 ਕਰੋੜ ਮੰਗਣ ਗਏ ਸੀ ਉਹ ਵੀ ਨਹੀਂ ਦਿੱਤਾ ਬਹੁਤ ਲਾਰੇਵਾਜ ਹਸਬੈਂਡ ਹੈ ਤੁਹਾਡਾ ਪਹਿਲਾਂ ਮੇਰਾ ਸੋਫਟਵੇਅਰ ਦੇ ਬਾਰੇ ਲਾਰੇ ਲਾਉਂਦਾ ਰਿਹਾ ਹੁਣ ਫਿਰ ਹਫ਼ਤੇ ਦੀ ਪੇਮੈਂਟ ਬਾਰੇ ਕਿਹੜਾ ਸੋਫਟਵੇਅਰ ਮੇਰਾ ਬਣਾਇਆ ਐਂਟੀਵਾਇਰਸ ਵਾਟ ਉਹ ਸੋਫਟਵੇਅਰ ਤੂੰ ਬਣਾਇਆ ਹਾਂਜੀ ਪਰ ਰਣਵੀਰ ਤਾਂ ਕਹਿ ਰਿਹਾ ਸੀ ਕਿ ਇੱਕ ਮਿੰਟ ਉਸ ਦਿਨ ਪ੍ਰੈਸ ਕਾਨਫਰੰਸ ਵਿੱਚ ਤੂੰ ਮੈਂ ਹੀ ਸੀਗਾ ਮੈਨੂੰ ਤੇ ਪਹਿਲਾਂ ਦਿਨ ਤੋਂ ਹੀ ਸ਼ੱਕ ਸੀਗਾ ਕਿ ਤੁਸੀਂ ਕਿਡਨੈਪਰ ਹੋ ਹੀ ਨਹੀਂ ਅਸੀਂ ਕਿਡਨੈਪਿੰਗ ਆਪਣੇ ਹੱਕ ਲਈ ਕੀਤੀ ਹੈ ਕਾਹਦਾ ਹੱਕ ਯਾਰ ਫਤਿਹ ਕਿ 5 ਕਰੋੜ ਨਾਲ ਮੇਰੇ ਉੱਤੇ ਲੱਗਿਆ ਦਾਗ ਹਟ ਜੂ ਹੁਣ ਮੈਂ ਕਿਵੇਂ ਸਾਬਿਤ ਕਰੂੰਗਾ ਕਿ ਯਾਰ ਮੈਂ ਚੀਟਰ ਨਹੀਂ ਸੀਗਾ ਹੁਣ ਤਾਂ ਅੰਮ੍ਰਿਤ ਐਂਟੀਵਾਇਰਸ ਵਾਣੀ ਐਂਟੀਵਾਇਰਸ ਹੋ ਚੁੱਕਾ ਹੈ ਮੈਂ ਅੱਜ ਤੱਕ ਕਿਸੇ ਦਾ ਹੱਕ ਨਹੀਂ ਮਾਰਿਆ ਤੇ ਜੇ ਤੁਸੀਂ ਜੋ ਕਹਿ ਰਹੇ ਹੋ ਉਹ ਸੱਚ ਹੈ ਤਾਂ ਕਰਨ ਨੂੰ ਉਸਦਾ ਹੱਕ ਜ਼ਰੂਰ ਮਿਲੇਗਾ ਇਹ ਮੇਰਾ ਤੁਹਾਨੂੰ ਸਭ ਨੂੰ ਵਾਅਦਾ ਹੈ ਹੁਣ ਮੈਨੂੰ ਇਹ ਦੱਸੋ ਰਣਵੀਰ ਨੇ ਤੁਹਾਨੂੰ ਕਦ ਸੱਦਿਆ ਕੱਲੋਂ ਯਾਰ ਮੈਨੂੰ ਸੀੜੀ ਵਿਖਾ ਕੇ ਉਹਨੇ ਮੈਨੂੰ ਆਪਣੇ ਘਰ ਬੁਲਾਇਆ ਆਪ ਉਹ ਸੀਣੀ ਮਤਲਬ ਚਾਹੁੰਦੀ ਕੀ ਹੈ ਰੇ ਬਈ ਸਵੇਰੇ ਸਵੇਰੇ ਏਦਾਂ ਦੀ ਸੀੜੀ ਵਿਖਾ ਕੇ ਨਾ ਕਹਿਣ ਦਾ ਕੀ ਮਤਲਬ ਹੈ ਸਮਝ ਨਹੀਂ ਆਏਗਾ ਤੇ ਆਹ ਸਾਲਾ ਮਹਿਤਾ ਕੀ ਬੋਲੀ ਜਾਂਦਾ ਬਾਲ ਸਾਲੇ ਦੇ ਹੋਰ ਘੱਟ ਹੋ ਗਏ ਉਹਨਾਂ ਦੇ ਬੱਚੇ ਰੁੱਲ ਜਾਣਗੇ ਦੱਸੋ ਮੈਂ ਪਤਾ ਨੀ ਯਾਰ ਕਿੱਦਾਂ ਦਾ ਬੰਦਾ ਹੈਗਾ ਇਹਨੇ ਨੂੰ ਕੁਛ ਸੁਣਨਾ ਨੀ ਲੱਗਦਾ ਮੈਨੂੰ ਮੈਮ ਨਾਲ ਹੀ ਗੱਲ ਕਰਨੀ ਪੈਣੀ ਹੈ ਮਿਲ ਗਾ ਗੱਲ ਕਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੇ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਤੁਸੀਂ ਮੈਂ ਜੀ ਕਿਡਨੈਪਰ ਦਾ ਰਾਈਟ ਹੈਂਡ ਬੋਲ ਰਿਹਾ ਜੀ ਤੇ ਮੇਰਾ ਹਾਲ ਪੁੱਛ ਰਿਹਾ ਉਹ ਤੂੰ ਸਾਡੂ ਲੱਗਦਾ ਮੇਰਾ ਤੂੰ ਕਿਡਨੈਪਰ ਦਾ ਰਾਈਟ ਹੈਂਡ ਹੈ ਨਾ ਤੇਰਾ ਲੈਫਟ ਹੈਂਡ ਦਾ ਵਿਹਲਾ ਹੋਣਾ
ਦੇ ਨਾਲ ਰੱਖ ਕੇ ਚਪੇੜ ਮਾਰ ਆਪਣੇ ਬੌਸ ਨੂੰ ਤਾਂ ਕਹਿ ਨਹੀਂ ਆਗੇ ਪੈਸੇ ਮੇਰੇ ਕੋਲ। ਪਰ ਬਾਈ ਜੀ ਭਾਬੀ ਜੀ ਤਾਂ ਕਹਿੰਦੇ ਜੀ ਕਿਤੇ ਖੰਗ ਵੀ ਜਾਣ 2-3 ਕਰੋੜ ਰੁਪਏ ਡਿੱਗ ਪੈਂਦਾ ਹੈ। ਹਾਂ ਤਾਂ ਉਹਨੂੰ ਕਹਿ ਉੱਥੇ ਹੀ ਖੰਗ ਕੇ ਤੇਰੀ ਪੇਮੈਂਟ ਕਰ ਦੇਵੇ, ਠੀਕ ਹੈ? ਮੇਰਾ ਪਿੱਛਾ ਛੱਡੋ ਤੁਸੀਂ। ਉਹ ਵੀਰ ਜੀ ਇੰਜ ਨਾ ਕਰੋ, ਅਸਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਵੀਰ ਜੀ। ਓਏ ਉਮੀਦਾਂ ਤਾਂ ਮੈਨੂੰ ਵੀ ਬਹੁਤ ਸੀਗੀਆਂ ਤੁਹਾਡੇ ਤੋਂ, ਪਰ ਸਾਲੇ ਤੁਸੀਂ ਜਮਾ ਹੀ ਨਲਾਇਕ ਨਿਕਲੇ। ਭਾਜੀ ਤੁਸੀਂ ਮਾਰਕੀਟ 'ਚ ਕਿਸੇ ਤੋਂ ਵੀ ਪੁੱਛ ਲਓ, ਇਸ ਤੋਂ ਘੱਟ ਤੁਹਾਡੀ ਜਨਾਨੀ ਕਿਸੇ ਨੇ ਨੀ ਮੋੜਨੀ ਜੇ। ਉਹ ਸਾਲੇ ਤੂੰ ਜਨਾਨੀ ਦੇ ਰਿਹਾ, ਲੰਡੇ ਦਾ ਮਾਲ ਵੇਚ ਰਿਹਾ, ਉਹ ਤੋਂ ਬੰਦਾ ਕੀ ਹੈ? ਚਲੋ ਭਾਜੀ, ਨਾ ਤੁਹਾਡੀ ਨਾ ਸਾਡੀ, ਲਾਸਟ ਆਵਾਜ਼, 50 ਲੱਖ ਰੁਪਈਆ। ਹੁਣ ਇਸ ਤੋਂ ਬਾਅਦ ਸ਼ਰਮਿੰਦਾ ਨਾ ਕਰਿਓ ਕਹਿ ਕੇ। ਲੈ ਕਰਤਾ ਤੈਨੂੰ ਸ਼ਰਮਿੰਦਾ। 50 ਲੱਖ ਇੱਕ, 50 ਲੱਖ ਦੋ। ਹੈਂ, ਫੋਨ ਹੀ ਕੱਟਤਾ ਸਾਲੇ ਨੇ। ਆ ਫੜੋ ਜੇ ਫੋਨ। ਹੋ ਗਿਆ ਫੋਨ। ਹੋ ਗਈ ਬੋਲੀਪੁਰੀ। ਹੋਰ ਉਹ ਤੈਨੂੰ ਜਗ੍ਹਾ ਦੱਸਣ ਲਈ ਫੋਨ ਕਰਨਾ ਸੀਗਾ, ਨਾ ਕਿ ਪੈਸੇ ਮੰਗਣ ਨੂੰ। ਨਾਲੇ 50 ਲੱਖ ਕਹਿਣ ਦੀ ਲੋੜ ਸੀਗੀ। 50 ਲੱਖ ਇੱਕ, 50 ਲੱਖ ਦੋ। ਯਾਰ ਤੁਸੀਂ ਧੋਕੇ ਮਾਰ ਕੇ ਦੇਖ ਹੀ ਲਿਆ ਯਾਰ, ਮੈਂ ਸੋਚਿਆ ਪਿਆਰ ਨਾ ਮੰਗ ਲੈਂਦੇ ਯਾਰ, ਜਾਂਦੇ ਚੋਰ ਦਾ ਲੰਗੋਟਾ ਸੀ ਯਾਰ ਬਾਈ। ਲੰਗੋਟਾ ਨਹੀਂ ਹੁੰਦਾ, ਲੰਗੋਟੀ ਹੁੰਦੀ ਹੈ ਯਾਰ। ਚੋਰ ਭਲਵਾਨ ਵੀ ਤਾਂ ਹੋ ਸਕਦਾ ਬਾਈ। ਚੱਲੀਏ ਯਾਰ, ਤੁਹਾਡੀ ਭਲਵਾਨੀ ਕਰਾਈ ਦੇਵਾਂ। ਚਲੋ ਯਾਰ। ਹਾਂਜੀ ਮੀਰਾ ਜੀ, ਮੈਂ ਸੀਡੀ ਵੇਖ ਲਈ ਹੈ, ਬਹੁਤ ਹੀ ਖਤਰਨਾਕ ਹੈ। ਕੀ ਚਾਹੁੰਦੇ ਹੋ ਤੁਸੀਂ? ਵਾਲੀਆ ਝੂਠ ਮੁੜਦਾ ਕਿਡਨੈਪਿੰਗ ਦਾ ਡਰਾਮਾ ਕਰ ਰਿਹਾ, ਮੈਨੂੰ ਪਤਾ ਲੱਗਿਆ ਸੀ, ਇਸ ਕਰਕੇ ਉਹ ਮੈਨੂੰ ਵੀ ਮਾਰਨ ਆ ਰਿਹਾ। ਤੁਸੀਂ ਛੇਤੀ ਉਹਨਾਂ ਨੂੰ ਅਰੈਸਟ ਕਰੋ ਬਸ। ਲੇਕਿਨ ਮੀਰਾ ਜੀ, ਵਾਲੀਆ ਬਹੁਤ ਵੱਡਾ ਆਦਮੀ ਹੈ, ਬਿਨਾਂ ਸਬੂਤ ਦੇ ਉਹਨੂੰ ਕਿਵੇਂ ਅਰੈਸਟ ਕਰ ਲਈਏ? ਪੰਜਾਬ ਪੁਲਿਸ ਦਾ ਕੀ ਹਾਲ ਹੋ? ਮੀਰਾ ਜੀ, ਉਹ ਪੰਜਾਬ ਪੁਲਿਸ ਦਾ ਕਿਸੇ ਨੇ ਕੁਛ ਨਹੀਂ ਪੁੱਟ ਸਕਣਾ, ਮੇਰੀ ਕੁੱਤੇ ਖਾਣੀ ਹੋ ਜਾਣੀ ਹੈ। ਚੰਗਾ ਚੰਗਾ, ਜੇ ਮੈਂ ਵਾਲੀ ਨੂੰ ਅਰੈਸਟ ਕਰ ਲਵਾਂ ਤਾਂ ਇਹ ਸੀਡੀ ਤੁਸੀਂ ਮੈਨੂੰ ਵਾਪਸ ਦੇ ਦਿਓਗੇ? ਤੁਹਾਡੀ ਸੀਡੀ ਹੈ, ਮਿਲ ਜੂਗੀ, ਤੁਸੀਂ ਬਸ ਛੇਤੀ ਉਹਨਾਂ ਨੂੰ ਅਰੈਸਟ ਕਰੋ ਪਲੀਜ਼। ਚੰਗਾ ਮੀਰਾ ਜੀ, ਅੱਜ ਰਾਤ ਦੀ ਰੋਟੀ ਵਾਲੀਆ ਥਾਣੇ 'ਚ ਖਾਊਗਾ। ਓਕੇ ਬਾਏ। ਤੂੰ ਤੇ ਕਿਹਾ ਵਾਲੀਆ। ਕਰਨ, ਸਪੀਕਰ ਔਨ। ਮੈਂ ਵੀ ਸੁਣਨਾ ਚਾਹੁੰਦੀ ਹਾਂ ਕਿ ਆਖਿਰ ਰਣਵੀਰ ਚਾਹੁੰਦਾ ਕੀ ਆ। ਮਤਲਬ ਤੁਸੀਂ ਆਪਣੀ ਜਨਾਨੀ ਵਾਸਤੇ 50 ਲੱਖ ਨਹੀਂ ਕੱਢ ਸਕਦੇ? ਕੱਢ ਸਕਦਾ, ਗਾਲਾਂ ਕੱਢ ਸਕਦਾ। ਕਿਲੋ ਦੋ ਕਿਲੋ ਸੁਣਨੀਆਂ ਨੇ? ਉਹ ਸਾਲੇ ਉਹ ਹਫਦਾ ਹੋ ਗਿਆ। ਸੁਣਦੇ ਸੁਣਦੇ ਟੋਟੇ ਟੋਟੇ ਕਰ ਦਿਆਂਗੇ, ਇਲਾ ਨੂੰ ਖਵਾ ਦਿਆਂਗੇ। ਉਹ ਟੋਟੇ ਟੋਟੇ ਕਰ ਦੋ ਯਾਰ, ਮਾਰ ਦੋ ਉਹਨੂੰ। ਮਾਰਦੇ ਕਿਉਂ ਨਹੀਂ ਤੁਸੀਂ? ਓਏ ਤੁਹਾਡੀ ਕੋਈ ਜ਼ਬਾਨ ਹੈ ਕਿ ਨਹੀਂ? ਸੁਣਿਆ ਗਾਲਾਂ ਤਾਂ ਮੈਂ ਤੈਨੂੰ ਅਹੀਆਂ ਜੀਆਂ ਕੱਢ ਸਕਦਾ ਨਾ, ਪਰ ਮਤਲਬ ਦੀ ਗੱਲ ਕਰ। ਤੂੰ ਚਾਹੁੰਦਾ ਕਿ ਅਸੀਂ ਤੇਰੇ ਘਰ ਵਾਲੀ ਨੂੰ ਮਾਰ ਦਈਏ? ਓਏ ਮਾਰ ਤਾਂ ਮੈਂ ਉਹਨੂੰ ਉਸੇ ਦਿਨ ਦੇਣਾ ਸੀ। ਸਾਲੇ ਇੱਕ ਤਾਂ ਤੁਸੀਂ ਉਹਨੂੰ ਕਿਡਨੈਪ ਕਰਕੇ ਮੇਰਾ ਪਲਾਨ ਖਰਾਬ ਕਰਤਾ, ਹੁਣ ਤੁਸੀਂ ਪੈਸੇ ਮੰਗਦੇ ਹੋ। ਉਹ ਸਾਲੇ ਉਹ ਜਿਹਨੂੰ ਮੈਂ ਮਾਰਨ ਨੂੰ ਫਿਰਦਾ ਸੀ ਉਹਨੂੰ ਪਛਾਣ ਲਈ ਹੁਣ ਮੈਂ ਪੈਸੇ ਦਵਾਂ? ਤੂੰ ਆਪਣੇ ਨਾਨਕੇ ਫੋਨ ਕੀਤਾ? ਪਰ ਤੂੰ ਉਹਨੂੰ ਮਾਰਨਾ ਕੀ ਚਾਹੁੰਦਾ? ਜਿਸ ਕਰਕੇ ਤੁਸੀਂ ਉਹਨੂੰ ਕਿਡਨੈਪ ਕੀਤਾ? ਪੈਸੇ ਜੀ ਭਾਈ। ਪਰ ਮੈਡਮ ਦੇ ਪੈਸੇ ਵੀ ਤਾਂ ਤੁਹਾਡੇ ਪੈਸੇ ਆ। ਓਏ ਉਸਦੇ ਮਰਨ ਤੋਂ ਬਾਅਦ ਉਹ ਤੁਸੀਂ ਮਾਰਦੇ ਕਿਉਂ ਨਹੀਂ ਉਹਨੂੰ ਯਾਰ? ਮਾਰ ਦੋ, ਗਲਾ ਘੋਟ ਦੋ ਉਹਦਾ, ਖਤਮ ਕਰੋ। ਹੈ ਪਰ ਉਹਨੂੰ ਮਾਰ ਕੇ ਸਾਡਾ ਕੀ ਫਾਇਦਾ? ਫਾਇਦਾ ਇਹ ਵਰਡ ਮੈਨੂੰ ਬਹੁਤ ਚੰਗਾ ਲੱਗਦਾ। ਹੁਣ ਮੇਰੀ ਗੱਲ ਆਪਣੇ ਕੰਨਾਂ ਨੂੰ ਖੋਲ ਕੇ ਸੁਣਿਓ। ਲੈਟਸ ਮੇਕ ਅ ਡੀਲ।
ਤੁਸੀਂ ਵਾਨੀ ਦੀ ਲਾਸ਼ ਲੈ ਕੇ ਆਓ, ਮੈਂ ਤੁਹਾਨੂੰ 50 ਲੱਖ ਦੇ ਕੀ ਰੱਬ ਦੀ ਸੌ 5 ਕਰੋੜ ਦੇਵਾਂਗਾ। ਕਿੰਨੇ ਭਾਈ? 5 ਕਰੋੜ। ਠੀਕ ਹੈ, ਬਸ ਐਸ ਅਸੀਂ ਜਿੱਤਾਂ ਲੈ ਕੇ ਤੁਰੇ ਕਿਸੇ ਮੁੱਲ ਨਹੀਂ ਪਾਇਆ। ਹੁਣ ਜੇ ਕੋਈ ਤੁਹਾਡੇ ਵਰਗਾ ਹਸਬੈਂਡ ਹੋਵੇ ਉਹਨੂੰ ਆਪਣੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੈ। ਕੰਮ ਆਏ ਨਾ ਤਰੀਕੇ ਜਿਹੜੇ ਦੁਨੀਆ ਤੋਂ ਸਿੱਖੇ, ਰੱਬਾ ਸਾਡੇ ਲੇਖਾਂ ਚ ਇਹਨੇ ਦੁੱਖ ਕਾ ਤੂੰ ਲਿਖੇ। ਮੈਨੂੰ ਕੋਈ ਪਿਆਰ ਨਹੀਂ ਕਰਦਾ। ਕੋਈ ਨਹੀਂ ਵਾਲੀਆ ਸਾਹਿਬ। ਉਹ ਆਓ ਬਈ, ਮੈਨੂੰ ਲੱਗਦਾ ਤੁਸੀਂ ਕੋਈ ਖੁਸ਼ ਖਬਰੀ ਲੈ ਕੇ ਆਏ ਹੋ। ਦੇਣ ਨਹੀਂ ਜੀ, ਖਬਰ ਲੈਣ ਆਏ ਆ। ਲੈ ਲਓ, ਉੱਪਰੋਂ ਆਰਡਰ ਆਇਆ, ਥੋੜੀ ਜਿਹੀ ਘਰ ਦੀ ਤਲਾਸ਼ੀ ਲੈਣੀ ਹੈ। ਤਲਾਸ਼ੀ? ਹਾਂ, ਲੈ ਲਓ। ਵੈਰੀ ਗੁੱਡ, ਵੈਰੀ ਗੁੱਡ। ਵੈਸੇ ਵਾਲੀਏ ਕੋ ਪੈਸੇ ਬਹੁਤ ਨੇ, ਤੇ ਤਾਂ ਵੱਡੀ ਫਰਿੱਜ ਰੱਖੀ ਹੈ। ਰੱਖੀ ਕਿੱਥੇ ਹੈ ਜਨਾਬ? ਵੈਰੀ ਗੁੱਡ ਵਾਲੀਆ। ਓ ਕਿਚਨ ਚ ਆ। ਓ ਹਾਂ ਬਈ, ਮੁਰਗਾ ਬਣਾਉਣ ਲੱਗੇ ਹੋ? ਆ ਕੀ ਹੈ? ਇਹ ਤਾਂ ਲੱਗਦਾ ਤੁਸੀਂ ਪਿਸਤੌਲ ਦੇ ਪਰੌਂਠੇ ਬਣਾ ਰਹੇ ਹੋ। ਪਿਸਤੌਲ ਦੇ ਪਰੌਂਠੇ ਨਹੀਂ, ਪਿਸਤੌਲ ਹੈ। ਉਹ ਹੈ ਤਾਂ ਪਿਸਤੌਲ ਹੀ ਆ ਰਹੇ। ਇਹਦਾ ਲਾਇਸੈਂਸ? ਮੈਨੂੰ ਕੀ ਪਤਾ, ਮੇਰੀ ਥੋੜਨਾ। ਵਾਲੀਆ, ਜੋ ਕਹਿਣਾ ਹੁਣ ਕੋਰਟ ਚ ਹੀ ਗਈ। ਯੂ ਆਰ ਅੰਡਰ ਅਰੈਸਟ। ਚੱਲ ਚੱਲ ਵੀਰੇ, ਹੁਣ ਥਾਣੇ ਜੀ ਮੁੜ ਤੋਂ ਫੋਨ ਥਾਣੇ ਦੀ ਗੱਲ ਕਰਾਂਗੇ। ਹਾਂ, ਚਲੋ ਚਲੋ। ਲਓ ਮੈਡਮ, ਹੋ ਗਈ ਵਾਲੀਏ ਦੀ ਈਮੇਲ ਆਈਡੀ ਹੈਕ। ਹਾਂ, ਵਾਟ? ਇਹ ਤਾਂ ਮੀਰਾ, ਇਹ ਤਾਂ ਔਰਤ ਕਹਿਲਾਉਣ ਦੇ ਲਾਇਕ ਵੀ ਨਹੀਂ ਹੈ। ਔਰਤ ਦੇ ਨਾਤੇ ਕਲੰਕ ਹੈ, ਕਲੰਕ। ਟੀਵੀ ਆਨ ਕਰੋ ਛੇਤੀ। ਕੀ ਹੋ ਗਿਆ? ਵਾਨੀ ਵਾਲੀਆ ਕੇਸ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ। ਮਿਸਟਰ ਵਾਲੀਆ ਦੇ ਘਰੋਂ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ। ਐਸਐਸਵੀ ਬਰਾੜ ਦਾ ਇਹ ਕਹਿਣਾ ਹੈ ਕਿ ਵੈਪਨ ਆਫ ਮਰਡਰ ਵੀ ਸਾਬਿਤ ਹੋ ਸਕਦਾ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮਿਸਟਰ ਵਾਲੀਆ ਨੇ ਆਪਣੀ ਵਾਈਫ ਦਾ 15 ਤਾਰੀਖ ਦੀ ਰਾਤ ਨੂੰ ਹੀ ਮਰਡਰ ਕਰ ਦਿੱਤਾ ਸੀ ਤੇ ਕਿਡਨੈਪਿੰਗ ਦਾ ਸਾਰਾ ਵਾਕਿਆ ਹੀ ਝੂਠਾ ਹੈ। ਦੂਜੇ ਪਾਸੇ ਮਿਸਟਰ ਵਾਲੀਆ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਵਾਈਫ ਜ਼ਿੰਦਾ ਹੈ। ਫਿਲਹਾਲ ਕੋਰਟ ਨੇ ਉਹਨਾਂ ਨੂੰ ਸਾਬਿਤ ਕਰਨ ਲਈ 10 ਦਿਨ ਦੀ ਮੋਹਲਤ ਦਿੱਤੀ ਹੈ। ਆਓ ਹੁਣ ਰੁਖ ਕਰਦੇ ਹਾਂ ਰਾਜ ਦੀਆਂ ਬਾਤਾਂ। ਰਣਵੀਰ ਆਪਣੇ ਬਣਾਏ ਹੋਏ ਪਲਾਨ ਵਿੱਚ ਪੂਰੀ ਤਰ੍ਹਾਂ ਫਸ ਚੁੱਕਿਆ। ਤੁਸੀਂ ਕੰਮ ਕਰੋ, ਤੁਸੀਂ ਰਣਵੀਰ ਕੋਲੋਂ ਪੂਰੇ 10 ਕਰੋੜ ਮੰਗੋ। 10 ਕਰੋੜ? 10 ਕਰੋੜ? 10 ਕਰੋੜ? ਮੈਂ ਰਣਵੀਰ ਨੂੰ ਉਸੀ ਗਟਰ ਵਿੱਚ ਪਹੁੰਚਾਉਣਾ ਚਾਹੁੰਦੀ ਹਾਂ ਜਿਸ ਗਟਰ 'ਚ ਮੈਂ ਉਹਨੂੰ ਕੱਢਿਆ ਸੀ। ਇਹ ਗੇਮ ਭਾਵੇਂ ਰਣਵੀਰ ਨੇ ਸ਼ੁਰੂ ਕੀਤੀ ਹੋਈ, ਪਰ ਇਸ ਗੇਮ ਨੂੰ ਖਤਮ ਹੁਣ ਅਸੀਂ ਕਰਾਂਗੇ। ਮੈਡਮ, ਬੇਵਕੂਫਾ, ਐ ਜੰਗ ਜਿੱਤ ਕੇ ਤੂੰ ਵੱਡਾ ਫੌਜੀ ਬਣਿਆ ਫਿਰਦਾ ਸੀ? ਮੈਂ ਵੀ ਕਵਾਂ, ਐਡਾ ਵੱਡਾ ਮਰਡਰ ਦਾ ਸਬੂਤ, ਫੇਰ ਉਹਨੂੰ ਬੇਲ ਕਿਵੇਂ ਮਿਲ ਗਈ? ਤੂੰ ਤਾਂ ਕਹਿ ਰਿਹਾ ਸੀ ਵਾਲੀਏ ਨੇ ਮਰਡਰ ਕੀਤਾ। ਮੈਡਮ, ਮੇਰਾ ਚਸ਼ਮਾ ਡਿੱਗ ਪਿਆ ਸੀ। ਕਾਪੀ ਕਰਨ ਵੇਲੇ ਚੈੱਕ ਨਹੀਂ ਕੀਤਾ? ਤੈਂ ਵੀ ਕਿੱਥੇ ਸੀਗਾ ਜੀ, ਇੰਨਾ ਸੀਡੀ ਤੋਂ ਸੀਡੀ ਕਾਪੀ ਮਾਰੀ ਸਿੱਧਾ ਤੁਹਾਡੇ ਕੋਲੇ। ਇਸ ਦਾ ਮਤਲਬ ਵਾਣੀ ਤਾਂ ਸੱਚਮੁੱਚ ਕਿਡਨੈਪ ਹੋਇਆ ਹੈ। ਇਹ ਤਾਂ ਗੜਬੜ ਹੋ ਗਈ। ਸਰ ਜੀ, ਬਾਅਦ ਚ ਕਰ ਲਈ ਯਾਰ, ਬਾਅਦ ਚ ਕਰ ਲਈ, ਬਹਿ ਜਾ। ਹੈਲੋ,
किडनैपर बोल रहे हैं। हाँ जी पाजी, एक मिनट एक मिनट। ले शुक्र है पाजी थोड़ा फोन आ गया, मैं तो थोड़ी आवाज सुनने तरस गया सी। आवाज सुनने दस मैं गुरदास मान। ले पाजी गुरदास मान किदां दी गल्लां करदे हो। अच्छा मेरी डार्लिंग ठीक है? अच्छा हुण डार्लिंग होगी। लगदा सवेरे सवेरे पैग ला लेता है। पाजी मैनू तां होश ही हुण आया। ਭਾਜੀ ਤੁਸੀਂ ਉਹ ਟੋਟੇ ਵਾਲੀ ਗੱਲ ਕੀਤੀ ਸੀ, ਕਿਤੇ ਕਰਤ ਨਹੀਂ ਦਿੱਤੇ? ਨਾ ਕਰ ਨਹੀਂ ਲੱਗੇ ਸੀਗੇ, ਮੁੰਡਾ ਭੇਜਿਆ ਬਾਜ਼ਾਰ ਦੇ ਵਿੱਚ ਇੱਲਾਂ ਲੈਣ ਦੇ ਲਈ। ਵੈਸੇ ਵਾਲਿਆ ਸਾਹਿਬ ਜਾਨਵਰ ਤੁਹਾਨੂੰ ਪਸੰਦ ਹੈ ਕਿ ਆਪਾਂ ਬਦਲ ਦਈਏ? ਦੇਖੋ ਭਾਜੀ ਤੁਸੀਂ ਮੇਰੀ ਗੱਲ ਨਾ ਸੀਰੀਅਸਲੀ ਲੈ ਗਏ, ਏਦਾਂ ਵੀ ਕੋਈ ਕਰਦਾ? ਅੱਛਾ ਤੁਸੀਂ ਐਂ ਕਰਿਓ, ਤੁਸੀਂ ਮੇਰੀ ਡਾਰਲਿੰਗ ਨਾਲ ਗੱਲ ਕਰਾਇਓ, ਤੁਸੀਂ ਮੇਰੇ ਪਿਆਰ ਨਾਲ ਗੱਲ ਕਰਾਇਓ। ਆਈ ਵਾਂਟ ਟੂ ਸਪੀਕ ਟੂ ਹਰ। ਕੁੱਤੇ ਹਾਏ ਕਮੀਨੇ ਹਰਾਮ ਦੇ ਪਿੱਲੇ। ਹੈਲੋ ਵਾਨੀ ਡਾਰਲਿੰਗ, ਬੇਬੀ ਤੈਨੂੰ ਨਹੀਂ ਠੀਕ ਹੈ? ਬੇਬੀ ਹਾਊ ਆਰ ਯੂ? ਓ ਕੰਜਰਾ ਤੇਰੇ ਕੰਦੇ ਥੱਲੇ ਦਵਾਂਗੀ ਖਿੱਚ ਕੇ। ਜਾਨੂ ਜਾਨੂ ਇਹ ਮੈਨੂੰ ਬਹੁਤ ਟੌਰਚਰ ਕਰ ਰਹੇ ਨੇ। ਓ ਯਾਰ ਤੁਸੀਂ ਕੀ ਕਰੀ ਜਾਂਦੇ ਹੋ, ਮੈਂ ਤੁਹਾਡੇ ਤਰਲੇ ਕੱਢਦਾ, ਤੁਸੀਂ ਮੇਰੀ ਮਾਨੀ ਨੂੰ ਕੁਛ ਨਾ ਕਹੋ ਪਲੀਜ਼। ਦੇਖੋ ਤਰਲੇ ਨਹੀਂ ਨੋਟ ਕੱਢ, ਨੋਟ ਫੇ ਹੁਣੇ ਤੁਹਾਨੂੰ 50 ਲੱਖ ਦਾ ਚੈੱਕ ਕਰ ਦਿੰਦਾ, ਡਨ। ਨਾ ਚੈੱਕ ਨੂੰ ਸਾਲਿਆ ਸੀ ਟੀਡੀਐਸ ਭਰਨਾ, ਕੈਸ਼ ਚਾਹੀਦਾ ਕੈਸ਼, ਨਾਲੇ 50 ਲੱਖ ਨਹੀਂ 10 ਕਰੋੜ। 10 ਕਰੋੜ? ਹਲੋ ਭਾਜੀ ਦੇਖੋ ਤੁਸੀਂ 50 ਲੱਖ ਦੀ ਗੱਲ ਕੀਤੀ ਸੀ, ਹੁਣ ਤੁਸੀਂ ਕਹਿੰਦੇ ਹੋ 10 ਕਰੋੜ, ਏਦਾਂ ਹੁੰਦਾ ਨਹੀਂ। ਓ ਕੁੱਤਿਆ ਤੇਰੀਆਂ ਹਰਕਤਾਂ ਖਤਮ ਨਹੀਂ ਹੋਣੀਆਂ, ਬਾਜ਼ ਨਹੀਂ ਆਣਾ ਤੂੰ ਆਪਣੀਆਂ ਹਰਕਤਾਂ ਤੋਂ ਜਾਨੂ। ਹਾਂਜੀ ਇਹ ਲੋਕ ਬਹੁਤ ਖਤਰਨਾਕ ਨੇ, ਮੈਨੂੰ ਮਾਰ ਦੇਣਗੇ। 10 ਕਰੋੜ ਤਾਂ ਕੀ, ਇਹਨਾਂ ਦੇ ਮੂੰਹ ਤੇ ਮਾਰੋ 10 ਕਰੋੜ ਤੇ ਮੈਨੂੰ ਇੱਥੋਂ ਲੈ ਜਾਓ ਪਲੀਜ਼। ਚੱਲ ਠੀਕ ਹੈ ਜੇ ਤੂੰ ਕਹਿੰਦੀ ਹੈ ਤਾਂ ਮੈਂ ਪੈਸੇ ਦੇ ਦਿੰਦਾ ਇਹਨਾਂ ਨੂੰ, ਤੇਰੇ ਹੀ ਪੈਸੇ ਹੈ ਡਾਰਲਿੰਗ। ਪਰ ਡਾਰਲਿੰਗ ਕਿਡਨੈਪਰ ਭਾਜੀ ਨੂੰ ਆ ਪੁੱਛ ਕੇ ਆ 10 ਕਰੋੜ ਰੁਪਏ ਕੈਸ਼ ਮੈਂ ਲੈ ਕੇ ਕਿਵੇਂ ਆਵਾਂਗਾ? ਮੀਨ ਹਾਊ ਦ ਹੈਲ ਇਜ਼ ਇਟ ਪੋਸੀਬਲ ਡਾਰਲਿੰਗ? ਉਹਦਾ ਵੀ ਸੋਚ ਰੱਖਿਆ ਹੈ, 9.5 ਕਰੋੜ ਦੇ ਹੀਰੇ, 50 ਲੱਖ ਰੁਪਇਆ ਕੈਸ਼ ਲੈ ਕੇ ਨਾਟਕ ਮੇਲੇ ਵਿੱਚ ਆ ਜੀ, ਨਾਲੇ ਭੇਸ ਬਦਲ ਗਿਆ ਜੀ। ਭੇਸ ਬਦਲ ਗਈ? ਪਰ ਭਾਜੀ ਮੈਂ ਡਰਾਮਾ ਨਾ ਕਦੇ ਕੀਤਾ ਨਹੀਂ ਹੈਗਾ। ਉਹ ਸਾਲਿਆ ਤੇਰੇ ਤੋਂ ਵੱਡਾ ਡਰਾਮੇ ਵਾਸਤੇ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ। ਹੈ ਜੀ ਡਰਾਮੇ ਕੀਤੇ ਨਹੀਂ ਭਾਜੀ, ਨਾਲੇ ਗੱਲ ਸੁਣ ਬਣ ਕੇ ਕੀ ਆਉਣਾ? ਉਤਾਰੀ ਬਣ ਕੇ 9.5 ਲੱਖ ਦੇ ਹੀਰੇ ਡਮਰੂ 'ਚ, 50 ਲੱਖ ਕੈਸ਼ ਗੱਠੜੀ 'ਚ, ਸਮਝ ਗਿਆ? ਓਕੇ ਜੀ। ਹੁਣ ਦੇਖਣਾ ਮੈਂ ਸਰਨਵੀਰ ਤੇ ਬੱਚੇ ਦੀ ਜੇਬ 'ਚੋਂ ਇੱਕ ਇੱਕ ਪੈਸਾ ਕਿਵੇਂ ਕਢਾਉਂਦੀ ਹਾਂ। ਇਹੋ ਜਿਹੇ ਬੇਈਮਾਨ ਬੰਦੇ ਕਰਕੇ ਤੁਸੀਂ ਸ਼ਰੀਫ ਮੁੰਡਿਆਂ ਨੇ ਕਿਹੋ ਜਿਹਾ ਕਦਮ ਚੁੱਕਿਆ? ਆਈ ਐਮ ਰੀਅਲੀ ਸੌਰੀ। ਇਟਸ ਓਕੇ। ਦੇਖਣਾ ਮੈਂ ਤੁਹਾਨੂੰ ਤੁਹਾਡਾ ਹੱਕ ਜ਼ਰੂਰ ਦਿਲਾਵਾਂਗੀ। ਫਤਿਹ ਫੋਨ ਦੇਣਾ ਪਲੀਜ਼। ਹਾਂ ਹਲੋ ਮਿਸਟਰ ਮਹਿਤਾ। ਇੱਕ ਮਿੰਟ। ਹੈਲੋ ਹਾਂਜੀ ਮਿਸਟਰ ਮਹਿਤਾ। ਕਮਲੀ ਹੋ ਗਈ ਲੱਗਦੀ ਹੈ। ਮੈਮ ਮੈਮ ਮੈਡਮ ਜੀ ਮੈਡਮ ਜੀ ਪਲੀਜ਼ ਪਾਣੀ ਪਿਲਾਵਾਂ ਮੈਮ, ਮੇਰਾ ਮਤਲਬ ਤਬੀਅਤ ਤਾਂ ਠੀਕ ਹੈ ਨਾ ਜੀ, ਮੇਰਾ ਮਤਲਬ ਵਾਣੀ ਨੇ ਵਸੀਅਤ ਕੀਤੀ ਸੀ ਕਿ ਉਹਦੇ ਮਰਨ ਤੋਂ ਬਾਅਦ ਉਹਦੀ 5000 ਕਰੋੜ ਦੀ ਪ੍ਰਾਪਰਟੀ ਸਾਰੀ ਸਾਰੀ ਸਾਡੇ ਟਰਸਟ ਤੇ ਹੋ ਜਾਓ। ਤੁਸੀਂ ਅੰਦਰ ਨਹੀਂ ਜਾ ਸਕਦੇ। ਨਾ ਸਾਲਿਆ ਬਹਿਰ ਹੋ ਗਿਆ ਤੂੰ। ਸੌਰੀ ਸਰ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਅੱਛਾ ਤੂੰ ਓਨਰ ਨੂੰ ਕਹਿ ਰਿਹਾ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ? ਸਾਲਿਆ ਠਹਿਰ ਜਾ, ਤੇਰਾ ਇਲਾਜ ਹੈ ਮੇਰੇ ਕੋਲ, ਤੂੰ ਨਵਾਂ ਨਵਾਂ ਆਇਆ ਨਾ ਉਡਾੜੀਆਂ ਮਾਰਦਾ, ਖੜ ਜਾ ਸਾਲੇ ਤੇਰਾ ਇਲਾਜ ਕਰਦਾ ਮੈਂ। ਹਾਂਜੀ ਹਾਂਜੀ ਮਿੰਟ 'ਚ ਪਤਾ ਲੱਗ ਜੂ। ਠੀਕ ਹੈ ਸਰ ਠੀਕ ਹੈ ਸਰ।
हाँ भेज दे सर, मैं चिंता ना करो। ओके 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 सर। यार मैं ते गल दस, आ किहो जे गार रखे तू इत्थे? आ कहिंदा मैनू अंदर जाण दी इजाजत नहीं है, ये सारे नू अपनी नौकरी प्यारी है कि नहीं? सर तुहाडी एंट्री कोर्ट ने बैन करती है। बैन करती है? यार ये तो बड़ी माड़ी गल होगी यार, मैं 10 करोड़ रुपए देने कल करने पर सारे दे फोन आई जाने, मैं तो फस जाना, मैं तो बर्बाद हो जाना मैं। यार तू अकाउंट्स सील हो चुके हैं। अकाउंट भी? हाँ जी। ये तो बड़ी माड़ी गल होगी यार, चलो की कर सकते हो यार, कुछ जुगाड़ लाभ दे। एक्सक्यूज मी सर। हाँ जी की? ए, चाबी दिखाना प्लीज। नहीं क्यों? बड़ी अच्छी चाबी है। हाँ है, दी है। ओरिजिनल लग रही है? हाँ ओरिजिनल ही है। मछली दी है? हाँ भाई एक गड्डी दी है। वेरी गुड वेरी गुड वेरी गुड। अभी बैन हो चुकी है। कोई गल नहीं भी, मैं ते लग गया पता मैनू तेरा, तू भी फैली जाना है साड़े, समझ गया मैं। हैं पर याद रख तेरी धी का भी ब्याह हो किसी ने साड़िया, जे मैं ब्याह चाहे ब्याह नू बैन ना कराता ना मेरा नाम भी वाले नहीं आया। हेलो। हाँ मीरा, मेरी कंपनी दे ना किसी ने सारे बैंक अकाउंट सील कर दिए हैं। जनानी बचाओ। मीरा मैं तेरे उत्ते लखां लुटाए ने, तू इनी मदद नहीं कर सकती? हेलो हेलो। हाँ हाँ हेलो। आवाज नहीं आ रही। हेलो मीरा, नहीं है ये? हेलो हाँ 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 नहीं मीरा, मैं मैंने आवाज हूँ तक किसी ने भी मेरी आवाज नहीं आनी। हूँ तो वाणी का मरना बहुत जरूरी है। एक मिनट क्यों तो करे। हेलो। हाँ जी मैडम। कम हो गया पंडित ने क्या सी ना, मंगलवार नु कम हो। भाई मित्रों आज मंगलवार है, कम हो गया। चलो, चलो। हाँ जी बोलो जी। ओ जी मैं घर ही आऊंगा, होर किथे जाऊंगा? की गंडे लेंदा आवा? ओ मैं क्या सोने हो, मैं एसपी हैगा, तुसी ता मेरा ओ कर जा। रुक यार किथे। हाँ जी हाँ जी मैडम जी, मैं सुन लिया, मैं गंडे लेंदा आऊंगा। चंगा हाँ एक मिनट। बिरे मेरे को ना पैसे है ही नहीं, तू ऐ कर आ रख ले कड़ी और रोलेक्स दी है पर किसी ने दसी ना। हाँ जा थैंक यू। ओट हुई की गल वालिया साहब, आज ऑटो ते तुरे फिर दे हो? देखना यार बर्बाद हो चले, मैं फिरौती दी रकम पूरी कर दे कर दे। कल 10 करोड़ रुपए देने किडनैपर नू, मैं नाले मैनू गाला करदा सारा। सुन मेरी गल सुनो, ओए परे जा ओए। ओए गल सुन वालिए, ओए तू तो मेरा यार सी ओए, तू मेरे नाल इदा किदा कर सकदा है? ओ यार मेरा ही वीडियो बनवा लिया तू। ओ केड़ा वीडियो यार, मेरी बॉडी किडनैप हो चुकी, तू चंगा बंदा। ओ बस कर यार, अब बस कर हुन। हैं बहुत हो गया नाटक तेरा, मैनू पता है तू आप दी जनानी दा कत्ल करता है। की कत्ल? ओ तन्नू दसे कि नहीं सब? की तेरी आप दी मशूक ने, ओ मीरा ने जिदे नाल रल के तू मेरा वीडियो बनवाया सी। यार केड़ा वीडियो? ओ पाजी तुहाडी पार्टी दे विच, उस तो बाद ओ पुल दे उत्ते तुहाडी आइटम दे नाल गल करता है। ओ तू मेरी गड्डी लेके जदों गड्डी पुल ते पहुंचेगी, मैं ओदा स्टीयरिंग घुमा के आप छाल मार दिया। ओ जानू आ केड़ी सीढ़ी लाया सवेरे सवेरे? ओ योगा दे। ओ ये तो मेरी गड्डी है, मैं सीढ़ी वेख ली है, बहुत ही खतरनाक है। वालिया साहब जी। ब्रार साहब समझे जी, एक जनानी
ਅਸੀਂ ਦੋਹਾਂ ਨੂੰ ਬੇਵਕੂਫ ਬਣਾਉਂਦੀ ਰਹੀ। ਮੈਨੂੰ ਤਾਂ ਲੱਗਦਾ ਵਾਨੀ ਦਾ ਕਿਡਨੈਪ ਵੀ ਇਸੇ ਮੀਰਾ ਨੇ ਕੀਤਾ। ਵਾਲੀਆ ਸਾਹਿਬ ਜੀ, ਬਰਾੜ ਸਾਹਿਬ, ਤੁਹਾਨੂੰ ਕਿੱਥੇ ਬੁਲਾਇਆ ਨਾ ਕਿਡਨੈਪਰਾਂ ਨੇ? ਨਾਟਕ ਕੰਪਨੀ, ਡਰਾਮਾ, ਮੇਲੇ 'ਚ। ਕਿੱਥੇ? ਹਾਂ ਚਲੋ। ਬੋਲ ਸੋਨਾ, ਸਾਲੇ ਕੱਪੜੇ ਪਾਏ ਨੇ, ਸੱਚੀ ਦਾ ਬੈਟਮੈਨ ਨਹੀਂ ਹੈਗਾ ਉਹ। ਤਾਂ ਹੀ ਤਾਂ ਖੰਡਾ ਸਾਹਿਬ ਪਾਇਆ ਕਿ ਬਾਬਾ ਜੀ ਦਾ ਆਸ਼ੀਰਵਾਦ ਬਣਿਆ। ਵਾਹਿਗੁਰੂ। ਚਲੋ ਚਲੋ ਫਿਰ, ਥੱਲੇ ਪੈ ਜਾਂਦਾ ਨਾ ਆਮਲੇਟ ਜਿਹਾ ਬਣ ਜਾਣਾ ਸੀ ਤੇਰਾ। ਚੱਕੋ ਚੱਕੋ ਚੱਕੋ, ਚਲੋ 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 ਚਲੋ, ਚੱਕੋ ਖੱਬੇ ਖੱਬੇ, ਥੋੜਾ ਜਿਹਾ ਖੱਬੇ ਹੋ ਜਾ, ਖੱਬੇ ਨੂੰ ਚੱਲ, ਕੁਛ ਨਹੀਂ ਹੁੰਦਾ। ਸੱਜੇ 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 ਸੱਜੇ, ਕੀ ਖੱਬੇ ਸੱਜੇ ਲਾਈਆ? ਉਹ ਸਪਾਈਡਰ, ਸਪਾਈਡਰ ਮੈਂ ਨਾ ਕਿੱਧਰ ਜਾਈ? ਉਹ ਸੱਜੇ ਖੱਬੇ ਡਿਸਾਈਡ ਕਰ ਲਓ, ਮੈਂ ਥੱਲੇ ਪੈ ਜਾਣਾ। ਸਿੱਧਾ ਸਿੱਧਾ ਸਿੱਧਾ, ਤੂੰ ਦੱਸ ਵੱਡਾ ਬੈਟਮੈਨ। ਰੁਕੋ 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 ਰੁਕੋ, ਉਹ ਮੈਂ ਕੀ ਕਰਾਂ, ਖੜੋ ਜਾ, ਬੈਟਮੈਨ ਕੰਮ ਨਹੀਂ ਆਉਂਦਾ। ਬਸ ਹੋ ਗਿਆ ਹੋ ਗਿਆ ਹੋ ਗਿਆ, ਚਲੋ 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 ਚਲ ਫਤਿਹ। ਮੈਂ ਨਹੀਂ ਜਾਣਾ, ਮੈਂ ਨਹੀਂ, ਪਹਿਲਾਂ ਤੂੰ ਚੱਲ 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 ਚੱਲ, ਛੱਡੋ ਯਾਰ, ਮੈਂ ਜਾਣਾ। ਦੇਖ ਕੇ ਜਾਈਂ, ਉਹ ਚੱਲ ਚੱਲ ਚੱਲ, ਕੁਝ ਨਹੀਂ ਹੁੰਦਾ, ਚੱਲ ਉਹ ਚੱਲ, ਹੁਣ ਇਹਨਾਂ ਉੱਤੇ, ਇਹਨਾਂ ਉੱਤੇ ਵੀ ਨਾ ਚੱਲ, ਨਹੀਂ ਜਾਣਾ। ਆ ਚੁੰਨੀ ਸੰਭਾਲ ਆਪਣੀ, ਚੱਲ ਛੇਤੀ, ਦੇਖ ਕੇ ਦੇਖ ਕੇ ਦੇਖ ਕੇ ਸੁਪਰਮੈਨ। ਚਲੋ 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 ਚਲੋ, ਆ ਗਿਆ ਆ ਗਿਆ ਆ ਗਿਆ। ਓਏ ਯਾਰ, ਉਹ ਆ ਗਿਆ ਵਾਲਿਆ, ਦਿਗ ਦਿਗ ਕਰਨ ਜਾ, ਗੱਲ ਕਰ। ਚੱਲ ਚੱਲ, ਮੇਰੇ ਪਾਰਟਨਰ ਵਿੱਚ ਅਕੜਾ, ਚੁੱਪ ਕਰਕੇ ਗੱਠੜੀ ਤੇ ਡੰਬਰੂ ਫੜਾ ਦੇ, ਜਨਾਨੀ ਮਿਲ ਜੂਗੀ। ਅੱਛਾ, ਉਹ ਬਿਲਕੁਲ ਪਿੱਛੇ, ਓਕੇ। ਆ ਕਿੱਥੇ ਗਿਆ? ਉਹ ਕਿੱਥੇ ਭੇਜਦਾ? ਸਮਝ ਗਿਆ ਨਾ, ਮਿਸਟਰ ਕਿਡਨੈਪਰ ਹੈ। ਮਾਲ ਕਿੱਥੇ? ਗੱਲ ਤੇ ਮਰੂ ਤੇਰੇ, ਸਾਲੇ ਕੀ ਹੋ ਗਿਆ ਬੜੇ? ਉੱਥੇ ਕੀ ਕਰਦਾ ਉਹ? ਕੌਣ? ਉਹ ਜਿਹੜੀ ਡਿਲੀਵਰੀ ਲੈਣ ਆਇਆ ਮੈਂ। ਕੋਈ 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 ਕੋਈ, ਇਹ ਹਜੇ ਹੈ, ਬਾਕੀ ਡਿਲੀਵਰੀ ਦੇ ਬਾਅਦ ਪੂਰੇ ਹੈਗੇ ਹੈਗੇ ਇੱਥੇ ਡਿਲੀਵਰੀ। ਜਨਾਨੀ ਜਨਾਨੀ ਜਨਾਨੀ, ਸੱਚ? ਉਹ ਜਨਾਨੀ ਉਹ ਹੈ? ਹਾਂਜੀ ਹਾਂਜੀ, ਉਹ ਜਨਾਨੀ। ਮੈਂ ਨਾ ਤੁਹਾਨੂੰ ਮਿਲ ਕੇ ਆਵਾਂ ਫਿਰ ਉਹਦੇ ਬਾਅਦ, ਠੀਕ ਹੈ ਨਾ? ਹਾਂ ਹਾਂਜੀ ਹਾਂਜੀ, ਪੱਕਾ ਪੱਕਾ। ਹਾਂ ਹਾਂਜੀ, ਉਧਰ 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 ਜਾਓ ਜੀ, ਆਓ ਜਾਓ ਜਾਓ। ਵਾਲੀ ਹਾਏ, ਸੱਚ ਕਿੰਨੀ ਕਮਜ਼ੋਰ ਹੋ ਗਈ ਦਾ। ਉਹ ਚੱਲ ਪਾ, ਚਲੀਏ ਪਾ ਚਲੀਏ, ਸ਼ਰਮ ਹੀ ਨਹੀਂ ਹੈਗੀ ਕੋਈ। ਓਏ ਛੱਡੀ, ਓਏ ਓ ਖੋਲ, ਓਏ ਓ ਰਾਂਝਾ, ਕਿੱਥੇ ਗਵਾਜ ਗਏ? ਓ ਪਿਓ ਮੇਰਿਆ, ਤੂੰ ਦੇਵਦਾਸ ਨਹੀਂ, ਰਾਂਝਾ ਆ ਬਣਿਆ, ਤੂੰ ਰਾਂਝਾ ਪੀਨਾ ਏ ਦਾਰੂ, ਚੱਲ ਛੇਤੀ ਤਿਆਰ ਹੋ ਜਾ ਛੇਤੀ। ਓ ਦਾਰੂ ਹੀ ਮੇਰੀ ਅਸਲੀ ਹੀਰ ਹੈ, ਰਾਂਝਾ ਜੋ ਕਿਉਂ ਗਾਉਂਦਾ? ਓ ਸੌਰੀ, ਹੀਰੇ ਕਿੱਥੇ ਆ? ਬਾਬਾ ਗੋਰਖਨਾਥ, ਮੈਂ ਬਣਿਆ ਤੇਰਾ ਚੇਲਾ, ਵੇਖ ਹਾਲਤ ਇਸ਼ਕ ਚ ਡੰਗੇ ਫਕੀਰ ਦੀ, ਮੈਂ ਬਣਿਆ ਜੋਗੀ ਆ ਕੇ ਤੇਰੇ ਟਿੱਲੇ, ਕਿਉਂਕਿ ਤੇਰੇ ਟਿੱਲੇ ਤੇ ਓ ਸੂਰਤ ਦੀਦੀ ਆਖੀਰ ਦੀ। ਟਿੱਲੇ ਵਾਲਿਆ ਰਾਂਝਿਆ, ਨਸ਼ੇ ਦਿਆ ਮਾਂਝਿਆ, ਚੰਕ ਕਹਿਣਾ ਹੀਰ ਦਾ ਤੇ ਮਨ ਕਹਿਣਾ ਆਪਣੇ ਵੀਰ ਦਾ, ਸੁਣ ਮੇਰੀ ਗੱਲ ਤੇ ਨਾਲ ਮੇਰੇ ਚੱਲ। ਉਹ ਕੌਣ ਹੈ ਤੇ ਗੱਠੜੀ ਕਰਦਾ ਮੇਰੇ ਵੱਲ? ਓਏ ਕੌਣ ਹੋ ਤੁਸੀਂ? ਓਏ ਰਾਂਝਿਆ, ਉਹ ਤੈਨੂੰ ਸ਼ਰਮ ਨਾ ਆਈ ਜ਼ਰਾ?
ਉਹ ਗੱਠੜੀ ਕਰਕੇ ਭੁੱਲ ਗਿਆ ਆਪਣੇ ਸਗੇ ਭਰਾ। ਓਏ ਤੁਸੀਂ ਝੂਠ ਬੋਲਦੇ ਹੋ, ਹੀਰੇ ਕਿੱਥੇ ਆ? ਹੀਰੇ ਹੀਰੇ ਹੈਟ ਹੀਰੇ ਹੀਰੇ। ਉਹ ਕੌਣ ਹੋ ਭਾਈ ਤੁਸੀਂ? ਉਹ ਮੈਂ ਤੇਰਾ ਗੁਰੂ ਬਾਬਾ ਗੋਰਖਨਾਥ। ਰਾਂਝਿਆ ਤੂੰ ਦੇ ਦੇ ਮੇਰਾ ਸਾਥ, ਆ ਆ ਮੇਰੇ ਗੋਡੇ ਹੱਥ ਲਾ ਤੇ ਆ ਕਟਰੀ ਮੈਨੂੰ ਫੜਾ। ਹੁਣ ਆਊਗਾ ਮਜ਼ਾ। ਓ ਮੈਂ ਤਾਂ ਤੈਨੂੰ ਜਾਣਦਾ ਵੀਰੇ, ਗੁਰੂ ਕਿਵੇਂ ਮੰਨਣਾ? ਰਾਂਝਿਆ ਤੈਨੂੰ ਇਸ ਨੇ ਕਰਤਾ ਹੈ ਅੰਨਾ, ਤੇ ਤੁਸੀਂ ਮੈਨੂੰ ਪਾਗਲ ਕਰ ਦੇਣਾ। ਛੁੱਟ ਜਾਓਗੇ ਜੇ ਗਠਰੀ ਧਰ ਦੇਣਾ। ਧਰ ਦੇਣਾ? ਪੰਗੇ ਪਾਉਣਾ ਸਾਧ ਕਿੱਥੋਂ ਆ ਗਿਆ? ਓ ਰਾਂਝਿਆ ਓ ਗੱਠੜੀ ਇਹਨੂੰ ਨਾ ਫੜਾਈ, ਹੋ ਜਾਏਗਾ ਬਰਬਾਦ। ਇਸ ਗੱਠੜੀ ਪਿੱਛੇ ਨਾ ਲੜੋ, ਗੱਠੜੀ ਸਾਡੇ ਹਵਾਲੇ ਕਰੋ। ਓਏ ਹੁਣ ਤੁਸੀਂ ਕੌਣ ਹੋ ਭਾ? ਅਸੀਂ ਰੈਡੀ 1 2 3 ਏ ਗੱਠੜੀ, ਹਾਂ ਹਾਂ ਦੇ ਦੇ ਗੱਠੜੀ, ਏ ਗੱਠੜੀ ਤਕਲੀਫ ਜੇ ਆ ਗਏ ਸਾਹਿਬਾ ਦੇ ਵੀਰ, ਭੁੱਲ ਜਾਏਗਾ ਆਪਣੀ ਤਕਦੀਰ। ਜੇ ਹੁੰਦੀ ਹੈ ਇੰਨੀ ਪੀੜ, ਚੱਲ ਘਰੇ ਜਾ ਕੇ ਖਾ ਖੀਰ। ਬੰਦ ਕਰੋ ਇਹ ਹੱਟੀ। ਹੀਰ ਉਹ ਭੈਣ ਜੀ, ਹੁਣ ਤੁਸੀਂ ਕੌਣ ਹੋ? ਮੈਂ ਹਾਂ ਸਾਹਿਬਾ ਜੱਟੀ। ਉਹ ਕਿਉਂ ਜਾਂਦੇ ਹੋ ਸਾਡੇ ਨਾਟਕ ਦੀ ਮਿੱਟੀ ਪੱਟੀ? ਹੀਰ ਰਾਂਝੇ ਕਿੱਥੋਂ ਆ ਗਈ ਸਾਹਿਬਾ ਜੱਟੀ? ਵਾਹ ਮੈਡਮ ਜੀ, ਇਹ ਤਾਂ ਕਵਿਤਾ ਹੋ ਗਈ, ਇਸੇ ਗੱਲ ਤੇ ਇੱਕ ਫੋਟੋ ਖਿਚਾਓ। ਸਮਾਈਲ ਪਲੀਜ਼, ਸਮਾਈਲ। ਬਾਲੀਆ ਦੇਖ ਲੂ ਮੂਰਖਾ। ਉਹ ਸੁਪਰ ਹੀਰੋ ਤੁਸੀਂ ਲੱਗਦੇ ਹੋ ਬੜੇ ਅੱਛੇ, ਪਰ ਮੈਨੂੰ ਸਮਝ ਨਹੀਂ ਆਈ ਕਿਉਂ ਪਾਈ ਨੇ ਪੈਂਟਾਂ ਉੱਪਰ ਦੇ ਕੱਛੇ। ਓਏ ਟਿੜਿਆ ਖਾਮੋਸ਼, ਨਹੀਂ ਤਾਂ ਕੱਛਾ ਲਾ ਕੇ ਕਰ ਦੂੰ ਤੈਨੂੰ ਹੁਣੇ ਬੇਹੋਸ਼। ਲੈ ਬਈ ਸੁਣਿਆ, ਤੇਰੀ ਇਹ ਤਮੰਨਾ ਵੀ ਪੂਰੀ ਕਰ ਦਿੰਦੇ ਆ। ਕਿਉਂ ਬਈ ਵਾਲੀਏ, ਕਿਵੇਂ ਲੱਗ ਰਿਹਾ? ਹੁਣ ਤੁਸੀਂ ਕੌਣ ਹੋ ਭਾਜੀ? ਓਏ ਸੁਣ ਕੇ ਮੇਰੀ ਆਵਾਜ਼, ਦੁਸ਼ਮਣ ਜਾਂਦੇ ਨੇ ਦੌੜ। ਓਏ ਮੈਂ ਆ ਜੱਟ ਪੰਜਾਬ ਦਾ, ਤੇ ਨਾ ਹੈ ਮੇਰਾ ਜਿਉਣਾ ਮੋੜ। ਓ ਲਿਆ ਬਈ ਮਿਰਜ਼ਿਆ, ਓਏ ਗੱਠੜੀ ਫੜਾ ਆਉਣਾ। ਓ ਭਾਜੀ ਮੈਂ ਤਾਂ ਰਾਂਝਾ ਆ। ਓਏ ਹੁਣ ਤੂੰ ਪੰਜਾਬ ਪੁਲਿਸ ਨੂੰ ਦੱਸੇਗਾ ਕਿ ਮਿਰਜ਼ਾ ਕੌਣ ਤੇ ਰਾਂਝਾ ਕੌਣ? ਓਏ ਇੱਕ ਵਾਰੀ ਪਟਾ ਚਾੜਿਆ ਨਾ ਤੇ ਰਾਂਝੇ ਨੇ ਆਪੇ ਮਿਰਜ਼ਾ ਬਣ ਜਾਣਾ। ਕਿਉਂ ਬਾਈ? ਜਿਉਣਾ ਜੀ, ਜ਼ਰਾ ਇੱਧਰ ਤਾਂ ਮੁੜੋ। ਜੇ ਟੈਲੀਕਾਸਟ ਹੋ ਗਈ ਤੁਹਾਡੀ ਵੀਡੀਓ ਸੀਡੀ ਤੇ ਮਿੰਤ ਕਰੇਗਾ ਕਿਹਦੀ ਕਿਹਦੀ? ਓ ਵਾਲੀਏ ਤੂੰ ਜਵਾਬ ਦੇ ਬਈ। ਕੀ ਹੈ? ਵਾਰੀ ਮੇਰੀ ਸਾਹਿਬਾ ਜੱਟੀ, ਹੁਣੇ ਪਹੁੰਚਦਾ ਤੇਰੀ ਫੱਟੀ, ਤੂੰ ਕੀਤੀ ਮੇਰੇ ਨਾਲ ਠੱਗੀ। ਜਿਹੜੀ ਕੀਤੀ ਤੂੰ ਮੇਰੇ ਨਾਲ ਦਗਾ, ਦੇਖੀ ਕਿ ਮੈਂ ਟਾਈਟ ਕਰਦਾ ਤੇਰੀ ਹਵਾ। ਮਦਾਰੀ ਤੂੰ ਕਿਉਂ ਫਸਾਈ ਜਾਣਾ ਆਪਣੀ ਗਰਾਰੀ? ਉਹ ਕਿੱਥੇ ਹੈ ਤੇਰਾ ਜਮੂਰਾ? ਲੱਫੜਾ ਆਪਣਾ ਡਮੂਰਾ। ਓਏ ਮੈਨੂੰ ਨਹੀਂ ਹੈ ਕੋਈ ਪਰੇਸ਼ਾਨੀ, ਪਹਿਲਾਂ ਲਿਆਓ ਮੇਰੀ ਜਨਾਨੀ। ਬੈਟਮੈਨਾ ਮਾਰ ਸੁੱਟਿਆ ਤੇਰੀ ਭੈਣ ਦੀ ਜੈ। ਤੇਰੀ ਮਾਰੀ ਸ਼ਕੀ ਮਦਾਰੀਆ, ਕਿਉਂ ਲਿਆਂਦੀ ਹੈ ਮੱਥੇ ਤੇ ਪਰੇਸ਼ਾਨੀ? ਮਿਲ ਜਾਏਗੀ ਤੇਰੀ ਜਨਾਨੀ। ਕਿੱਥੇ ਹੈ ਬਈ, ਹੈ ਕਿੱਥੇ? ਪਹਿਲਾਂ ਸਾਨੂੰ ਦੇ ਦੇ ਡਮਰੂ। ਡਮਰੂ? ਜਨਾਨੀ ਡਮਰੂ, ਜਨਾਨੀ ਡਮਰੂ, ਜਨਾਨੀ ਡਮਰੂ, ਜਨਾਨੀ ਡਮਰੂ, 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 ਜਨਾਨੀ ਡਮਰੂ, ਜਨਾਨੀ ਡਮਰੂ, ਜਨਾਨੀ ਡਮਰੂ, ਜਨਾਨੀ ਨਹੀਂ ਵੀਰ ਰਾਂਝਾ ਡਮਰੂ, ਜਨਾਨੀ। ਕਿੱਥੇ ਰਹਿ ਗਏ? ਟਾਈਮ ਵਿਖਾਈ, ਟਾਈਮ ਤਾਂ ਹੋ ਗਿਆ। ਓਫੋ ਬਹੁਤ ਟੈਨਸ਼ਨ ਹੋ ਰਹੀ ਹੈ, ਪਤਾ ਨਹੀਂ ਕਿ ਅੱਜ ਮੰਗਲਵਾਰ ਹੈ। ਮੰਗਲਵਾਰ ਨੂੰ
ਰਾਂਝਾ ਇੱਕ ਮਿੰਟ ਇੱਧਰ ਮਾੜਾ ਜਿਹਾ। ਓਏ ਮੇਰਾ ਡਮਰੂ ਕਿੱਥੇ ਗਿਆ ਛੜਿਆ? ਓਏ ਮੇਰੀ ਦਾਰੂ ਕਿੱਥੇ ਗਈ? ਓਏ ਆਡੀਅੰਸ ਕਿੱਥੇ ਗਈ? ਕਾਲੂ ਇੱਥੇ ਕੀ ਆ ਗਿਆ ਓਏ? ਹਾਂ ਤੂੰ ਉਧਰ ਜਾ ਬੰਟੀ, ਤੂੰ ਉਧਰ। ਚੱਲ 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 ਕਰਨ, ਚੱਲ 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 ਦੇਖ ਕੇ ਕਰਨ, ਚੱਲ ਚੱਲ ਚੱਲ। ਸਵਾਦ ਰੀਤ ਡਮਰੂ ਐਲੇ ਵਜਾ ਵਾਲੀਏ ਡਮਰੂ। ਓਏ ਮੇਰੇ ਡਮਰੂ। ਯੈਸ ਵਾਲੀਏ, ਬਹੁਤ ਚੱਕਰ ਕਟਾਇਆ ਤੂੰ, ਅੱਜ ਤੇਰੇ ਚੱਕਰ ਕੱਟਣ ਦੀ ਵਾਰੀ ਹੈ। ਓਕੇ ਵੀ ਜੀ, ਮੈਂ ਕੁਛ ਭਾਜੀ ਮੈਂ ਕੁਛ ਸਮਝਿਆ ਨਹੀਂ, ਮੇਰੀ ਸਮਝ ਨਹੀਂ ਆ ਰਹੀ। ਹੋ ਮਤ ਨਹੀਂ ਨਹੀਂ ਡਮਰੂ ਫੜਾ, ਕੋਈ ਗੱਲ ਨਹੀਂ ਭਾਜੀ, ਗੱਲ ਵੀ ਸਮਝ ਆ ਜਾਓ, ਬਸ ਤੂੰ ਚੱਕਰ ਕੱਟੀ ਜਾ ਨਾ। ਭਾਜੀ ਕਿੰਨੇ ਕੁ ਚੱਕਰ ਕੱਟਣੇ ਨਾ, ਮੈਂ ਸਾਡਾ ਤੇਰੇ ਚੱਕਰ ਕਿਹਨੂੰ ਖੜਾ ਵਾਲੀ? ਜੇ ਤੂੰ ਹੁਣ ਰੁਕਿਆ ਨਾ। ਨਹੀਂ ਨਹੀਂ ਭਾਈ, ਮੈਂ ਤਾਂ ਤੇਰੀ ਨਹੀਂ, ਮੈਂ ਨਹੀਂ ਰੁਕਣਾ। ਨਹੀਂ ਨਹੀਂ ਮੈਂ ਨਹੀਂ ਰੁਕਣਾ, ਨਹੀਂ ਮੈਂ ਨਹੀਂ ਰੁਕਣਾ, ਮੈਂ ਰੁਕਣਾ ਹੀ ਨਹੀਂ ਹੈ। ਨਾ ਨਾ ਮੈਂ ਨਹੀਂ ਰੁਕਣਾ, ਮੈਂ ਰੁਕਣਾ ਹੀ ਨਹੀਂ ਹੈ। ਜਦੋਂ ਮੈਂ ਨਹੀਂ ਰੁਕਣਾ, 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 ਖੜ ਜਾ ਵਾਲੀਏ। ਓਏ ਮੈਨੂੰ ਪਤਾ ਲੱਗਿਆ ਵਾਨੀ ਨੂੰ ਕਿਹਨੇ ਕਿਡਨੈਪ ਕੀਤਾ। ਅੱਛਾ ਕਿਹਨੇ? ਮੈਨੂੰ ਵੀ ਸਭ ਪਤਾ ਲੱਗ ਗਿਆ। ਗੋਲੂ ਚੰਗਾ ਹੋਇਆ ਤੂੰ ਆ ਗਿਆ। ਸ਼ਟ ਅਪ। ਕੋਈ ਗੋਲੂ ਨਹੀਂ, ਮੇਰਾ ਨਾਮ ਪ੍ਰਨੀਤ ਕੁਮਾਰ ਕੋਲਕੰਡੇ, CBI ਆਫਿਸਰ। ਡਿਊਟੀ ਤਾਂ ਮਿਲੀ ਸੀ ਮੀਰਾ ਨੂੰ ਫੜਨ ਦੀ, ਕਿਤੇ ਮਰਡਰ ਦੀ ਪਲੈਨਿੰਗ ਅਤੇ ਕਿਤੇ ਕਿਡਨੈਪਿੰਗ ਦੀ। ਅਤੇ ਜਦੋਂ ਲੱਗਿਆ ਕਿ ਕੇਸ ਸੋਲਵ ਹੋਣ ਵਾਲਾ ਤਾਂ ਵਾਣੀ ਨੇ ਸਾਰਾ ਪਾਸਾ ਹੀ ਪਲਟਾ ਤਾ। ਅਸਲ ਵਿੱਚ ਕਿਡਨੈਪਿੰਗ ਤਾਂ ਮੀਰਾ ਨੇ ਕੀਤੀ ਸੀ। ਨਾਲੇ ਇੰਸਪੈਕਟਰ ਸਾਹਿਬ, ਇਸ ਸਾਰਾ ਕਿਡਨੈਪਿੰਗ ਦਾ ਪਲਾਨ ਰਣਵੀਰ ਦਾ ਸੀ। ਪਲੀਜ਼ ਇਹਨੂੰ ਗ੍ਰਿਫਤਾਰ ਕਰ ਲਓ। ਹੋ ਹੈ, ਇਹ ਤੁਸੀਂ ਕੀ ਕਹਿ ਰਹੇ ਹੋ ਡਾਰਲਿੰਗ? ਤੇਰੀ ਡਾਰਲਿੰਗ ਨੂੰ ਇੱਲਾਂ ਨੇ ਖਾ ਲਿਆ। ਯਾਰ ਜੇ ਜਾਨਵਰ ਪਸੰਦ ਨੇ ਤੇ ਬਦਲ ਦਵਾਂ, ਨਾਲੇ ਮੈਂ ਆਪਦੇ ਡਿਪਾਰਟਮੈਂਟ ਦੀ ਇੱਜ਼ਤ ਵੀ ਤਾਂ ਬਚਾਉਣੀ ਸੀ। ਓ ਥੈਂਕ ਯੂ। ਤੇ ਅਸਲੀ ਕਿਡਨੈਪਰਾਂ ਦਾ ਕੀ ਬਣਿਆ ਇਹ ਤੁਸੀਂ ਸਾਰੇ ਆਪੇ ਹੀ ਵੇਖ ਲਓ। I welcome all of you to the launch of Amrit Antivirus. Te hun, ladies and gentlemen, tuhade samne pesh karan ja rahi ha PCL International de nave assistant vice president software development, bahut hi honhar, Mr. Karan Singh. ਆਖਿਰਕਾਰ ਮੈਂ ਕਾਮਯਾਬ ਹੋ ਹੀ ਗਿਆ, ਪੈਸੇ ਵੀ ਮਿਲ ਗਏ ਤੇ ਯਾਰ ਵੀ ਇਕੱਠੇ ਨੇ, ਨਾਲੇ ਪੰਗਾ, ਹੁਣ ਰਹਿਣ ਵੀ ਦਿਓ ਯਾਰ। ਨਾ ਹੁਣ ਤੂੰ ਹੀ ਸਾਰੀਆਂ ਕਰਵਾਨੀਆਂ ਦੇਗਾ,
मतलब फड़ ले हुण सॉरी ਅਸੀਂ ਵੱਡੇ ਸਰਦਾਰ ਸਾਡੀ ਚੱਲ ਦੀ ਯਾਰ ਅਸੀਂ ਵੱਡੇ ਸਰਦਾਰ ਸਾਡੀ ਚੱਲ ਦੀ ਯਾਰ ਸਾਡੇ ਅੱਗੇ ਚੱਲਦਾ ਨੀ ਇੱਥੇ ਕੋਈ ਹਥਿਆਰ ਜਿੱਥੇ ਖੜ ਜਾਂਦੇ ਆ ਉੱਥੇ ਅੜ ਜਾਂਦੇ ਆ ਚੱਕ ਦਿਆਂਗੇ ਜਿਹੜਾ ਕਰੂਗਾ ਫੂਫਾ ਸਾਡੇ ਅੱਗੇ ਕੌਣ ਕਰੂਗਾ ਚੂਚੈ ਚੂਚੈ ਸਾਡੇ ਅੱਗੇ ਕੌਣ ਕਰੂਗਾ ਚੂਚੈ ਚੂਚੈ ਸਾਡੇ ਚੂ 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 ਚੂ